ਤੁਸੀਂ ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM ਇਹਦੇ ਨਾਲ ਨਾਲ ਸਾਰੀ ਦੁਨੀਆ ਵਿੱਚ ਸੁਣ ਰਹੇ ਹੈਗੇ ਲਾਰਡ ਯੂਕੇ ਰਾਹੀਂ। ਤੇ ਮੇਰੇ ਤੋਂ ਪਹਿਲਾਂ ਭਾਜੀ ਸ਼ਿੰਗਾਰਾ ਜੀ ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰਕੇ ਗਏ ਆ, ਉਹਨਾਂ ਨੇ ਤੁਹਾਨੂੰ ਗੀਤ ਸੰਗੀਤ ਬਹੁਤ ਵਧੀਆ ਗੀਤ ਸੁਣਾਏ ਆ, ਗੀਤ ਦੇ ਨਾਲ ਨਾਲ ਜਿਹੜੀ ਆ ਸੰਸਾਰ ਦੀਆਂ ਵਿੱਚ ਕੀ ਵਾਪਰ ਰਿਹਾ ਉਹ ਖਬਰਾਂ ਵੀ ਸੁਣਾਈਆਂ ਹੈਗੀਆਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸ਼ੀਤਲ ਸਿੰਘ ਗਿੱਲ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕਬੂਲ ਕਰੋ। ਮੇਰਾ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਹੁੰਦਾ ਹੈਗਾ ਉਸੇ ਤਰ੍ਹਾਂ ਹੋਵੇਗਾ। ਇਹ ਫੋਨਿੰਗ ਸ਼ੋਅ ਹੁੰਦਾ ਹੈਗਾ, ਫੋਨ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਭਾਗ ਲੈਂਦੇ ਆ। ਜਿਹੜੇ ਸਰਗਰਮ ਮੁੱਦੇ ਆ, ਸਰਗਰਮ ਵਿਸ਼ੇ ਜਿਹਨੂੰ ਸਾਡੀ ਸਮੁੱਚੀ ਏਸ਼ੀਅਨ ਕਮਿਊਨਿਟੀ ਨੂੰ ਕੀ ਵਰਲਡ ਕਮਿਊਨਿਟੀ ਨੂੰ ਵੀ ਇਧਰ ਨੂੰ ਧਿਆਨ ਦੇਣ ਦੀ ਲੋੜ ਆ, ਉਹ ਮੈਂ ਹਮੇਸ਼ਾ ਹੀ ਹਰ ਬੁੱਧਵਾਰ ਤੇ ਵੀਰਵਾਰ ਤੁਹਾਡੀ ਸੇਵਾ ਵਿੱਚ ਲੈ ਕੇ ਆਉਣਾ ਹੈਗਾ। ਅੱਜ ਵੀ ਅਸੀਂ ਇੱਕ ਅਜਿਹਾ ਵਿਸ਼ਾ ਡਿਸਕਸ ਕਰਨ ਜਾ ਰਹੇ ਹੈਗੇ ਆ ਜਿਹੜਾ ਸਮੁੱਚੇ ਜਿਹੜੇ ਹੈਗੇ ਆ ਪੰਜਾਬੀ ਕਮਿਊਨਿਟੀ ਲਈ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਤੇ ਇਹਦੇ ਵਿੱਚ ਵੈਸੇ ਮੈਂ ਤੁਹਾਨੂੰ ਦੱਸਦਾ ਜਾਵਾਂ, ਇਹੋ ਜਿਹੜਾ ਵਿਸ਼ਾ ਹੈਗਾ ਇਹੋ ਅੱਜ ਜਿਹੜਾ ਹੈਗਾ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਜਿਹੜਾ ਆ ਕਰਨ ਦੇ ਲਈ ਹਿੱਤ ਵਿੱਚ ਅਸੀਂ ਇਹੋ ਕਰਨਾ ਹੈਗਾ ਵੀ ਆਪਣੀ ਮਾਤ ਭਾਸ਼ਾ ਬੋਲਣਾ ਕਿੰਨੀ ਜ਼ਰੂਰੀ ਹੈਗਾ, ਬੋਲਣ ਦੇ ਨਾਲ ਨਾਲ ਇਹਨੂੰ ਪ੍ਰੈਕਟਿਸ ਦੇ ਰੂਪ ਵਿੱਚ ਅਪਣਾਉਂਦੇ ਹੋਏ ਤੇ ਇਹਨੂੰ ਸਹੀ ਤੌਰ ਤੇ ਜਦੋਂ ਕੋਈ ਗੱਲ ਆਉਂਦੀ ਹੈਗੀ ਆ, ਕਈ ਵਾਰੀ ਪੰਜਾਬੀ ਪਿੱਛੇ ਰਹਿ ਜਾਂਦੇ ਹੈਗੇ ਆ, ਤਾਂ ਇਹੋ ਜਦੋਂ ਸਾਨੂੰ ਪਤਾ ਲੱਗਦਾ ਹੈਗਾ ਫਿਰ ਥੋੜੀ ਦੇਰ ਦੂਰ ਅਸੀਂ ਹੋ ਜਾਂਦੇ ਹਾਂ ਉਸ ਗੱਲ ਤੋਂ, ਆਪਣੇ ਬੈਨੀਫਿਟ ਲੈਣ ਤੋਂ, ਹੋਰ ਜਿਹੜੀਆਂ ਭਾਸ਼ਾ ਦੀ ਤਰੱਕੀ ਤੋਂ। ਇਹੋ ਜਿਹੀ ਗੱਲ ਹੈਗੀ ਆ 2011 ਦੇ ਵਿੱਚ ਜਦੋਂ ਸੈਂਸਸ ਹੋਈ, ਪਹਿਲਾਂ ਪੰਜਾਬੀ ਭਾਸ਼ਾ ਇਹੋ ਇੰਗਲੈਂਡ ਦੇ ਵਿੱਚ ਯੂਕੇ ਯੂਨਾਈਟਿਡ ਕਿੰਗਡਮ ਵਿੱਚ ਦੂਜੀ ਮਾਤ ਭਾਸ਼ਾ ਸੀਗੀ, ਦੂਜੀ ਸਪੋਕਨ ਲੈਂਗੁਏਜ ਸੀਗੀ ਜਿਹਨੂੰ ਲੋਕ ਬੋਲਦੇ ਸੀਗੇ, ਅਸੀਂ ਤੀਸਰੇ ਨੰਬਰ ਤੇ ਪਹੁੰਚ ਗਏ ਹੈਗੇ ਹਾਂ। ਇਹਦੇ ਵਿੱਚ ਇਹ ਕੋਈ ਸ਼ੱਕ ਨਹੀਂ ਹੈਗੀ, ਅਸੀਂ ਪੰਜਾਬੀ ਹੱਲੇ ਵੀ ਜਿਹੜੀ ਆ ਅਸੀਂ ਜਿਹੜਾ ਅਨੁਮਾਨ ਲਾਉਂਦੇ ਆ ਹੱਲੇ ਵੀ ਵੈਸੇ ਭਾਵਾਂ ਅੰਕੜਿਆਂ ਵਿੱਚ ਗੌਰਮੈਂਟ ਦੇ ਜਿਹੜੀਆਂ ਫਿਗਰਾਂ ਦੇ ਵਿੱਚ ਅਸੀਂ ਤੀਸਰੇ ਨੰਬਰ ਤੇ ਪਹੁੰਚ ਗਏ ਆ। ਪਰ ਤੁਹਾਨੂੰ ਮੈਂ ਦੱਸਦਾ ਜਾਵਾਂ ਇਹ ਕਿਸ ਤਰ੍ਹਾਂ, ਵੈਸੇ ਮੈਂ ਤੁਹਾਨੂੰ ਦੱਸਦਾ ਹੈਗਾ 1,25,000,000 ਜਿਹੜੇ ਆ ਇਹੋ ਸਪੀਕਰ ਹੈਗੇ ਆ ਜਿਹੜੇ ਆ ਅਰਾਊਂਡ ਦੀ ਵਰਲਡ ਪੰਜਾਬੀ ਸਪੀਕਰ ਹੈਗੇ ਆ। ਇਹਦੇ ਵਿੱਚੋਂ ਜਿਹੜੇ ਜੇ ਇੰਗਲੈਂਡ ਦੇ ਵਿੱਚ ਕਿਹਾ ਜਾਵੇ ਤਾਂ ਇਹ ਅਨੁਮਾਨ ਹੈਗਾ ਸਾਡਾ 7 ਲੱਖ ਤੋਂ ਉੱਤੇ ਲੋਕ ਜਿਹੜੇ ਹੈਗੇ ਆ ਇਹੋ ਪੰਜਾਬੀ ਸਪੀਕਰ ਹੈਗੇ ਆ, ਪੰਜਾਬੀ ਬੋਲਦੇ ਹੈਗੇ ਆ, ਪੰਜਾਬੀ ਨੂੰ ਬਹੁਤ ਪਿਆਰ ਕਰਦੇ ਆ। ਉਹਦੇ ਵਿੱਚੋਂ 4,32,429 ਜਿਹੜੇ ਹੈਗੇ ਆ ਇਹ ਸਿੱਖ ਹੈਗੇ ਆ ਜਿਹੜੇ ਪੰਜਾਬੀ ਬੋਲਦੇ ਹੈਗੇ ਆ। ਉਹਦੇ ਤੋਂ ਇਲਾਵਾ ਜਿਹੜੇ ਹਿੰਦੂ ਪੰਜਾਬੀ ਤੇ ਸਿੱਖ ਜਿਹੜੇ ਹੈਗੇ ਆ, ਮੁਸਲਿਮ ਪੰਜਾਬੀ ਜਿਹੜੇ ਆ ਪਾਕਿਸਤਾਨ ਤੋਂ ਬੈਕਗਰਾਉਂਡ ਤੋਂ ਵੀ ਬਹੁਤ ਪੰਜਾਬੀ ਹੀ ਬੋਲਦੇ ਹੈਗੇ ਆ। ਇਹੋ ਜਿਹੜੀ ਆ ਬਹੁਤ ਪਿਆਰੀ ਭਾਸ਼ਾ ਆ ਤੇ ਇਹਦੇ ਲਈ ਅਸੀਂ ਜਿਹੜਾ ਆ ਸਾਡਾ ਰੇਡੀਓ ਤੇ ਹਮੇਸ਼ਾ ਹੀ ਅਸੀਂ ਪ੍ਰਮੁੱਖ ਕਲਾਕਾਰਾਂ ਨੂੰ ਤੁਹਾਡੀ ਸੇਵਾ ਚ ਲੈ ਕੇ ਆਉਂਦੇ ਆ, ਹੋਰ ਪੰਜਾਬੀ ਹਸਤੀਆਂ ਜਿਨ੍ਹਾਂ ਨੇ ਬਹੁਤ ਹੀ ਵੱਡਾ ਨਾਮ ਵਰਲਡ ਦੀ ਕਮਿਊਨਿਟੀ ਚ ਬਣਾਇਆ। ਉਨ੍ਹਾਂ ਨਾਲ ਪਿਛਲੇ ਟਾਈਮ ਵਿਚ ਅਸੀਂ ਹਰ ਹਫ਼ਤੇ ਹੀ ਤਕਰੀਬਨ ਕੋਈ ਨਾ ਕੋਈ, ਹਰ ਮਹੀਨੇ ਕੋਈ ਨਾ ਕੋਈ ਪ੍ਰਮੁੱਖ ਹਸਤੀ ਸਾਡੇ ਇਨ੍ਹਾਂ ਪ੍ਰੋਗਰਾਮਾਂ ਵਿਚ ਆ ਕੇ ਸ਼ਿਰਕਤ ਕਰਦੀ ਆ ਤੇ ਉਹ ਅਸੀਂ ਹਰ ਯਤਨ ਕਰਦੇ ਆ। ਪਰ ਇਹੋ ਜਿਹੇ ਜਿਹੜੇ ਅੱਜ ਅਸੀਂ ਸਿਚੁਏਸ਼ਨ ਚ ਪਹੁੰਚ ਗਏ ਆ, ਅਸੀਂ ਤੀਸਰੇ ਨੰਬਰ ਤੇ ਪਹੁੰਚ ਗਏ ਆ, ਜਿਹੜੀ ਕਿ ਜਨਗਣਨਾ ਜਿਹੜੀ ਆ ਮਾਰਚ 2021 ਦੇ ਵਿਚ ਫਿਰ ਹੋਣ ਜਾ ਰਹੀ ਹਾਂ। ਅਸੀਂ ਇਹਦੇ ਵਾਸਤੇ ਸਾਡੇ ਜਿਹੜੇ ਆ ਇੱਥੇ ਕਮਿਊਨਿਟੀ ਦੇ ਆਗੂ, ਹੋਰ ਸੰਸਥਾਵਾਂ ਜਿਹੜੀਆਂ ਪੰਜਾਬੀ ਨੂੰ ਪਿਆਰ ਕਰਨ ਵਾਲੀਆਂ, ਉਹਦੇ ਵਿਚ ਸਰ ਹਰਮੀਤ ਸਿੰਘ ਭਕਨਾ ਜਿਹੜੇ ਕਿ ਡਾਇਰੈਕਟਰ ਹੈਗੇ ਆ ਪੰਜਾਬੀ ਚੇਤਨਾ ਬੋਰਡ ਦੇ, ਤੇ ਉਨ੍ਹਾਂ ਨੇ ਬਹੁਤ ਪਿਛਲੇ ਟਾਈਮ ਵਿਚ ਇਹੋ ਗੱਲ ਨੂੰ ਭਾਫਦਿਆਂ ਹੋਇਆ ਇਹ ਬਹੁਤ ਵੱਡੀ ਕੰਪੇਨ ਜਿਹੜੀ ਆ ਵਿਡੀ ਹੋਈ ਹੈਗੀ ਆ ਸਾਰੇ ਯੂਕੇ ਲੈਵਲ ਤੇ, ਤੇ ਉਨ੍ਹਾਂ ਨੇ ਪਿਛਲੇ ਟਾਈਮ ਵਿਚ ਕਾਫੀ ਜਿਹੜੇ ਆ ਇਨ੍ਹਾਂ ਦੇ ਪੰਜਾਬੀਆਂ ਦੇ ਜਿਹੜੇ ਪੰਜਾਬੀ ਭਾਸ਼ਾ ਕਿਉਂ ਜ਼ਰੂਰੀ ਹੈਗੀ ਆ ਉੱਥੇ ਇਹਦੇ ਵਾਸਤੇ ਸਰਕਾਰ ਨੂੰ ਵੀ ਵੱਖ ਵੱਖ ਮੈਂਬਰ ਪਾਰਲੀਮੈਂਟਾਂ ਨੂੰ ਵੀ ਲੋਬੀ ਕਰਕੇ ਪੰਜਾਬੀ ਭਾਸ਼ਾ ਦੇ ਲਈ ਜਿਹੜੀ ਕਿ ਸਾਡੇ ਸਕੂਲਾਂ ਦੇ ਵਿਚ ਹਟਦੀ ਜਾ ਰਹੀ ਸੀਗੀ ਉਹਦੇ ਲਈ ਵੀ ਉਨ੍ਹਾਂ ਨੇ ਕਾਫੀ ਯਤਨ ਕੀਤੇ ਆ। ਅਸੀਂ ਉਨ੍ਹਾਂ ਨਾਲ ਪਹਿਲਾਂ ਗੱਲ ਕਰਾਂਗੇ, ਉਹਦੇ ਨਾਲ ਨਾਲ ਸਾਡੇ ਨਾਲ ਯੋਗਾ ਸਿੰਘ ਪ੍ਰੋਫੈਸਰ ਡਾਕਟਰ ਯੋਗਾ ਸਿੰਘ ਜਿਹੜੇ ਕਿ ਯੋਗਾ ਸਿੰਘ ਵਿਰਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਾਡੇ ਨਾਲ, ਉਹ ਵੀ ਇਕ ਲਾਈਨ ਤੇ ਆਇਓ ਹੈਗੇ ਆ, ਉਨ੍ਹਾਂ ਨਾਲ ਵੀ ਗੱਲ ਕਰਾਂਗੇ। ਪਹਿਲਾਂ ਅਸੀਂ ਸਰ ਹਰਮੀਤ ਸਿੰਘ ਭਕਨਾ ਉਨ੍ਹਾਂ ਨਾਲ ਚੱਲਦੇ ਹੈਗੇ ਆ, ਉਹ ਇਹੋ ਇਸ ਇਸ਼ੂ ਨੂੰ ਪੰਜਾਬੀ ਭਾਸ਼ਾ
ਜਿਹੜਾ ਚੇਤਨਾ ਬੋਰਡ ਨੇ ਕੰਪੇਨ ਆਰੰਭੀ ਹੋਈ ਹੈਗੀ ਆ, ਉਹਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ। ਹੋਰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਬਾਰੇ ਕਿਉਂ ਜ਼ਰੂਰੀ ਹੈਗੀ ਆ ਯੂਕੇ ਦੇ ਵਿੱਚ, ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਰ ਹਰਮੀਤ ਸਿੰਘ ਭਕਨਾ ਜੀ, ਬਹੁਤ ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਇਹੋ ਇੰਪੋਰਟੈਂਟ ਵਿਸ਼ੇ ਨੂੰ ਦੱਸਣ ਆਏ, ਸਾਡੇ ਸਰੋਤਿਆਂ ਨੂੰ ਵੀ ਅੱਜ ਇਹਦੇ ਬਾਰੇ ਜਾਣਕਾਰੀ ਦੇਣ ਆਏ ਹੈਗੇ ਆ। ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ, ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਕੋਹਿਨੂਰ ਟੀਮ ਦਾ, ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਧੰਨਵਾਦ ਜੀ। ਜੀ ਅੱਜ ਦਾ ਜਿਹੜਾ ਪ੍ਰੋਗਰਾਮ ਆ ਤੁਹਾਡਾ ਡਿਸਕਸ਼ਨ ਪ੍ਰੋਗਰਾਮ, ਇਹ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਜੇ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਉਹਨੂੰ ਸਮਰਪਿਤ ਹੈ ਯੂਕੇ ਦੇ ਵਿੱਚ, ਜਿਹੜਾ ਮਰਦਮਸ਼ੁਮਾਰੀ ਹੋਣੀ ਹੈ ਅਗਲੇ ਸਾਲ ਮਾਰਚ ਦੇ ਵਿੱਚ, ਖਾਸ ਕਰਕੇ ਉਹਨੂੰ ਸਮਰਪਿਤ ਹੈ ਕਿ ਉੱਥੇ ਆਪਾਂ ਪੰਜਾਬੀ ਭਾਸ਼ਾ ਨੂੰ ਜਿਹੜਾ ਵਾ ਫੇਰ ਤੋਂ ਦੂਜੇ ਸਥਾਨ ਤੇ ਕਿਵੇਂ ਲੈ ਕੇ ਆਉਣਾ, ਜੋ ਕਿ 2001 ਦੇ ਵਿੱਚ ਮਰਦਮਸ਼ੁਮਾਰੀ ਦੂਜੇ ਸਥਾਨ ਤੇ ਸੀ, ਫਿਰ 2011 ਦੇ ਵਿੱਚ ਤੀਜੇ ਸਥਾਨ ਤੇ ਪਹੁੰਚ ਗਈ, ਕਿਉਂਕਿ ਆਪਣੇ ਜਿਹੜੇ ਪੰਜਾਬੀ ਭਾਸ਼ਾ ਬੋਲਣ ਵਾਲੇ ਯੂਕੇ ਚ ਰਹਿੰਦੇ ਲੋਕ ਆ ਉਹ ਥੋੜੇ ਜੇ ਅਵੇਸਲੇ ਹੋ ਗਏ ਤੇ ਉਹਨਾਂ ਨੇ ਆਪਣੀ ਪੰਜਾਬੀ ਭਾਸ਼ਾ ਲਿਖਵਾਈ ਨੀ, ਭਾਵੇਂ ਉਹ ਹਿੰਦੂ ਸੀਗੇ, ਮੁਸਲਮਾਨ ਸੀਗੇ, ਸਿੱਖ ਸੀਗੇ, ਈਸਾਈ ਸੀਗੇ, ਬੋਧੀ ਸੀਗੇ, ਜੈਨੀ ਸੀਗੇ, ਜਿਹੜੇ ਮਰਜ਼ੀ ਸੀਗੇ, ਤੇ ਉਹਦੀ ਵਜ੍ਹਾ ਦੇ ਨਾਲ ਉਹ ਤੀਸਰੇ ਸਥਾਨ ਤੇ ਪਹੁੰਚ ਗਈ ਤੇ ਪੋਲਿਸ ਜਿਹੜੀ ਸੀਗੀ ਉਹ ਦੂਸਰੇ ਸਥਾਨ ਤੇ ਪਹੁੰਚ ਗਈ। ਔਰ 2011 ਦੇ ਵਿੱਚ ਜਿਹੜੇ ਪੰਜਾਬੀ ਸੀਗੇ ਉਹ 273,000 ਲੋਕਾਂ ਨੇ ਇਹ ਲਿਖਾਇਆ ਸੀਗਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਹਾਂ, ਸਾਡੀ ਮੇਨ ਲੈਂਗੁਏਜ ਜਿਹੜੀ ਪੰਜਾਬੀ ਆ, ਤੇ 5,46,000 ਲੋਕਾਂ ਨੇ, ਪੋਲਿਸ਼ ਲੋਕਾਂ ਨੇ ਲਿਖਾਇਆ ਸੀਗਾ ਕਿ ਸਾਡੀ ਜਿਹੜੀ ਘਰਾਂ ਚ ਬੋਲੀ ਜਾਣ ਵਾਲੀ ਭਾਸ਼ਾ ਵਾ ਪੋਲਿਸ਼ ਆ ਤੇ ਸਾਡੀ ਮੇਨ ਲੈਂਗੁਏਜ ਪੋਲਿਸ਼ ਆ। ਉਹਨਾਂ ਨੇ ਇਸ ਕਰਕੇ ਲਿਖਾਇਆ ਕਿਉਂਕਿ ਨਵੇਂ ਨਵੇਂ ਆਏ ਸੀਗੇ, ਯੂਰਪ ਇਕੱਠਾ ਹੋਇਆ ਸੀਗਾ ਤੇ ਉਹਨਾਂ ਦੇ ਘਰਾਂ ਚ ਵਾਕਈ ਜਿਹੜੀ ਭਾਸ਼ਾ ਸੀਗੀ ਉਹ ਪੋਲਿਸ਼ ਬੋਲੀ ਜਾਂਦੀ ਸੀਗੀ। ਹੁਣ ਇੱਥੇ ਜਿਹੜੀ ਆਪਣੀ ਯੂਕੇ ਚ ਪੰਜਾਬੀ ਕਮਿਊਨਿਟੀ ਵੱਸਦੀ ਆ ਉਹ ਜਿਹੜੇ ਆਪਣੇ ਚਾਚੇ ਤਾਏ ਦਾਦਾ ਦਾਦੀ ਨਾਨਾ ਨਾਨੀ ਉਹ ਪੂਰਾ ਜ਼ੋਰ ਲਾਉਂਦੇ ਆ ਕਿ ਬੱਚਿਆਂ ਨੂੰ ਪੂਰੀ ਪੰਜਾਬੀ ਬੋਲਣ, ਬੱਚੇ ਘਰਾਂ ਦੇ ਵਿੱਚ ਪੰਜਾਬੀ ਸਿਖਾਈ ਜਾਵੇ। ਪਰ ਉਹ ਇਹ ਜਦੋਂ ਮੌਕਾ ਇਹੋ ਜਿਹਾ ਆਉਂਦਾ ਨਾ ਜੀ, ਜਦੋਂ ਮਤਲਬ ਅਕਾਊਂਟ ਹੋਣਾ ਹੁੰਦਾ ਵਾ, ਜਦੋਂ ਆਪਾਂ ਕਿਸੇ ਥਾਂ ਤੇ ਪਹੁੰਚਣਾ ਹੁੰਦਾ, ਸਾਡੀ ਜਦੋਂ ਕੋਈ ਪੋਜੀਸ਼ਨ ਬਣਨੀ ਹੁੰਦੀ ਆ, ਉਦੋਂ ਆਪਾਂ ਥੋੜੇ ਵੇਸਲੇ ਹੋ ਜਾਂਦੇ ਆ, ਉਦੋਂ ਆਪਾਂ ਬੱਚਿਆਂ ਨੂੰ ਜਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਬਾਕੀ ਆਪਣੀ ਕਮਿਊਨਿਟੀ ਨੂੰ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਨੂੰ ਆਪਾਂ ਉਹਨਾਂ ਨੂੰ ਥੋੜਾ ਜਿਹਾ ਅਵੇਅਰ ਨਹੀਂ ਕਰਦੇ ਕਿ ਜਦੋਂ ਸੈਂਸਸ ਆਉਣਾ ਇਹ ਬੜਾ ਇੰਪੋਰਟੈਂਟ ਆ ਤੇ ਇਹ ਕੰਪਲਸਰੀ ਵੀ ਹੋਣਾ ਵਾ, ਬਾਈ ਲਾ ਹਰ ਇੱਕ ਨੂੰ ਭਰਨਾ ਹੀ ਪੈਣਾ ਵਾ, ਉਹਦੇ ਵਿੱਚ ਇੱਕ ਖਾਨਾ ਹੋਣਾ ਵਾ ਜੀ। ਪਿਛਲੇ 2011 ਦੇ ਵਿੱਚ 18 ਨੰਬਰ ਖਾਨਾ ਹੁਣ ਸ਼ਾਇਦ ਉਹ ਬਦਲ ਦੇਣ, ਤੇ ਉਹਦੇ ਵਿੱਚ ਖਾਨੇ ਚ ਪੁੱਛਿਆ ਜਾਣਾ ਕਿ ਤੁਹਾਡੀ ਮੇਨ ਲੈਂਗੁਏਜ ਕਿਹੜੀ ਆ, ਮਤਲਬ ਇਹ ਕਿ ਤੁਹਾਡੇ ਘਰਾਂ ਦੀ ਭਾਸ਼ਾ ਕਿਹੜੀ ਬੋਲੀ ਜਾਂਦੀ ਆ, ਉਹਦੇ ਵਿੱਚ ਪੰਜਾਬੀ ਲਿਖਾਉਣਾ। ਉਸ ਤੋਂ ਨੈਕਸਟ ਖਾਨੇ ਦੇ ਵਿੱਚ ਹੋਣਾ ਵਾ ਕਿ ਤੁਹਾਡੀ ਇੰਗਲਿਸ਼ ਭਾਸ਼ਾ ਬੋਲਣ ਦਾ ਮਿਆਰ ਕੀ ਆ, ਮਤਲਬ ਕਿੰਨੀ ਕੁ ਵਧੀਆ ਤੁਸੀਂ ਅੰਗਰੇਜ਼ੀ ਬੋਲ ਲੈਂਦੇ। ਇਹ ਨੀ ਆ ਕਿ ਜੇ ਆਪਾਂ ਪੰਜਾਬੀ ਭਾਸ਼ਾ ਲਿਖਵਾ ਦਿੱਤੀ ਤੇ ਫਿਰ ਸਾਨੂੰ ਜਿਹੜਾ ਅਸੀਂ ਅੰਗਰੇਜ਼ੀ ਤੋਂ ਪਿੱਛੇ ਹੋ ਜਾਵਾਂਗੇ, ਇਹੋ ਜਿਹੀ ਕੋਈ ਗੱਲਬਾਤ ਨਹੀਂ ਆ। ਤੇ ਮੈਨੂੰ ਆਸ ਹੈ ਕਿ ਆਪਾਂ ਮੋਰਚਾ ਜਿੱਤ ਲੈਣਾ ਵਾ, ਕਿਉਂਕਿ ਤੁਹਾਡੇ ਵਰਗੇ ਜਿਹੜੇ ਸੱਜਣ ਆ ਉਹਨਾਂ ਦਾ ਸਹਿਯੋਗ ਮਿਲ ਰਿਹਾ ਵਾ, ਔਰ ਲੈਫਟ ਦੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਦਲਜੀਤ ਸਿੰਘ ਸਹੋਤਾ ਕਾਂਗਰਸ ਵਾਲੇ ਆ ਜੀ, ਉਹਨਾਂ ਨੇ ਬੜਾ ਸਹਿਯੋਗ ਦਿੱਤਾ, ਇਹ ਆਪਣੇ ਘਰੇ ਉਹਨਾਂ ਨੇ ਕਾਨਫਰੰਸ ਕਰਵਾਈ ਸੀਗੀ। ਰਾਜ ਮਨਵਿੰਦਰ ਸਿੰਘ ਕੰਗ ਹੋਣੀ ਜਿਹੜੇ ਗੁਰਦੁਆਰਾ ਸਾਹਿਬ ਵਾਲੇ, ਉਹਨਾਂ ਨੇ ਤਾਂ ਕਮਾਲ ਹੀ ਕਰ ਦਿੱਤੀ ਜੀ। ਪਹਿਲੀ ਵਾਰ ਯੂਕੇ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਨੇ ਇਹ ਕਿਰਤ ਪਾਈ ਕਿ ਉਹਨਾਂ ਨੇ ਆਪ ਅਰੇਂਜ ਕੀਤੀ ਕਾਨਫਰੰਸ ਔਰ ਸਾਰਿਆਂ ਨੂੰ ਸੱਦਿਆ। ਇਹ ਨਹੀਂ ਹੈ ਕਿ ਉਹਨਾਂ ਨੇ ਕਿਹਾ ਵੀ ਆਹ ਹਾਲ ਤੁਹਾਨੂੰ ਦਿੱਤਾ ਤੇ ਤੁਸੀਂ ਆ ਕੇ ਅਰੇਂਜ ਕਰ ਲਓ, ਏਦਾਂ ਨਹੀਂ। ਉਹਨਾਂ ਨੇ ਖੁਦ ਕਰਵਾਈ ਸਾਰੀ, ਉਹ 2 ਵਾਰੀ ਕਾਨਫਰੰਸਾਂ ਕਰਵਾ ਚੁੱਕੇ ਆ ਉਹ, ਔਰ ਕਾਨਫਰੰਸਾਂ ਦੇ ਵਿੱਚ ਜਿਹੜੇ ਇੰਟਲੈਕਚੁਅਲ ਬੰਦੇ ਆ, ਜਿਹੜੇ ਦੂਰ ਦੂਰ ਤੋਂ ਉਹਨਾਂ ਨੇ ਪੈਸੇ ਖਰਚ ਕਰਕੇ ਸਾਰਾ ਮਿਹਨਤ ਕਰਕੇ, ਜਿਹੜੇ ਪਟਿਆਲਾ ਯੂਨੀਵਰਸਿਟੀ ਤੋਂ ਹੋਰ ਉਥੋਂ ਜਿਹੜੇ ਯੋਗ ਵਿਅਕਤੀ ਉਹਨਾਂ ਨੂੰ ਸੱਦ ਕੇ ਤੇ ਉਹਨਾਂ ਦੇ ਜਿਹੜੇ ਵਿਚਾਰ ਸੀਗੇ ਉਹ ਸਾਰਿਆਂ ਨਾਲ ਸਾਂਝੇ ਇੱਥੇ ਕੀਤੇ, ਆਪਾਂ ਵੀ ਕੀ ਪ੍ਰੋਬਲਮ ਹੈ, ਆਪਾਂ ਕਿਉਂ ਇੰਨੇ ਪਿਛੜ ਚੁੱਕੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ। ਮੈਂ ਤੁਹਾਡਾ ਇਧਰ ਵੀ ਧਿਆਨ ਲਿਆਉਣਾ ਹੈਗਾ ਭਾਈ, ਜਿਹੜਾ ਤੁਸੀਂ ਇਹੋ, ਪਰ ਮੈਨੂੰ ਲੱਗਦਾ ਹੈਗਾ ਭਾਈ ਲੋਕਾਂ ਨੇ ਅਣਜਾਣੇ ਤੌਰ ਤੇ ਉਹ 2011 ਵਿਚ ਫਾਰਮ ਫਿਲ ਕਰਨ ਦੇ ਵਿਚ ਮਿਸਟੇਕ ਹੋ ਗਈ ਹੈਗੀ ਆ, ਕਿਉਂਕਿ 273,000 ਮੇਰੇ ਕੋਲ ਅੰਕੜੇ ਹੈਗੇ ਆ ਕਿ ਜਿਨ੍ਹਾਂ ਲੋਕਾਂ ਨੇ ਇਹ ਕਿਹਾ ਹੈਗਾ ਅਸੀਂ ਪੰਜਾਬੀ ਭਾਸ਼ਾ ਜਿਨ੍ਹਾਂ ਲਿਖਾਈ ਆ, ਜਦਕਿ ਅੰਕੜੇ ਦੱਸਦੇ ਆ 432,000
429 ਤਾਂ ਸਿੱਖ ਪਾਪੂਲੇਸ਼ਨ ਹੈਗੀ ਆ ਜਿਹੜੀ ਪੰਜਾਬੀ ਬੋਲਦੀ ਹੈਗੀ ਆ, ਗੁਰੂਆਂ ਦੀ ਭਾਸ਼ਾ ਬੋਲਦੀ ਹੈਗੀ ਆ, ਉਹ ਭਗਤਾਂ ਦੀ ਬਾਣੀ ਬੋਲਦੀ ਹੈਗੀ ਆ। ਇਹਦੇ ਨਾਲ ਨਾਲ ਇਹੋ ਇਹ ਜਿਹੜੀ ਆ ਮੁਸਲਿਮ ਭਾਈਚਾਰਾ ਹੈਗਾ ਜਿਹਦੇ ਵਿੱਚ ਇਸ ਵੇਲੇ ਮੋਰ ਅਰਾਊਂਡ 50% ਜਿਹੜੀ ਪਾਪੂਲੇਸ਼ਨ ਆ ਉਹ ਪਾਕਿਸਤਾਨ ਵਿੱਚ ਪੰਜਾਬੀ, ਉਥੋਂ ਦੇ ਲੋਕ ਜਿਹੜੇ ਆਏ ਹੈਗੇ ਇੱਥੇ ਪੰਜਾਬੀ ਬੋਲਦੇ ਆ, ਹਿੰਦੂ ਪੰਜਾਬੀ ਬੋਲਦੇ ਹੈਗੇ ਆ। ਇਸ ਤੋਂ ਬਾਅਦ ਹੋਰ ਜਿਹੜੇ ਆ ਕਿਸੇ ਰਿਲੀਜਨ ਚ ਨਹੀਂ ਵਿਸ਼ਵਾਸ ਕਰਦੇ ਪੰਜਾਬ ਚੋਂ, ਉਹ ਵੀ ਪੰਜਾਬੀ ਬੋਲਦੇ ਆ। ਉਹਨਾਂ ਦੀਆਂ ਕਾਫੀ ਇਹੋ ਅਣਗੌਲੇ ਕਰ ਗਿਆ ਵੀ ਹਾਂ ਖਰਾ ਨੇ ਇੰਗਲਿਸ਼ ਵੀ ਲਿਖ ਕੇ ਸਾਨੂੰ ਕੁਛ ਐਡਵਾਂਟੇਜ ਮਿਲਣਾ, ਪਰ ਉਹਦੇ ਵਿੱਚ ਤੁਹਾਨੂੰ ਇੱਦਾਂ ਨਹੀਂ ਲੱਗਦਾ ਫਰਕ ਪਿਆ ਹੈਗਾ? ਜਦੋਂ ਕੋਈ ਸਰਕਾਰ ਯੋਜਨਾ ਬਣਾਉਂਦੀ ਆ ਸਾਡੇ ਇੰਨੇ ਪੰਜਾਬੀ ਬੋਲਦੇ ਆ, ਇਹਨਾਂ ਵਾਸਤੇ ਕੁਛ ਅਸੀਂ ਇਹਨਾਂ ਨੂੰ ਐਜੂਕੇਸ਼ਨ ਪੱਖੋਂ ਕੁਛ ਉਪਰਾਲੇ ਕਰੀਏ ਜਾਂ ਕੋਈ ਹੋਰ ਇਹੋ ਜਿਹੇ ਉਪਰਾਲੇ ਕਰੀਏ, ਜਦੋਂ ਉਹ ਕੋਈ ਫੰਡਿੰਗ ਵੀ ਅਲੋਟ ਕਰਨੀ ਹੁੰਦੀ ਆ ਐਜੂਕੇਸ਼ਨ ਵਾਸਤੇ ਜਾਂ ਹੋਰ ਸਮਾਜ ਭਲਾਈ ਦੀਆਂ ਸਕੀਮਾਂ ਵਾਸਤੇ, ਉਹਦੇ ਚੋਂ ਫਿਰ ਅਸੀਂ ਲੋਕ ਜਿਹੜੇ ਹੈਗੇ ਆ, ਜੇ ਅਸੀਂ ਸੱਚੀ ਸੱਚ ਜਿਹੜੀ ਗੱਲ ਹੈਗੀ ਆ ਉਹ ਨਹੀਂ ਲਿਖਾਂਗੇ ਤਾਂ ਅਸੀਂ ਪਛੜ ਜਾਵਾਂਗੇ। ਇਹਦੀ ਤੁਸੀਂ ਇੰਨੀ ਇਹੋ ਅਹਿਮੀਅਤ ਨਹੀਂ ਸਮਝਦੇ? ਜੀ ਤੁਸੀਂ ਬਹੁਤ ਹੀ ਵਧੀਆ ਗੱਲ ਕੀਤੀ ਆ। 2011 ਦੇ ਵਿੱਚ ਹਾਲਾਤ ਇਹ ਸੀਗੇ ਕਿ 273,000 ਲੋਕਾਂ ਨੇ ਤੇ ਲਿਖਾਇਆ ਕਿ ਹਾਂ ਅਸੀਂ ਘਰਾਂ ਚ ਪੰਜਾਬੀ ਬੋਲਦੇ ਹਾਂ, ਤੇ 4 ਲੱਖ ਤੋਂ ਉਪਰ ਜਿਹੜੇ ਉਹ ਸਿੱਖ ਹੀ ਸੀਗੇ। ਹੁਣ ਗੱਲ ਇਹ ਆ ਕਿ ਇਹਦਾ ਕਾਰਨ ਕੀ, ਇਹਦਾ ਕਾਰਨ ਇੱਕੋ ਹੀ ਆ ਕਿ ਜਿਹੜੀ ਆਪਾਂ ਅਵੇਅਰਨੈਸ ਨੀ ਹੈਗੀ, ਆਪਾਂ ਨੂੰ ਆਪਾਂ ਜਾਗੇ ਨੀ, ਆਪਾਂ ਨੂੰ ਅਹਿਮੀਅਤ ਦਾ ਪਤਾ ਨੀ। ਹੁਣ ਪਿਛਲੇ ਤਕਰੀਬਨ 20-25 ਦਿਨ ਪਹਿਲਾਂ ਮੈਂ ਖੁਦ ਇੱਕ ਸਰਵੇ ਕੀਤਾ, ਮੈਂ 10 ਲੋਕਾਂ ਨੂੰ ਇਹ ਪੁੱਛਿਆ ਕਿ UK ਦੇ ਵਿੱਚ ਸੈਂਸਸ ਹੋਣਾ ਵਾ ਤੇ ਕਦੋਂ ਹੋ ਰਿਹਾ ਵਾ ਸੈਂਸਸ, ਉਹਦੇ ਵਿੱਚ 1-2 ਗੋਰੇ ਵੀ ਸ਼ਾਮਲ ਸੀਗੇ। ਮੈਂ 10 ਲੋਕਾਂ ਨੂੰ ਪੁੱਛਿਆ ਔਰ ਉਹਨਾਂ ਦੇ ਵਿੱਚੋਂ ਸਿਰਫ 6 ਲੋਕਾਂ ਨੂੰ ਪਤਾ ਸੀਗਾ ਵੀ ਅਗਲੇ ਸਾਲ ਜਿਹੜਾ ਵਾ ਉਹ ਹੋਣਾ ਵਾ, ਔਰ ਉਹਨਾਂ 6 ਦੇ ਵਿੱਚੋਂ ਵੀ ਤਕਰੀਬਨ 3 ਨੂੰ ਪਤਾ ਸੀ ਮਾਰਚ ਦੇ ਵਿੱਚ ਹੋਣਾ ਵਾ, ਬਾਕੀ 4 ਨੂੰ ਇਹ ਨੀ ਸੀ ਪਤਾ ਕਿ ਅਗਲੇ ਸਾਲ ਮਾਰਚ ਦੇ ਵਿੱਚ ਜਿਹੜਾ ਵਾ ਮਰਦਮਸ਼ੁਮਾਰੀ ਹੋਣੀ ਆ। ਉਹਦੇ ਵਿੱਚ ਸਾਰੀ ਕਮਿਊਨਿਟੀਆਂ ਦੇ ਮੈਂ 1-2 ਬੰਦਿਆਂ ਕੋਲੋਂ ਜਾ ਕੇ ਮੈਂ ਪੁੱਛਦਾ ਰਿਹਾ, ਔਰ ਮਤਲਬ ਇਹ ਕਿ ਅਜੇ ਵੀ 75% ਲੋਕਾਂ ਨੂੰ ਇਹ ਨਹੀਂ ਪਤਾ ਵੀ ਅਗਲੇ ਸਾਲ ਜਿਹੜਾ ਵਾ ਇੱਥੇ UK ਦੇ ਵਿੱਚ ਸੈਂਸਸ ਹੋ ਰਿਹਾ। ਹੁਣ ਇਹ ਸੈਂਸਸ ਜਿਹੜਾ ਅਗਲੇ ਸਾਲ ਇਹ ਇੰਨਾ ਇੰਪੋਰਟੈਂਟ ਆ, ਇਹ ਪੋਲੀਟੀਕਲ ਜਦੋਂ ਇੱਥੇ ਕੋਈ ਇਲੈਕਸ਼ਨ ਹੁੰਦੀ ਆ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਕਿੰਨਾ ਪ੍ਰਚਾਰ ਕਰਦੀਆਂ, ਪਰ ਸੈਂਸਸ ਦੇ ਬਾਰੇ ਅਜੇ ਤੱਕ ਕਿਸੇ ਪੋਲੀਟੀਕਲ ਪਾਰਟੀ ਨੇ ਕੋਈ ਸਟਰੋਂਗਲੀ ਜਿਹੜੀ ਸਟੇਟਮੈਂਟ ਨਹੀਂ ਦਿੱਤੀ। ਹਾਲਾਂਕਿ ਜਿਹੜੀ ਜਦੋਂ ਇਲੈਕਸ਼ਨਾਂ ਹੁੰਦੀਆਂ ਉਦੋਂ ਆਪਾਂ 25%, 30%, 50% ਲੋਕੀ ਹਿੱਸਾ ਲੈਣ ਤੇ ਗੱਡੀ ਚੱਲ ਜਾਂਦੀ ਆ, ਪਰ ਇਹਦੇ ਵਿੱਚ ਇਹ ਤੇ ਕੰਪਲਸਰੀ ਆ, ਉਹ ਵੀ ਬਾਈ ਲਾਅ ਹਰ ਇੱਕ ਨੂੰ ਭਰਨਾ ਹੀ ਪੈਣਾ ਵਾ। ਲੇਕਿਨ ਸੈਂਸਸ ਬੋਰਡ ਜਿਹੜਾ ਵਾ ਉਹ ਹੁਣ ਦੇਰ ਆਏ ਦਰੁਸਤ ਆਏ, ਹੁਣ ਉਹ ਥੋੜਾ ਜਿਹਾ ਜਾਗੇ ਆ, ਉਹਨਾਂ ਨੇ 40,000 ਦੇ ਕਰੀਬ ਲੋਕਾਂ ਨੂੰ ਅੰਗੇਜ ਕਰਨਾ ਵਾ, 40,000 ਉਹਨਾਂ ਨੇ ਨੌਕਰੀਆਂ ਕੱਢੀਆਂ ਵਾ, ਜਿਹਦੇ ਵਿੱਚੋਂ ਪੰਜਾਬੀ ਭਾਸ਼ਾ ਜਿਹੜਾ ਵਾ ਬੋਲਣ ਵਾਲੇ ਉਹ ਵੀ ਜਾ ਕੇ census.jobs.co.uk ਤੇ ਜਾ ਕੇ ਆਪਣੀਆਂ ਜੋਬਾਂ ਜਿਹੜੀਆਂ ਵਾ ਉਹਨੂੰ ਅਪਲਾਈ ਕਰ ਸਕਦੇ ਆ। ਪਿੱਛੇ ਜੇ ਉਹਨਾਂ ਨੇ ਇਗਨੋਰ ਕਰ ਦਿੱਤਾ ਸੀਗਾ, ਲੇਕਿਨ ਪੰਜਾਬੀ ਭਾਸ਼ਾ ਜਿਹੜੀ ਕਮਿਊਨਿਟੀ ਬੋਲਣ ਵਾਲੀ ਇੱਥੇ UK ਦੇ ਵਿੱਚ ਸਾਰਿਆਂ ਨੇ ਬੜਾ ਜ਼ੋਰ ਲਾਇਆ ਵਾ, MPਾਂ ਨੇ, ਲਾਰਡ ਨੇ, ਸਾਰਿਆਂ ਨੇ, ਔਰ ਉਹਦੀ ਵਜ੍ਹਾ ਦੇ ਨਾਲ ਉਹਨਾਂ ਨੇ ਪੰਜਾਬੀ ਭਾਸ਼ਾ ਜਿਹੜੀ ਆ ਉਹ ਦੁਬਾਰਾ ਉਹਦੇ ਵਿੱਚ ਇਨਕਲੂਡ ਕਰ ਦਿੱਤੀ ਹੈ। ਕਮਿਊਨਿਟੀ ਐਡਵਾਈਜ਼ਰ ਵਰਕਿੰਗ ਵਿਦ ਦੀ ਇੰਡੀਅਨ ਕਮਿਊਨਿਟੀ, ਉਹਦੇ ਵਿੱਚ ਉਹਨਾਂ ਨੇ ਇੰਗਲਿਸ਼ ਦੇ ਨਾਲ ਗੁਜਰਾਤੀ ਦੇ ਨਾਲ ਔਰ ਪੰਜਾਬੀ ਕਰ ਦਿੱਤੀ ਹੈ। ਹੁਣ ਕੋਈ ਵੀ ਪੰਜਾਬੀ ਭਾਸ਼ਾ ਬੋਲਣ ਵਾਲਾ ਬੰਦਾ ਤੇ ਅੰਗਰੇਜ਼ੀ ਭਾਸ਼ਾ ਬੋਲਣ ਵਾਲਾ ਵਿਅਕਤੀ ਉਹ census.jobs.co.uk ਤੇ ਜਾ ਕੇ ਜੋਬ ਅਪਲਾਈ ਕਰ ਸਕਦਾ। ਹੁਣ ਉਹ ਕਰ ਤਾਂ ਰਹੇ ਆ, ਪਰ ਫੇਰ ਵੀ ਅਜੇ ਵੀ ਪਰ ਜਦੋਂ ਅਕਸਰ ਗੌਰਮੈਂਟਾਂ ਨੇ ਜਿਹੜੀ ਕੋਈ ਪਲੈਨਿੰਗ ਕਰਨੀ ਆ ਫਿਊਚਰ ਵਿੱਚ, ਉਹਨਾਂ ਕੋਲ ਜਿਹੜੇ ਅੰਕੜੇ ਆਉਣਗੇ ਉਹਦੇ ਅਨੁਸਾਰ ਹੀ ਤੁਹਾਡੇ ਕਰਨਗੇ ਨਾ ਉਹਦੇ। ਜੇ ਸਾਡੇ ਪੰਜਾਬੀ ਕਮਿਊਨਿਟੀ ਇਸ ਗੱਲ ਲਈ ਅਵੇਅਰ ਹੋਈ ਗਈ, ਸਿੱਖ, ਮੁਸਲਿਮ, ਹਿੰਦੂ, ਜਿੰਨੀਆਂ ਕਮਿਊਨਿਟੀਆਂ ਦੇ ਕ੍ਰਿਸਚਨ ਜਿਹੜੇ ਵੀ ਪੰਜਾਬੀ ਬੋਲਦੇ ਹੈਗੇ ਆ ਉਹ ਆਪਣੀ ਸਹੀ ਭਾਸ਼ਾ ਇਸਤੇਮਾਲ, ਤਾਂ ਸਾਡੇ ਲਈ ਨੌਕਰੀਆਂ ਵੀ ਉਹਨਾਂ ਪੰਜਾਬੀ ਲੋਕਾਂ ਲਈ ਵੱਧ ਹੋਣਗੀਆਂ। ਹੋਰ ਜਿਹੜੀਆਂ ਸਹੂਲਤਾਂ ਐਜੂਕੇਸ਼ਨ ਪੱਖੋਂ ਸਕੂਲਾਂ ਵਿੱਚ, ਯੂਨੀਵਰਸਿਟੀਆਂ ਵਿੱਚ ਇਹੋ ਸਪੈਸ਼ਲ ਸਬਜੈਕਟ ਵੀ ਤੁਸੀਂ ਮੰਗ ਕਰ ਸਕਦੇ ਆ। ਇਹੋ ਆਪੇ ਇਸ ਵੇਲੇ ਜੇ ਤੁਸੀਂ ਸਕੂਲ ਦੇ ਵਿੱਚ ਕਹਿੰਦੇ ਆ ਵੀ ਸਾਡਾ ਬੱਚੇ ਨੂੰ ਪੰਜਾਬੀ ਭਾਸ਼ਾ ਸਿੱਖਣੀ ਜ਼ਰੂਰੀ ਆ, ਤਾਂ ਉਹਨਾਂ ਦਾ ਇਹੋ ਆਪੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਕੁਛ ਅਰੇਂਜ ਸਕੂਲ ਯਤਨ ਕਰਦੇ ਹੈਗੇ ਆ। ਪਰ ਜੇ ਅਸੀਂ ਸਾਡੇ ਅੰਕੜੇ ਇਹਨਾਂ ਚ ਕਸੌਰ ਕਰਕੋ ਜਾਣਗੇ ਫਿਰ ਤਾਂ ਅਸੀਂ ਬਹੁਤ ਜਿੱਦਾਂ ਇਹਨੂੰ ਇਹ ਤੋਂ ਪਛੜੇ ਨਹੀਂ ਫੀਲ ਕਰਦੇ, ਤਾਂ ਜਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਇੱਦਾਂ ਫੀਲ ਕਰਦੇ ਆ? ਇਹਦੇ ਲਈ ਹੋਰ ਕੀ ਕੰਪੇਨਾਂ ਜਿਹੜੀਆਂ ਲੋਕ ਕਰਨ ਜਿਹਦੇ ਵਿੱਚ ਇੱਕ ਤਾਂ ਭਾਸ਼ਾ ਲਿਖਾਉਣ, ਦੂਸਰੇ ਪਾਸੇ ਇੱਕ ਦੂਸਰੇ ਨੂੰ ਜਾਗਰਤ ਕਰਨ, ਜਾਂ ਕਿੱਦਾਂ ਤੁਸੀਂ ਇਹਦੇ ਬਾਰੇ ਸੋਚਦੇ ਆ?
ਜੀ ਜਿਹੜਾ ਫਾਰਮ ਹੋਣਾ ਵਾ ਉਹਦੇ ਵਿੱਚ ਜਿੰਨੇ ਵੀ ਖਾਨੇ ਦਿੱਤੇ ਹੋਣੇ ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਔਰ ਜੋ ਵੀ ਸਹੀ ਸਹੀ ਆ ਉਹ ਆਪਾਂ ਨੂੰ ਲਿਖਣਾ ਚਾਹੀਦਾ ਵਾ ਉਹਦੇ ਵਿੱਚ ਜਿਹੜੀ ਆਪਾਂ ਕੰਪੇਨ ਤੇ ਪੰਜਾਬੀ ਭਾਸ਼ਾ ਬਾਰੇ ਹੀ ਕਰ ਰਹੇ ਹਾਂ ਲੇਕਿਨ ਹੋਰ ਵੀ ਜਿਹੜੇ ਜਥੇਬੰਦੀਆਂ ਹੋਰ ਵੀ ਅਦਾਰੇ ਹੈਗੇ ਨੇ ਜਿਹੜੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਆਪਣੀ ਲੜਾਈ ਲੜ ਰਹੇ ਨੇ ਔਰ ਮੈਂ ਤਾਂ ਪੰਜਾਬੀ ਭਾਸ਼ਾ ਦੀ ਗੱਲ ਕਰੂੰਗਾ ਤੁਸੀਂ ਗੱਲ ਕੀਤੀ ਆ ਕਿ ਪੰਜਾਬੀ ਭਾਸ਼ਾ ਇਹ ਆਪਾਂ ਨੂੰ ਲਿਖਾਉਣ ਦਾ ਫਾਇਦਾ ਕੀ ਆ ਆਪਾਂ ਕਿਉਂ ਦੂਸਰੇ ਨੰਬਰ ਤੇ ਕਿਉਂ ਆਉਣਾ ਪਹਿਲੀ ਗੱਲ ਤਾਂ ਇਹ ਆ ਜੀ ਸਾਡਾ ਹੱਕ ਬਣਦਾ ਵਾ ਇੱਥੇ ਦੂਸਰੇ ਨੰਬਰ ਤੇ ਕਿਉਂਕਿ ਪੰਜਾਬੀ ਬੋਲਣ ਵਾਲੇ ਲੋਕ ਜਿਹੜੇ ਆ ਕਮਿਊਨਿਟੀ ਜਿਹੜੀ ਆ ਉਹ ਦੂਸਰੀ ਸਭ ਤੋਂ ਵੱਡੀ ਕਮਿਊਨਿਟੀ ਹੈ ਯੂਕੇ ਦੇ ਵਿੱਚ ਔਰ ਅਸੀਂ ਆਪਣੇ ਸਿਰ ਤੇ ਆਪਣੇ ਸਾਨੂੰ ਜਿਹੜੇ ਆ ਵੱਡੇ ਵੱਡੇ ਇਨਾਮਾਂ ਦੇ ਨਾਲ ਨਵਾਜਿਆ ਗਿਆ ਵਰਲਡ ਵਾਰ ਟੂ ਦੇ ਵਿੱਚ ਵਰਲਡ ਵਾਰ ਵਨ ਦੇ ਵਿੱਚ ਵਿਕਟੋਰੀਆ ਕ੍ਰੋਸ ਤੇ ਹੋਰ ਜਿੰਨੇ ਵੀ ਆ ਹੋਰ ਕਿਸੇ ਕਮਿਊਨਿਟੀ ਦੇ ਕੋਲ ਨਹੀਂ ਹੈਗੇ ਔਰ ਪੰਜਾਬੀ ਜਿਹੜੀ ਆ ਉਹ ਆਪਾਂ ਸਾਰੇ ਇੱਥੇ ਬੋਲਦੇ ਤੇ ਹੈਗੇ ਹੀ ਆ ਲੇਕਿਨ ਅਵੇਅਰ ਨਹੀਂ ਆ ਹੁਣ ਆਪਾਂ ਕਰਨਾ ਕੀ ਆ ਕਿ ਜਿੰਨੇ ਵੀ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਆ ਭਾਵੇਂ ਉਹ ਹਿੰਦੂ ਆ ਮੁਸਲਿਮ ਆ ਸਿੱਖ ਈਸਾਈ ਆ ਬੁੱਧੀ ਜੈਨੀ ਪਾਰਸੀ ਖਾਲਿਸਤਾਨੀ ਨੋਨ ਖਾਲਿਸਤਾਨੀ ਐਂਟੀ ਖਾਲਿਸਤਾਨੀ ਜਾਂ ਜਿਹੜੇ ਆਸਤਿਕ ਆ ਨਾਸਤਿਕ ਆ ਜਿੰਨੇ ਵੀ ਆ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੀਆਂ ਵਾ ਕਿ ਹੁਣ ਮੌਕਾ ਵਾ ਹੁਣ ਆਪ ਦੇ ਤੁਸੀਂ ਤੁਹਾਨੂੰ ਅਵੇਅਰ ਹੋ ਹੀ ਚੁੱਕੇ ਤੇ ਲੇਕਿਨ ਦੂਸਰਿਆਂ ਨੂੰ ਅਵੇਅਰ ਕਰੋ ਕਿ ਜਿਹੜਾ ਸੈਂਸਸ ਆ ਰਿਹਾ ਵਾ ਉਹਦੇ ਵਿੱਚ ਆਪਾਂ ਉਹਦੇ ਬਾਈ ਲਾਅ ਹਿੱਸਾ ਤੇ ਲੈਣਾ ਹੀ ਲੈਣਾ ਵਾ ਲੇਕਿਨ ਉਹਨੂੰ ਬੜੇ ਧਿਆਨ ਦੇ ਨਾਲ ਪੜ੍ਹ ਕੇ ਚੰਗੀ ਤਰ੍ਹਾਂ ਉਹਨੂੰ ਭਰਨਾ ਵਾ ਕੋਈ ਗਲਤੀ ਨਹੀਂ ਕਰਨੀ ਤੇ ਆਪਣੀ ਜਿਹੜੀ ਘਰਾਂ ਦੇ ਵਿੱਚ ਤੁਸੀਂ ਭਾਸ਼ਾ ਬੋਲਦੇ ਜੀ ਉਹੀ ਲਿਖਾਉਣੀ ਆ ਇਹ ਨਹੀਂ ਹੈ ਕਿ ਜੇ ਆਪਾਂ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਹਾਂ ਤੇ ਆਪਾਂ ਅੰਗਰੇਜ਼ੀ ਲਿਖਾਵਾਂਗੇ ਤੇ ਅਸੀਂ ਪਤਾ ਨਹੀਂ ਉਹਦੇ ਵਿੱਚ ਜਿਹੜਾ ਵਾ ਉਹ ਸਾਡਾ ਕੋਈ ਸਟੈਂਡਰਡ ਉੱਚਾ ਹੋ ਜਾਊਗਾ ਇਹੋ ਜਿਹੀ ਕੋਈ ਗੱਲ ਨਹੀਂ ਆ ਪੰਜਾਬੀ ਭਾਸ਼ਾ ਜਿਹੜੀ ਆ ਉਹ ਦੂਸਰੀ ਮੋਸਟ ਸਪੋਕਨ ਲੈਂਗੁਏਜ ਜਿਹੜੀ ਆ ਯੂਕੇ ਦੀ ਰਹੀ ਆ ਤੇ ਆਪਾਂ ਇਹਨੂੰ ਫਿਰ ਦੂਸਰੇ ਨੰਬਰ ਤੇ ਲੈ ਕੇ ਆਉਣਾ ਵਾ ਇਹਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਤੇ ਇਹਦੇ ਹੋਰ ਫਾਇਦੇ ਕੀ ਆ ਜਿਹੜੀ ਪਟਨਾ ਸਾਹਿਬ ਏਦਾਂ ਕਰੋ ਕਿ ਤੁਸੀਂ ਲਾਈਨ ਤੇ ਟਿਕੇ ਰਹੋ ਮੈਂ ਹੁਣ ਪ੍ਰੋਫੈਸਰ ਸਾਹਿਬ ਵੱਲ ਜਾਵਾਂਗਾ ਪ੍ਰੋਫੈਸਰ ਜੋਗਾ ਸਿੰਘ ਵਿਰਕ ਜਿਹੜਾ ਕਿ ਕਾਫੀ ਉਹਨਾਂ ਦੀ ਪੰਜਾਬੀ ਭਾਸ਼ਾ ਦੇ ਵਾਸਤੇ ਕਾਫੀ ਉਹਨਾਂ ਦੀ ਕਮਾਂਡ ਵੀ ਆ ਕਮਾਂਡ ਦੇ ਨਾਲ ਨਾਲ ਉਹਨਾਂ ਨੇ ਬਹੁਤ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਵਾਸਤੇ ਉਹ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਤੋਂ ਜੁੜੇ ਹੋਇਆ ਗਿਆ ਉਹਨਾਂ ਨਾਲ ਚੱਲਦੇ ਆ ਪ੍ਰੋਫੈਸਰ ਜੋਗਾ ਸਿੰਘ ਵਿਰਕ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਤੁਹਾਡਾ ਮੈਂ ਨਿੱਘਾ ਸਵਾਗਤ ਕਰਦਾ ਹੈਗਾ ਕੋਹਿਨੂਰ ਰੇਡੀਓ ਤੇ ਸਾਡੇ ਹਜ਼ਾਰਾਂ ਸਰੋਤੇ ਤੁਹਾਨੂੰ ਸੁਣ ਰਹੇ ਹੈਗੇ ਇਸ ਵੇਲੇ ਤੁਸੀਂ ਇੱਕ ਤਾਂ ਸਾਨੂੰ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਪੰਜਾਬੀ ਭਾਸ਼ਾ ਦੀ ਜ਼ਰੂਰਤ ਕਿਉਂ ਹੈਗੀ ਆ ਸਾਨੂੰ ਆਪਣੀ ਮਾਤ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਵਾਸਤੇ ਦੂਸਰੇ ਥੋੜਾ ਸਾਨੂੰ ਜਾਣਕਾਰੀ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਵਿੱਚ ਖੇਤਰਾਂ ਦੇ ਵਿੱਚ ਜਿਹੜੀ ਤੁਸੀਂ ਅੱਜ ਗੱਲਬਾਤ ਕਰ ਰਹੇ ਹੈਗੇ ਆ ਉਹਦੇ ਬਾਰੇ ਕੀ ਪ੍ਰੋਜੈਕਟ ਚੱਲ ਰਹੇ ਹੈਗੇ ਆ ਉਹਨਾਂ ਬਾਰੇ ਵੀ ਸਾਨੂੰ ਥੋੜੀ ਬਰੀਫਲੀ ਜਾਣਕਾਰੀ ਦਿਓ ਵੈਸੇ ਤੁਹਾਡੇ ਲਈ ਇੱਕ ਵਿਸ਼ੇਸ਼ ਮੈਂ ਪ੍ਰੋਗਰਾਮ ਨੈਕਸਟ ਕੁਝ ਇੱਕ ਦੋ ਹਫ਼ਤਿਆਂ ਵਿੱਚ ਅਰੇਂਜ ਕਰ ਰਿਹਾ ਜਿਹਦੇ ਵਿੱਚ ਕਿਉਂਕਿ ਬਹੁਤ ਵੱਡਾ ਤੁਹਾਡੇ ਕੋਲ ਸਮੱਗਰੀ ਆ ਉਹਦੇ ਲਈ ਸਾਡੇ ਸਰੋਤੇ ਸੁਣਨਾ ਚਾਹਣਗੇ ਪਰ ਅੱਜ ਅਸੀਂ ਬਰੀਫਲੀ ਤੁਹਾਡੇ ਕੋਲ ਜਾਣਕਾਰੀ ਚਾਹਾਂਗੇ ਬੜੀ ਮਿਹਰਬਾਨੀ ਗਿੱਲ ਸਾਹਿਬ ਤੇ ਪਟਨਾ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਵੀ ਬਹੁਤ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਪੰਜਾਬੀ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਮੈਂ ਆਪਣੀ ਗੱਲ ਇੱਥੋਂ ਸ਼ੁਰੂ ਕਰਨਾ ਚਾਹਾਂਗਾ ਕਿ 21ਵੀਂ ਸਦੀ ਨੂੰ ਜਾਣਕਾਰੀ ਤੇ ਗਿਆਨ ਦੀ ਸਦੀ ਕਿਹਾ ਗਿਆ ਹੈ ਪਰ ਭਾਸ਼ਾ ਬਾਰੇ ਜਿਹੜੀ ਜਾਣਕਾਰੀ ਗਿਆਨ ਜਾਂ ਸਮਝ ਹੈ ਚੇਤਨਾ ਹੈ ਉਹ ਇਕੱਲੇ ਪੰਜਾਬ ਚ ਹੀ ਨਹੀਂ ਭਾਰਤ ਚ ਹੀ ਨਹੀਂ ਮੈਨੂੰ ਲੱਗਦਾ ਕਿ ਸਾਰੀ ਸਾਰੀ ਦੁਨੀਆਂ ਦੇ ਉੱਤੇ ਹੀ ਬਹੁਤ ਘੱਟ ਹੈ ਮੈਂ ਤੁਹਾਡੇ ਨਾਲ ਦੋ ਖੋਜਾਂ ਸਾਂਝੀਆਂ ਕਰਨੀਆਂ ਚਾਹਾਂਗਾ ਇੱਕ ਤੇ ਇਹ ਆਪਣੀ ਬਰਤਾਨੀਆ ਦੀ ਹੈ ਯੂਕੇ ਦੀ ਖੋਜ ਹੈ ਕੁਝ ਚਿਰ ਪਹਿਲਾਂ ਦੀ ਗੱਲ ਹੈ ਇਹ ਜਿਹੜਾ ਤੁਹਾਡਾ ਬਰਤਾਨੀਆ ਦਾ ਇੱਕ ਬੜਾ ਹੀ ਵਕਾਰੀ ਰਸਾਲਾ ਇਕੋਨੋਮਿਸਟ ਅਰਥਸ਼ਾਸਤਰ ਦਾ ਅਰਥ ਵਿਗਿਆਨ ਦਾ ਇਕਨੋਮਿਕਸ ਦਾ ਉਹਦੇ ਛਪੇ ਸੀ ਉਹਦੇ ਤੇ ਖੋਜ ਛਪੇ ਸੀ ਕਿ ਜਿਹੜੇ ਯੂਰਪ ਦੇ ਬੈਂਕ ਨੇ ਉਹ ਜਿਹੜੇ ਯੂਰਪ ਦੇ ਬਾਕੀ ਦੇਸ਼ਾਂ ਦੇ ਨਾਗਰਿਕ ਨੇ ਬਰਤਾਨੀਆ ਨੂੰ ਛੱਡ ਕੇ ਉਹਨਾਂ ਨੂੰ ਤੇ ਨੌਕਰੀਆਂ ਦਿੰਦੇ ਨੇ ਪਰ ਯੂਕੇ ਦੇ ਨਾਗਰਿਕਾਂ ਨੂੰ ਨੌਕਰੀਆਂ ਬੈਂਕ ਯੂਰਪ ਦੇ ਘੱਟ ਦਿੰਦੇ ਸੀ ਇਸ ਗੱਲ ਦੀ ਯੂਕੇ ਸਰਕਾਰ ਨੇ ਫਿਰ ਪੜਤਾਲ ਕੀਤੀ ਵੀ ਵਜ੍ਹਾ ਕੀ ਹੈ ਵਜ੍ਹਾ ਇਹ ਨਿਕਲੀ ਕਿ ਜਿਹੜਾ ਦੂਜਾ ਯੂਰਪ ਸੀ ਉਹ ਸਾਰਾ ਆਪਣੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਹੋਰ ਭਾਸ਼ਾਵਾਂ ਬਹੁਤ ਪੜਾਉਂਦਾ ਸੀ ਔਰ ਉਹਨਾਂ ਸਕੂਲਾਂ ਕਾਲਜਾਂ ਚ ਆਉਣ ਵਾਲੇ ਜਿਹੜੇ ਬੱਚੇ ਸੀ ਉਹ ਬਹੁ ਭਾਸ਼ੀ ਹੁੰਦੇ ਸੀ ਪਰ ਯੂਕੇ ਨੇ ਵਿਦੇਸ਼ੀ ਭਾਸ਼ਾਵਾਂ ਪੜਾਉਣ ਦੇ ਵਿੱਚ ਉਹਨਾਂ ਧਿਆਨ ਪਹਿਲਾਂ ਨਹੀਂ ਦਿੱਤਾ ਹੁਣ ਤੇ ਚਲੋ ਕਾਫੀ ਧਿਆਨ ਹੈ
जिन्ना देना चाहिदा सी इस करके जिहड़े यूके दे नागरिक सन उन्हां नूं विदेशी भाषावां होर फ्रेंच स्पेनी जर्मन वगैरह आउंदियां घट आउंदियां सन इस करके यूरोप दे बैंकां नूं बहुभाषी बंदे चाहिदे सन। पहली गल तो यह है कि अज के जमाने दे विच एक भाषी होण दा मतलब है कि बंदा अपंग है हैंडीकैप है। दुनिया बहुभाषी है जिथे मर्जी जाओ तुसीं और जिहड़ियां कंपनियां ने नौकरियां देण वाले ने वो इस गल की बहुत कदर करते हैं कि जे बाकी गल्लां इक्को जिहियां होण तां वो बहुभाषी बंदे नूं नौकरी देणगे एक भाषी नूं नहीं देणगे। इस करके जिहड़े यूके दे पंजाबी ने उन्हां नूं एक बहुत वड्डा लाभ अपने आप ही घर चो हो जांदा है कि वह घर चो पंजाबी सीख जांदे ने जे सीखण ते जे घर च पंजाबी बोलण ते ते प्रवेश दे विच उन्हां ने एनवायरमेंट च आले दुआले जिहड़ी अंग्रेजी ते है ही उह ते उन्हां सीख ही जानी है तो अपने आप ही दुभाषिया हो जांदा है ते उन्हूं इहदे च नौकरी च वी लाभ हुंदा। दूजी खोज जिहड़ी मैं तुहाडे नाल सांझी करना चाहुंदा वां उह कनेडा दी है। कनेडा ने यह खोज पिछे जी की कि जेड़े पंजाबी बच्चे जां कोई भी गैर फ्रांसीसी ते गैर अंग्रेजी बच्चे दूजियां भाषावां बोलण वाले प्रवासी सन कनेडा विच जेड़े घरां दे विच उन्हां दी मां बोली बोली जांदी सी उन्हां बच्चियां दी अंग्रेजी ते मुहारत बेहतर सी उन्हां बच्चियां नालों जेड़े घर दे विच अंग्रेजी ते नहीं सन मतलब घर दे विच मान लो पंजाबी सन ते पर घर च पंजाबी नहीं सन बोलदे उह ना पंजाबी ना बोलण वालियां दी अंग्रेजी दी मुहारत घर च पंजाबी बोलण वाले बच्चियां नालों घट सी। इस करके जिहड़ी इह बहुत वड्डा लाभ है जिहड़ा दोभाषी होना और जिहड़ी जिहड़ी जिवें तुसीं परिवार दे विच जिवें भाषा सीख सकदे हो और जिन्नी सूखम और जिन्नियां ओहदे च गल्लां हुंदियां ने ओह तुसीं इक स्कूल दे विच बड़े रस्मी दे तौर ते फॉर्मल तौर ते सीख के ओह भाषा दी उस तरह दी महारत नहीं हो सकती। इस करके ए मेरी ए बेनती है सारे यूके दे पंजाबी भैणां भरावां नूं और तुहानूं भी बेनती है कि गल लै के जानी चाहीदी है। मैं इह दोवां खोजां दे हवाले तुहानूं दस सकना वां बाद च ਇਸ ਕਰਕੇ ਪਹਿਲੀ ਗੱਲ ਤੇ ਹੈ ਕਿ ਪੰਜਾਬੀਆਂ ਨੂੰ ਪੰਜਾਬੀ ਘਰਾਂ ਦੇ ਵਿੱਚ ਬੋਲਣ ਦੇ ਨਾਲ ਦੋ ਵੱਡੇ ਲਾਭ ਹੋਣਗੇ ਉਹਨਾਂ ਦੀ ਅੰਗਰੇਜ਼ੀ ਵੀ ਬਿਹਤਰ ਹੋਏਗੀ ਔਰ ਉਹਨੂੰ ਦੋਭਾਸ਼ੀ ਹੋਣਗੇ ਉਹਨਾਂ ਦੀ ਦੋ ਭਾਸ਼ਾਵਾਂ ਤੇ ਮੁਹਾਰਤ ਹੋਏਗੀ ਉਹਨਾਂ ਨੂੰ ਨੌਕਰੀਆਂ ਲੱਭਣ ਦੇ ਵਿੱਚ ਸੌਖ ਹੋਏਗੀ। ਔਰ ਜਿਵੇਂ ਤੁਸੀਂ ਹੁਣੇ ਹੀ ਕਿਹਾ ਹੈ ਕਿ 12.5 crore ਪੰਜਾਬੀ ਹੈ ਬਲਕਿ ਇਸ ਤੋਂ ਵੀ ਜ਼ਿਆਦਾ ਹੈ ਤਾਂ ਇੰਗਲੈਂਡ ਵਿਚ 5-7 lakh ਪੰਜਾਬੀ ਹੈ 10 lakh ਗਿਣ ਲਵੋ ਬਾਕੀ ਸਾਰਾ ਪੰਜਾਬੀ ਤੇ ਇੰਗਲੈਂਡ ਤੋਂ ਬਾਹਰ ਹੈ ਨਾ ਤੋ ਇੰਗਲੈਂਡ ਨੇ ਜਾਂ ਯੂਕੇ ਨੇ ਇਹਨਾਂ ਬਾਹਰ ਜਿੱਥੇ ਜਿੱਥੇ ਪੰਜਾਬੀ ਬੈਠਾ ਨੇ ਉਹਨਾਂ ਨਾਲ ਵਪਾਰ ਕਰਦਾ ਹੈ ਹੁਣ ਤਾਂ ਦੁਨੀਆਂ ਜੁੜ ਗਈ ਸਾਰੀ ਅਰਥਚਾਰਾ ਤੁਹਾਨੂੰ ਪਤਾ ਹੀ ਹੈ ਸਾਰੀ ਦੁਨੀਆਂ ਦੀ ਅਰਥਚਾਰਾ ਜਿਹੜਾ ਇੰਟਾਗਰੇਟ ਹੋ ਗਿਆ ਇਸ ਕਰਕੇ ਜੇ ਕੰਪਨੀਆਂ ਨੇ ਯੂਕੇ ਦੀਆਂ ਜਿਹੜੀਆਂ ਪਾਕਿਸਤਾਨ ਚ ਕੰਮ ਕਰ ਰਹੀਆਂ ਨੇ ਭਾਰਤ ਚ ਕੰਮ ਕਰ ਰਹੀਆਂ ਨੇ ਪੰਜਾਬ ਚ ਕੰਮ ਕਰ ਰਹੀਆਂ ਨੇ ਜੇ ਪੰਜਾਬੀ ਦੀ ਮੁਹਾਰਤ ਇਹਨਾਂ ਬੱਚਿਆਂ ਦੀ ਅੱਛੀ ਹੋਏਗੀ ਤੇ ਇਹਨਾਂ ਨੂੰ ਉਹਨਾਂ ਕੰਪਨੀਆਂ ਦੇ ਵਿੱਚ ਨੌਕਰੀਆਂ ਨੁਕਰੀਆਂ ਦੇ ਚਾਂਸ ਮੌਕੇ ਜਿਹੜੇ ਵੱਧ ਮਿਲਣਗੇ। ਇਹ ਪਹਿਲੀ ਗੱਲ ਤਾਂ ਮੈਂ ਇਹ ਸਾਂਝੀ ਕਰਨਾ ਚਾਹੁੰਦਾ ਵਾਂ ਕਿ ਬਹੁਤ ਵੱਡਾ ਲਾਭ ਹੈ ਤੁਹਾਨੂੰ ਦੁਭਾਸ਼ੀ ਹੋਣ ਦਾ ਔਰ ਇਸ ਕਰਕੇ ਆਪਣੀ ਮਾਂ ਬੋਲੀ ਨਾਲ ਤੁਹਾਨੂੰ ਦੂਜੀ ਭਾਸ਼ਾ ਵੀ ਚੰਗੀ ਹੋਣੀ ਹੈ। ਤੀਜੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਯੂਕੇ ਦੇ ਪੰਜਾਬੀ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯੂਕੇ ਦੇ ਜਿਹੜਾ ਸੱਭਿਆਚਾਰ ਹੈ ਯੂਕੇ ਦਾ ਵਿਕਾਸ ਹੈ ਡਿਵੈਲਪਮੈਂਟ ਹੈ ਯੂਕੇ ਦੇ ਜੀਵਨ ਦੇ ਸਾਰੇ ਖੇਤਰਾਂ ਦੇ ਵਿੱਚ ਉਹਨਾਂ ਦਾ ਚੰਗਾ ਯੋਗਦਾਨ ਹੋਵੇ ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਹੁਣ ਤੁਸੀਂ ਯੂਕੇ ਦੇ ਜੀਵਨ ਵਿੱਚ ਕਿਵੇਂ ਵਧੀਆ ਯੋਗਦਾਨ ਪਾ ਸਕਦੇ ਹੋ ਉਹ ਇਹ ਹੈ ਕਿ ਉਹ ਗਿਆਨ ਜਿਹੜਾ ਯੂਕੇ ਨੂੰ ਹਾਸਲ ਨਹੀਂ ਹੈ ਪਰ ਪੰਜਾਬੀਆਂ ਨੂੰ ਆਪਣੇ ਵਿਰਸੇ ਚੋਂ ਪਰੰਪਰਾ ਚੋਂ ਸਾਰੇ ਕਾਸੇ ਚੋਂ ਹਾਸਲ ਹੈ ਉਹ ਗਿਆਨ ਯੂਕੇ ਦੇ ਨਾਗਰਿਕਾਂ ਨਾਲ ਸਾਂਝਾ ਕਰਕੇ ਤੁਸੀਂ ਯੂਕੇ ਦੇ ਵਿਕਾਸ ਵਿੱਚ ਹਿੱਸਾ ਪਾ ਸਕਦੇ ਹੋ। ਮਿਸਾਲ ਲਈ ਅੱਜ ਬੜਾ ਚਾਰਜ ਫਿਰੇ ਜਿਹੜਾ ਕੰਜ਼ਿਊਮਰਿਜ਼ਮ ਹੈ ਸਮਾਨ ਖਰੀਦੋ ਦੇ ਔਰ ਆਹ ਕਰੋਨਾ ਨੇ ਇਹ ਗੱਲ ਹੋਰ ਵੀ ਲਿਆ ਕੇ ਸਾਹਮਣੇ ਸਪਸ਼ਟ ਕਰ ਦਿੱਤੀ ਹੈ ਕਿ ਉਹ ਕਹਿਤੇ ਰਹੇ ਨੇ ਸੋਸ਼ਲ ਡਿਸਟੈਂਸਿੰਗ ਮੈਂ ਇਸ ਸਭ ਨੂੰ ਪਸੰਦ ਨਹੀਂ ਕਰਦਾ ਮੈਂ ਕਹਿੰਦਾ ਕਿ ਕਰੋਨਾ ਦੇ ਯੁੱਗ ਵਿੱਚ ਸੋਸ਼ਲ ਨੀਅਰਨੈਸ ਜ਼ਰੂਰੀ ਹੈ ਫਿਜ਼ੀਕਲ ਡਿਸਟੈਂਸ ਜ਼ਿਆਦਾ ਚਾਹੀਦੀ ਹੈ। ਸੋਸ਼ਲ ਨੀਅਰ ਹਰ ਇੱਕ ਬੰਦਾ ਦਿੱਕਤ ਚ ਹੈ ਕਸ਼ਟ ਚ ਹੈ ਤਕਲੀਫ ਚ ਹੈ ਉਹਨੂੰ ਬਹੁਤ ਲੋੜ ਹੈ ਕਿ ਉਹਦੇ ਨਾਲ ਕੋਈ ਗੱਲ ਕਰੇ ਇਸ ਕਰਕੇ ਸੋਸ਼ਲ ਨੀਅਰਨੈਸ ਦੀ ਲੋੜ ਹੈ ਭਾਵੇਂ ਕੋਲ ਬਹਿਣ ਦੀ ਲੋੜ ਨਹੀਂ ਪਰ ਸੋਸ਼ਲ ਨੀਅਰਨੈਸ ਦੇ ਹੋਰ ਤਰੀਕੇ ਨੇ ਅੱਜਕੱਲ ਵੀ ਜਿਹੜਾ ਸਾਡੇ ਕੋਲ ਵਿਜਲਈ ਮਾਧਿਅਮ ਨੇ ਡਿਜੀਟਲ ਮੀਡੀਅਮ ਨੇ ਉਹਨਾਂ ਸਾਰੇ ਕਿੰਨੇ ਕਾਸੇ ਨਾਲ ਹੋ ਸਕਦਾ ਇਸ ਕਰਕੇ ਜਿਹੜੀ ਸੋਸ਼ਲ ਨੀਅਰਨੈਸ ਦੀ ਗੱਲ ਹੈ ਜਾਂ ਸਮੂਹਕ ਜੀਵਨ ਦੀ ਗੱਲ ਹੈ ਕੋਲੈਕਟਿਵ ਲਾਈਫ ਦੀ ਉਹ ਸਾਡੇ ਏਸ਼ੀਅਨ ਜਾਂ ਜਿਹੜਾ
ਹਾਲੇ ਜੀਵਨ ਦਾ ਹਾਲੇ ਵੀ ਤਰਤੀ ਤਰੀਕਾ ਆ ਉਹਦੇ ਚ ਵਧੇਰੇ ਵੇ। ਮੈਂ ਸਮਝਦਾ ਕਿ ਯੂਕੇ ਦੇ ਵਿਚ ਜਿਹੜੇ ਏਸ਼ੀਅਨ ਪਰਿਵਾਰ ਜਾਂ ਪੰਜਾਬੀ ਪਰਿਵਾਰਾਂ ਦੀ ਤਰੱਕੀ ਦਾ ਇੱਕ ਰਾਜ ਇਹ ਕਿ ਉਹਨਾਂ ਦਾ ਪਰਿਵਾਰ ਵੱਡਾ ਹੋਣ ਕਰਕੇ ਵੇ ਕਿ ਕਈ ਬੰਦਿਆਂ ਦੇ ਕਮਾਈ ਕਰਦੇ ਨੇ ਉਹ ਸਾਧਨ ਉਹਨਾਂ ਦੇ ਇਕੱਠੇ ਹੋ ਜਾਂਦੇ ਨੇ ਫਿਰ ਉਹ ਛੋਟਾ ਜਿਹਾ ਕੰਮ ਸ਼ੁਰੂ ਕਰਦੇ ਨੇ ਫਿਰ ਹੌਲੀ ਹੌਲੀ ਵੱਡਾ ਹੋ ਜਾਂਦਾ ਹੈ। ਪਰ ਇਹ ਪਰਿਵਾਰਕ ਜੀਵਨ ਅੰਗਰੇਜ਼ਾਂ ਚ ਨਾ ਹੋਣ ਕਰਕੇ ਉਹ ਆਪਣੇ ਸਾਧਨ ਜਿਹਨਾਂ ਨੂੰ ਪੂਰੇ ਨਹੀਂ ਕਰ ਸਕਦੇ ਇਕੱਠੇ ਨਹੀਂ ਕਰ ਸਕਦੇ। ਇਹ ਜਿਹੜੀ ਏਸ਼ੀਅਨ ਲਾਈਫ ਹੈ ਇਹਦਾ ਬਹੁਤ ਕੁਝ ਯੂਕੇ ਵਾਸਤੇ ਵੀ ਲਾਭ ਹੈ ਕਿ ਉਹ ਏਸ਼ੀਅਨ ਜੀਵਨ ਦਰਸ਼ਨ ਤੋਂ ਏਸ਼ੀਅਨ ਜੀਵਨ ਜਾਂਚ ਤੋਂ ਕਾਫੀ ਕੁਝ ਸਿੱਖਣ ਔਰ ਉਹਦੇ ਚ ਸਾਰਿਆਂ ਨੂੰ ਉਹਨਾਂ ਨੂੰ ਵੀ ਲਾਭ ਹੋਏਗਾ ਯੂਕੇ ਤੋਂ ਜਿਹੜਾ ਲਾਭ ਹੋਏਗਾ। ਮੈਂ ਅਖੀਰ ਦੇ ਵਿਚ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਸਾਡੇ ਜਿਹੜੇ ਆ ਇਸ ਵੇਲੇ ਹਜ਼ਾਰਾਂ ਸਰੋਤੇ ਤੁਹਾਡੇ ਇਸ ਵੇਲੇ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਜਿਹੜੀ ਸੈਂਸਸ ਹੋ ਰਹੀ ਹੈਗੀ ਆ 2021 ਦੇ ਵਿਚ ਅਸੀਂ ਪਿਛਲੇ ਸਮੇਂ ਵਿਚ ਅਣਜਾਣੇ ਤੌਰ ਤੇ ਪੰਜਾਬੀ ਕਮਿਊਨਿਟੀ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਿਖਾਈ ਨੀ ਜਦਕਿ ਸਾਡੇ ਅੰਕੜੇ ਦੱਸਦੇ ਆ 7 ਲੱਖ ਤੋਂ ਉੱਤੇ ਹੈਗੇ ਆ 2,77,000 ਲੋਕਾਂ ਨੇ ਪੰਜਾਬੀ ਜਿਹਦੇ ਨਾਲ ਅਸੀਂ ਤੀਸਰੇ ਸਥਾਨ ਤੇ ਪਹੁੰਚ ਗਏ। ਤੁਸੀਂ ਉਹਨਾਂ ਨੂੰ ਕੀ ਇਹੋ ਆਪਣੇ ਐਕਸਪੀਰੀਅੰਸ ਚੋਂ ਜਾਂ ਕਹਿ ਲਓ ਉਦਾਂ ਸਮੁੱਚੇ ਕੀ ਅਪੀਲ ਕਰਨਾ ਚਾਹੋਗੇ ਸਰੋਤਿਆਂ ਨੂੰ ਪੰਜਾਬੀ? ਮੇਰੀ ਪਹਿਲੀ ਬੇਨਤੀ ਤੇ ਹੋਵੇ ਕਿ ਯੂਕੇ ਦਾ ਨਾਗਰਿਕ ਹੁੰਦਿਆਂ ਹੋਇਆ ਜਦੋਂ ਵੀ ਜਨਗਿਣਤੀ ਹੁੰਦੀ ਹੈ ਇਹ ਇਮਾਨਦਾਰੀ ਇਸ ਗੱਲ ਦੀ ਮੰਗ ਕਰਦੀ ਹੈ ਕਿ ਜੋ ਅਸੀਂ ਹਾਂ ਅਸੀਂ ਉਹ ਦਰਜ ਕਰਾਈਏ। ਜੇ ਅਸੀਂ ਪੰਜਾਬੀ ਹਾਂ ਪੰਜਾਬੀ ਆਪਣੇ ਆਪ ਨੂੰ ਦਰਜ ਨਹੀਂ ਕਰਾਉਂਦੇ ਤੇ ਅਸੀਂ ਯੂਕੇ ਆਪਣੇ ਦੇਸ਼ ਦੇ ਨਾਲ ਜਿਹੜੇ ਦੇਸ਼ ਚ ਰਹਿ ਰਹੇ ਹਾਂ ਜਿਹਦੇ ਨਾਗਰਿਕ ਹੈ ਯੂਕੇ ਵਾਲੇ ਉਹਦੇ ਨਾਲ ਅਸੀਂ ਇਮਾਨਦਾਰ ਨਹੀਂ ਹਾਂ। ਅਸੀਂ ਝੂਠ ਬੋਲਦੇ ਹਾਂ ਗਬਰਾਹ ਕਰ ਰਹੇ ਹਾਂ। ਉਹਦੇ ਨਾਲ ਜਿਹੜੀਆਂ ਸਰਕਾਰ ਦੀਆਂ ਯੋਜਨਾਵਾਂ ਬਣ ਗਈਆਂ ਸਰਕਾਰ ਜਿਹੜੀਆਂ ਸਾਰਿਆਂ ਭਾਸ਼ਾ ਵਾਸਤੇ ਹੋਰ ਯੋਜਨਾਵਾਂ ਬਣਾਉਂਦੀ ਹੈ ਉਹਦੇ ਵਿੱਚ ਉਹਨਾਂ ਨੂੰ ਤਕਲੀਫ ਆਏਗੀ ਫਿਰ ਸਹੀ ਯੋਜਨਾਵਾਂ ਨਹੀਂ ਬਣਨਗੀਆਂ ਕਿਉਂਕਿ ਉਹਨਾਂ ਕੋਲ ਸਹੀ ਅੰਕੜੇ ਨਹੀਂ ਹੋਣਗੇ। ਇਸ ਕਰਕੇ ਪਹਿਲੀ ਗੱਲ ਤੇ ਹੈ ਕਿ ਹਰ ਯੂਕੇ ਦਾ ਪੰਜਾਬੀ ਨਾਗਰਿਕ ਜਿਹੜਾ ਉਹਦੀ ਜ਼ਿੰਮੇਵਾਰੀ ਬਣ ਜਾਏ ਕਿ ਉਹ ਸਹੀ ਜਾਣਕਾਰੀ ਜਨਗਿਣਤੀ ਦੇ ਵਿੱਚ ਦੇ ਤਾਂ ਕਿ ਯੂਕੇ ਦੀ ਸਰਕਾਰ ਸਹੀ ਯੋਜਨਾਬੰਦੀ ਕਰ ਸਕੇ। ਦੂਜੀ ਗੱਲ ਜਿਵੇਂ ਤੁਸੀਂ ਪਹਿਲਾਂ ਆਪਣੇ ਪਰਮਾ ਸਾਹਿਬ ਨੇ ਕੀਤੀ ਹੋਈ ਹੈ ਕਿ ਜੇ ਗਿਣਤੀ ਵੱਧ ਹੋਏਗੀ ਤੇ ਪੰਜਾਬੀ ਨੂੰ ਸਹੂਲਤਾਂ ਵੱਧ ਮਿਲਣਗੀਆਂ ਔਰ ਜੇ ਪੰਜਾਬੀ ਲੋਕ ਬੋਲਣਗੇ ਸਿੱਖਣਗੇ ਤੇ ਯੂਕੇ ਦੇ ਵਿੱਚ ਜਿਹੜੇ ਨੇ ਬਹੁ ਭਾਸ਼ੀ ਵੱਧ ਹੋਣਗੇ ਦੁਭਾਸ਼ੀ ਬੰਦੇ ਜ਼ਿਆਦਾ ਹੋਣਗੇ ਔਰ ਉਹਦਾ ਯੂਕੇ ਨੂੰ ਬਹੁਤ ਲਾਭ ਹੋਏਗਾ। ਇਸ ਕਰਕੇ ਹਰ ਇੱਕ ਨੂੰ ਬੇਨਤੀ ਹੈ ਕਿ ਜੋ ਸਹੀ ਜਾਣਕਾਰੀ ਦੇਣਾ ਵੈਸੇ ਹੀ ਮਨੁੱਖ ਦੀ ਜ਼ਿੰਮੇਵਾਰੀ ਬਣਦੀ ਹੈ ਉਸ ਕਰਕੇ ਵੀ ਔਰ ਉਹਦੇ ਵਿੱਚ ਜਿਹੜਾ ਪੰਜਾਬੀਆਂ ਨੂੰ ਲਾਭ ਹੋਣੇ ਨੇ ਪੰਜਾਬੀ ਨੂੰ ਲਾਭ ਹੋਣੇ ਨੇ ਇੱਥੋਂ ਤੱਕ ਯੂਕੇ ਦੀ ਸਰਕਾਰ ਨੂੰ ਲਾਭ ਹੋਣੇ ਨੇ ਤਾਂ ਕਿ ਉਹ ਠੀਕ ਤਰ੍ਹਾਂ ਨਾਲ ਆਪਣੀ ਯੋਜਨਾਬੰਦੀ ਕਰ ਸਕੇਗੀ। ਉਸ ਕਰਕੇ ਆਪਣੀ ਭਾਸ਼ਾ ਜਿਹੜੀ ਹੈ ਪੰਜਾਬੀ ਦਰਜ ਕਰਾਉਣ ਔਰ ਜਿਹੜੇ ਪੰਜਾਬੀ ਭਰਾ ਪੰਜਾਬ ਭੈਣ ਭਰਾ ਜਿਹੜੇ ਘਰਾਂ 'ਚ ਪੰਜਾਬੀ ਨਹੀਂ ਵੀ ਬੋਲਦੇ ਉਹ ਵੀ ਬੋਲਣੀ ਸ਼ੁਰੂ ਕਰਨ। ਜਿਹੜੀ ਸਾਡੀ ਬੜੀ ਵੱਡਾ ਨੁਕਸਾਨ ਪੰਜਾਬੀਆਂ ਦਾ ਹੋਇਆ ਉਹ ਇਹ ਹੈ ਕਿ ਪੰਜਾਬੀਆਂ ਦੇ ਅੰਦਰ ਜਿਹੜੀ ਫਿਰਕੂ ਵੰਡ ਹੈ ਉਹ ਜਿਹੜੀ ਸਾਡੀ ਧਾਰਮਿਕ ਭਾਵਨਾ ਹੈ ਉਹ ਸਾਡੀ ਜਿਹੜੀ ਕੌਮੀਅਤ ਦੀ ਭਾਵਨਾ ਪੰਜਾਬੀ ਕੌਮੀਅਤ ਦੀ ਭਾਵਨਾ ਜਾਂ ਭਾਸ਼ਾ ਦੀ ਭਾਵਨਾ ਹੈ ਜਿਹੜੀ ਆਮ ਤੌਰ ਤੇ ਭਾਸ਼ਾ ਨਾਲ ਹੁੰਦੀ ਜਿਹੜੀ ਉਹਨੂੰ ਅਸੀਂ ਪਿੱਛੇ ਰੱਖਦੇ ਹਾਂ। ਦੁਨੀਆਂ ਦੇ ਵਿੱਚ ਕਿਧਰੇ ਨਹੀਂ ਹੋਇਆ ਕਿ ਕੌਮੀਅਤ ਦੀ ਜਿਹੜਾ ਸੰਕਲਪ ਹੈ ਜਾਂ ਭਾਵਨਾ ਹੈ ਉਹ ਧਰਮ ਦੀ ਭਾਵਨਾ ਨਾਲੋਂ ਘੱਟ ਹੋਵੇ। ਤੁਸੀਂ ਵੇਖੋ ਯੂਰਪ ਚ ਸਾਰੇ ਈਸਾਈ ਨੇ ਕਿੰਨੇ ਦੇਸ਼ ਨੇ ਮੁਸਲਮਾਨ ਨੇ ਸਾਰੇ ਇਸਲਾਮ ਨਾਲ ਧਰਮ ਦਾ ਸੰਬੰਧ ਹੈ ਲੇਕਿਨ ਕਿੰਨੇ ਦੇਸ਼ ਨੇ। ਇਹਦਾ ਮਤਲਬ ਇਹ ਵੇ ਕਿ ਜਿਹੜਾ ਧਾਰਮਿਕ ਅਕੀਦਾ ਆ ਉਹਦੇ ਨਾਲੋਂ ਜਿਹੜੀ ਭਾਸ਼ਾ ਦੀ ਕੌਮੀਅਤ ਦੀ ਸਭਿਆਚਾਰ ਦੀ ਇਹ ਵਿਰਸਾ ਇਤਿਹਾਸ ਸਾਰੀ ਜਿਹੜੀ ਇਹ ਭਾਵਨਾ ਹੈ ਕੌਮੀਅਤ ਦੇ ਨਾਂ ਹੇਠ ਜਿਹਨੂੰ ਅਸੀਂ ਜਾਣਦੇ ਹਾਂ ਉਹ ਜ਼ਿਆਦਾ ਭਾਰੂ ਹੁੰਦੀ ਹੈ ਔਰ ਉਹਦਾ ਜੀਵਨ ਦੇ ਵਿੱਚ ਵੱਧ ਜਿਹੜਾ ਅਹਿਮ ਹੁੰਦੀ ਹੈ ਜਿਹਦੀ ਉਹਦੀ ਇੰਪੋਰਟੈਂਸ ਜਿਹੜੀ ਮਹੱਤਤਾ ਵੱਧ ਹੁੰਦੀ ਹੈ। ਸੋ ਇਸੇ ਕਰਕੇ ਜਿਹੜੀ ਇਹ ਸਾਡੇ ਪਾਕਿਸਤਾਨ ਪੰਜਾਬ ਭਾਰਤ ਪੰਜਾਬ ਜਾਂ ਸਾਰਾ ਜਿਹੜਾ ਏਸ਼ੀਆ ਦਾ ਖਿੱਤਾ ਹੈ ਦੱਖਣੀ ਏਸ਼ੀਆ ਦਾ ਇਹਦੇ ਵਿੱਚ ਇਹ ਜਿਹੜੀ ਫਿਰਕੂ ਭਾਵਨਾ ਕੌਮੀਅਤ ਦੀ ਭਾਵਨਾ ਤੋਂ ਅੱਗੇ ਹੋਣ ਕਰਕੇ ਸਾਡੇ ਬਹੁਤ ਜ਼ਿਆਦਾ ਸਮਾਜਿਕ ਰਾਜਨੀਤਿਕ ਅਸੀਂ ਸੰਕਟਾਂ ਚ ਲੰਘ ਰਹੇ ਹਾਂ ਔਰ ਮਾਫ ਕਰਨਾ ਜੇ ਮੈਂ ਉਹ ਸ਼ਬਦ ਵਰਤਾਂ ਕਿਸੇ ਨੂੰ ਬੁਰਾ ਲੱਗ ਸਕਦਾ ਕਿ ਅਸੀਂ ਗਲਿਆ ਸੜਿਆ ਸਮਾਜ ਹਾਂ। ਉਹ ਇਸ ਕਰਕੇ ਕਿ ਅਸੀਂ ਅਸੀਂ ਜਿਹੜੀ ਜਿਹੜੀਆਂ ਚੀਜ਼ਾਂ ਅਜੋਕੇ ਯੁੱਗ ਵਿੱਚ ਮਾਡਰਨ ਜਿਹੜੀ ਏਜ ਹੈ ਲਾਈਫ ਚ ਅੱਗੇ ਲੈ ਜਾਣ ਵਾਲੀਆਂ ਨੇ ਉਹ ਹੈ ਆਪਣੀ ਮਾਤ ਭਾਸ਼ਾ ਕੌਮੀਅਤ ਦਾ ਸੰਕਲਪ ਇਹ ਸਾਰਾ ਇਹਨਾਂ ਨੂੰ ਅਸੀਂ ਕੋਈ ਅਹਿਮੀਅਤ ਨਹੀਂ ਦੇ ਰਹੇ ਔਰ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਿਰਫ ਇੱਕ ਬੰਦੇ ਦਾ ਵਿਅਕਤੀਗਤ ਅਕੀਦਾ ਵਿਅਕਤੀਗਤ ਭਾਵਨਾ ਧਾਰਮਿਕ ਭਾਵਨਾ
ਜਦੋਂ ਉਹਨੂੰ ਅਸੀਂ ਆਪਣੇ ਸਮਾਜਿਕ ਸੰਗਠਨ ਦੇ ਵਿੱਚ, ਰਾਜਨੀਤਿਕ ਸੰਗਠਨ ਦੇ ਵਿੱਚ, ਪੋਲੀਟਿਕਸ 'ਚ ਸਾਰੇ ਪਾਸੇ ਲਿਆਵਾਂਗੇ ਤਾਂ ਅਸੀਂ ਸਹੀ ਪੋਲੀਟਿਕਸ ਨਹੀਂ ਕਰ ਸਕਾਂਗੇ, ਸਾਡੀ ਸਮਾਜਿਕ ਯੋਜਨਾਬੰਦੀ ਜਿਹੜੀ ਉਹ ਸਹੀ ਨਹੀਂ ਹੋਵੇਗੀ, ਤਾਂ ਉਹਦੇ ਵਿੱਚ ਫਿਰ ਸਾਰੀਆਂ ਦਿੱਕਤਾਂ ਆਉਣੀਆਂ, ਸਾਡਾ ਆਰਥਿਕ ਵਿਕਾਸ ਨਹੀਂ ਹੋ ਸਕਦਾ, ਤਕਨੀਕੀ ਵਿਕਾਸ ਨਹੀਂ ਹੋ ਸਕਦਾ। ਤਾਂ ਸਾਰੇ ਮੇਰੇ ਪੰਜਾਬੀ ਭਰਾਵਾਂ ਨੂੰ ਯੂਕੇ 'ਚ, ਪਾਕਿਸਤਾਨ ਤੋਂ ਨੇ, ਚਾਹੇ ਪੰਜਾਬ ਤੋਂ ਨੇ, ਚਾਹੇ ਕਿਸੇ ਵੀ ਖਿੱਤੇ 'ਚੋਂ ਨੇ, ਚਾਹੇ ਉਹਨਾਂ ਦਾ ਕੋਈ ਵੀ ਧਾਰਮਿਕ ਅਕੀਦਾ, ਇਸ ਗੱਲ ਨੂੰ ਸਮਝਣ ਕਿ ਪੰਜਾਬੀਆਂ ਨੇ ਆਪਣੀ ਜਿਹੜੀ ਪੰਜਾਬੀ ਭਾਸ਼ਾ ਔਰ ਕੌਮੀਅਤ ਦੇ ਭਾਵਨਾ ਨੂੰ ਜਿਹੜੀ ਉਹਨਾਂ ਨੇ ਪੂਰੀ ਅਹਿਮੀਅਤ ਨਹੀਂ ਦਿੱਤੀ, ਉਹਦੇ ਨਾਲ ਇਹਨਾਂ ਸਾਰਿਆਂ ਪੰਜਾਬੀਆਂ ਦਾ ਕਿੱਡਾ ਨੁਕਸਾਨ ਹੋਇਆ ਔਰ ਵਿਕਾਸ ਦਾ। ਮੈਂ ਜਦੋਂ ਨੁਕਸਾਨ ਕਹਿੰਦਾ ਤਾਂ ਮੈਂ ਸਿਰਫ ਨੁਕਸਾਨ ਨਹੀਂ ਵੀ ਪੰਜਾਬ ਅੱਡ ਹੋ ਗਿਆ, ਪੰਜਾਬ ਛੋਟਾ ਹੋ ਗਿਆ, ਮੇਰਾ ਮਤਲਬ ਹੈ ਕਿ ਤਰੱਕੀ 'ਚ ਨੁਕਸਾਨ ਹੋਇਆ, ਜਿਹਨੂੰ ਅਸੀਂ ਆਰਥਿਕ ਤਰੱਕੀ ਕਹਿੰਦੇ ਹਾਂ, ਸਮਾਜਿਕ ਤਰੱਕੀ ਕਹਿੰਦੇ ਹਾਂ, ਵਿਗਿਆਨ ਤਕਨੀਕ ਦੀ ਤਰੱਕੀ ਕਹਿੰਦੇ ਹਾਂ। ਹੁਣ ਤੁਸੀਂ ਵੇਖੋ ਵੀ ਇਹ ਕੌਮੀਅਤ ਦੀ ਭਾਵਨਾ ਨੂੰ ਅੱਗੇ ਨਾ ਰੱਖਣ ਕਰਕੇ ਪਾਕਿਸਤਾਨ ਦੇ ਵਿੱਚ ਉਹਨੂੰ ਉਰਦੂ ਨੂੰ ਆਪਣੀ ਭਾਸ਼ਾ ਮੰਨਦੇ ਨੇ, ਔਰ ਉਰਦੂ ਪੰਜਾਬ ਪਾਕਿਸਤਾਨੀ ਪੰਜਾਬ ਦੇ ਵਿੱਚ ਕਿਸੇ ਇੱਕ ਸਕੂਲ ਦੇ ਵਿੱਚ ਪੰਜਾਬੀ ਇੱਕ ਵਿਸ਼ੇ ਵਜੋਂ ਵੀ, ਸਬਜੈਕਟ ਵਜੋਂ ਵੀ ਨਹੀਂ ਪੜ੍ਹਾਈ ਜਾਂਦੀ। ਤਾਂ ਉਹਦੇ ਮੁਕਾਬਲੇ ਤੁਸੀਂ ਵੇਖੋ 90% ਜਿਹੜੇ ਸਿੰਧੀ ਦੇ ਸਕੂਲ ਨੇ ਪਾਕਿਸਤਾਨ ਦੇ ਵਿੱਚ ਉਹ ਸਿੰਧੀ ਮਾਧਿਅਮ ਚ ਨੇ, 7000 ਪਸ਼ਤੋ ਸਕੂਲ ਜਿਹੜਾ ਉਹ ਪਸ਼ਤੋ ਮਾਧਿਅਮ ਚ ਹੈ, ਪਸ਼ਤੂਨਾਂ ਦਾ, ਹੋਰ ਵੀ ਨੇ, ਬਲੋਚਾਂ ਦੇ ਵੀ ਨੇ, ਪਰ ਪੰਜਾਬੀ ਦਾ ਇੱਕ ਸਕੂਲ ਚ ਮਾਧਿਅਮ ਹੋਣਾ, ਮੀਡੀਅਮ ਹੋਣਾ ਤਾਂ ਜ਼ਰੂਰ ਦੀ ਗੱਲ ਹੈ, ਉੱਥੇ ਵਿਸ਼ੇ ਵਜੋਂ ਨਹੀਂ। ਇਹਦਾ ਨਤੀਜਾ ਕੀ? ਇਹਦਾ ਨਤੀਜਾ ਇਹ ਆ ਕਿ ਪੰਜਾਬੀ ਪੜ੍ਹਾਈ ਦੇ ਵਿੱਚ, ਸਿੱਖਿਆ ਦੇ ਵਿੱਚ ਬਹੁਤ ਪਿੱਛੇ ਰਹਿ ਗਏ ਨੇ ਔਰ ਰਹਿ ਜਾਣਗੇ, ਕਿਉਂਕਿ ਉਹਨੇ ਬੱਚਿਆਂ ਨੂੰ ਉਰਦੂ ਚੰਗੀ ਤਰ੍ਹਾਂ ਸਮਝ ਨਹੀਂ ਆਉਂਦਾ। ਔਰ ਜਿਹੜੀ ਪਹਿਲੀ 5-7 ਸਾਲਾਂ ਦੀ ਪੜ੍ਹਾਈ ਹੈ, ਇਹ ਜੇ ਤੁਸੀਂ ਆਪਣੀ ਮਾਂ ਬੋਲੀ ਚ ਨਹੀਂ ਕਰਾਉਂਦੇ ਤਾਂ ਫਿਰ ਉਹਦਾ ਮਤਲਬ ਹੈ ਕਿ ਤੁਹਾਡੀ ਪੜ੍ਹਾਈ 5-7 ਸਾਲ ਘੱਟੋ ਘੱਟ ਦੇਰ ਨਾਲ ਹੋਗੀ। ਜ਼ਿਆਦਾ ਨੁਕਸਾਨ ਵੱਡੇ ਹੁੰਦੇ ਨੇ। ਚਲੋ ਅੱਜ ਹੁਣ ਸਮਾਂ ਨਹੀਂ, ਮੈਂ ਪ੍ਰੋਫੈਸਰ ਜੋਗਾ ਸਿੰਘ ਜੀ, ਫਿਰ ਵੀ ਅਸੀਂ ਤੁਹਾਡੇ ਨਾਲ ਛੇਤੀ ਹੀ ਰਾਬਤਾ ਕਾਇਮ ਕਰਾਂਗੇ। ਤੁਹਾਡੇ ਕੋਲ ਬਹੁਤ ਢੇਰ ਸਾਰਾ ਪੰਜਾਬੀ ਵਾਸਤੇ ਸਾਨੂੰ ਪਤਾ, ਉਹਨਾਂ ਲੋਕਾਂ ਵਿੱਚੋਂ ਤੁਸੀਂ ਇੱਕ ਪ੍ਰਮੁੱਖ ਪੰਜਾਬ ਦੇ ਵਿੱਚ ਲੋਕ ਹੈਗੇ ਆ ਜਿਹੜੇ ਇੰਨਾ ਪੰਜਾਬੀ ਭਾਸ਼ਾ ਲਈ ਚਿੰਤਿਤ ਹੈਗੇ ਆ। ਅਸੀਂ ਗੱਲ ਫੇਰ ਕਰਾਂਗੇ ਤੁਹਾਡਾ ਅੱਜ ਇੱਥੇ ਹੀ। ਧੰਨਵਾਦ ਕਰਦਾ ਹੋਇਆ ਫੇਰ ਕਹਿੰਦੇ ਹੈਗੇ ਆ ਕਿ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਜੀ ਬਹੁਤ ਮਿਹਰਬਾਨੀ ਸਾਰੇ ਪੰਜਾਬੀ ਭਰਾਵਾਂ ਨੂੰ, ਸਾਰੇ ਯੂਕੇ ਦੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਬਹੁਤ ਧੰਨਵਾਦ ਜੀ। ਇਹ ਸੀਗੇ ਮੇਰੇ ਸਤਿਕਾਰਯੋਗ ਸਾਡੇ ਪ੍ਰੋਫੈਸਰ ਜੋਗਾ ਸਿੰਘ ਬਿਰਕ, ਜਿਹੜੇ ਕਿ ਪੰਜਾਬ ਯੂਨੀਵਰਸਿਟੀ ਤੋਂ ਸੀ ਸਾਡੇ ਨਾਲ। ਅਸੀਂ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ। ਤੁਸੀਂ ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM ਸੀਤਲ ਸਿੰਘ ਗਿੱਲ ਦੇ ਨਾਲ। ਸਾਡੇ ਨਾਲ ਲਾਈਨ ਤੇ ਇਸ ਵੇਲੇ ਸਾਡੇ ਮੇਰੇ ਸਤਿਕਾਰਯੋਗ ਭੈਣ ਜੀ ਰਾਣੀ ਮਾਲ ਜੀ ਹੈਗੇ ਆ, ਉਹਨਾਂ ਨਾਲ ਗੱਲ ਕਰਦੇ ਆ ਉਹ ਕੀ ਕਹਿਣਾ ਚਾਹੁੰਦੇ ਹੈਗੇ ਆ ਅੱਜ ਪੰਜਾਬੀ ਭਾਸ਼ਾ ਬਾਰੇ, ਉਹ ਕੀ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦੇ ਹੈਗੇ ਆ। ਰਾਣੀ ਮਾਲ, ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਬਸ ਠੀਕ ਹੈ ਭੈਣ ਜੀ। ਅੱਜ ਸਾਡੇ ਸਰੋਤਿਆਂ ਨੂੰ ਕੀ ਸਾਂਝਾ ਕਰਨਾ ਚਾਹੋਗੇ ਤੁਸੀਂ? ਹਾਂਜੀ, ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਐਕਚੁਅਲੀ ਮੈਂ ਜਦ ਛੋਟੀ ਹੁੰਦੀ ਸੀ ਤਾਂ ਮੇਰੇ ਡੈਡੀ ਹੋਣੀ ਹੈ ਨਾ, ਸਾਨੂੰ ਗੁਰਦੁਆਰੇ ਲੈ ਕੇ ਜਾਂਦੇ ਹੁੰਦੇ ਸੀ, ਉੱਥੇ ਅਸੀਂ ਪੰਜਾਬੀ ਸਿੱਖਦੇ। ਐਂਡ ਪੰਜਾਬੀ ਸਿੱਖਦੇ ਫਿਰ ਉਹ ਪਾਠੀ ਸੀਗੇ, ਫਿਰ ਪਾਠ ਵੀ ਸਿੱਖਦੇ ਅਸੀਂ ਨਾ। ਸੋ ਮੈਂ ਇਹੀ ਕਹੂੰਗੀ ਕਿ ਐਕਚੁਅਲੀ ਆਪਣੀ ਭਾਸ਼ਾ ਬਹੁਤ ਹੀ ਇੰਪੋਰਟੈਂਟ ਹੈ ਆਪਣੇ ਕਮਿਊਨਿਟੀ ਲਈ। ਪਰ ਤਦੀ ਫਾਇਦਾ ਹੈ ਜੇ ਸਾਰੇ ਜਿੱਦਾਂ ਫੈਮਿਲੀ ਦੇ ਮੈਂਬਰ ਸਾਰੇ ਪੰਜਾਬੀ ਬੋਲਣ, ਕਿਉਂਕਿ ਜੇ ਇੱਕ ਬੋਲੀ ਜਾਵੇ ਦੂਸਰਾ ਨਾ ਬੋਲੇ ਉਹ ਜਿੱਦਾਂ ਡਿਸਪਲਿਨ ਨਹੀਂ ਰਹਿੰਦਾ ਨਾ ਘਰ ਦੇ ਵਿੱਚ, ਵੈਰੀ ਡਿਫੀਕਲਟ ਹੁੰਦਾ ਆ। ਮੈਂ ਪੂਰੀ ਕੋਸ਼ਿਸ਼ ਕਰਦੀ ਹੁੰਦੀ ਕਿ ਪੰਜਾਬੀ ਚ ਗੱਲ ਕੀਤੀ ਜਾਵੇ, ਪਰ ਕਹਿੰਦੇ ਓਬਵੀਅਸਲੀ ਆਪਾਂ ਨੂੰ ਕੋਈ ਲਫ਼ਜ਼ ਨੀ ਉਹਦਾ ਮਹਿਨਾ ਨੀ ਪਤਾ ਹੁੰਦਾ ਕਿ ਇੰਗਲਿਸ਼ ਮਾਰੀ ਜਾਈਦੀ ਵਿੱਚ ਨਾ। ਐਂਡ ਦੂਸਰੀ ਇਹ ਗੱਲ ਹੈ ਕਿ ਐਕਚੁਅਲੀ ਜਦੋਂ ਮੈਂ ਆਪਣੇ ਛੋਟੇ ਮੇਰੇ ਬੱਚੇ ਸੀ ਨਾ, ਪਹਿਲੀ ਮੇਰੀ ਲੜਕੀ ਨੇ ਜਦੋਂ ਨਰਸਰੀ ਜਾਣਾ ਸੀ, ਤਾਂ ਉਸ ਵੇਲੇ ਸਾਡੀ ਫੈਮਿਲੀ ਚ ਮੇਰੇ ਮਦਰ ਇਨ ਲਾਅ ਸਾਡੇ ਨਾਲ ਰਹਿੰਦੇ ਹੁੰਦੇ ਸੀ, ਤੇ ਉਹ ਸਕੂਲ ਦੇ ਵਿੱਚ ਉਹ ਡਿਫੀਕਲਟ ਉਹਨੂੰ ਲੱਗਾ, ਉਹ ਰੋਈ ਜਾਵੇ ਜਿੱਦਾਂ ਉਹਨੂੰ ਸਮਝ ਨਹੀਂ ਸੀ ਆਉਂਦੇ ਟੀਚਰ ਕੀ ਕਹਿ ਰਹੀ ਹੈ ਨਾ। ਤੇ ਉਸ ਤੋਂ ਬਾਅਦ ਮੈਂ ਸੋਚਿਆ ਨੀ ਮੈਂ ਹੁਣ ਸੈਕੰਡ ਚਾਈਲਡ ਹੈ ਨਾ, ਦੂਸਰੀ ਮੇਰੀ ਬੇਟੀ ਸਕੂਲ ਜਾਣ ਲੱਗੀ, ਨਹੀਂ ਮੈਂ ਹੁਣ ਥੋੜਾ ਇੰਗਲਿਸ਼ ਇਹਦੇ ਨਾਲ ਗੱਲ ਕਰੂੰਗੀ ਤਾਂ ਕਿ ਸਕੂਲ ਦੇ ਵਿੱਚ ਕੰਫਰਟੇਬਲ ਰਹੇ। ਇਸ ਕਰਕੇ ਮੈਂ ਜੋ ਮੈਂ ਕਰਨਾ ਚਾਹੁੰਦੀ ਸੀ ਮੈਨੂੰ ਚੇਂਜ ਕਰਨਾ ਪਿਆ, ਸਿਰਫ ਕਿ ਬੱਚਿਆਂ ਨੂੰ ਜਿੱਦਾਂ ਕੰਫਰਟੇਬਲ ਹੋਵੇ ਤਾਂ ਜਿੱਥੇ ਕਹਾਂਗਾ ਜਾਣਾ ਸਕੂਲ ਦੇ ਵਿੱਚ ਹੈ ਨਾ। ਤਾਂ ਇਹਦਾ ਮਤਲਬ ਇਹੀ ਆ ਕਿ ਜਾਂ ਤਾਂ ਦੋਵੇਂ ਸਿਮਲਟੇਨੀਅਸਲੀ ਦੋਵੇਂ ਲੈਂਗੁਏਜ ਸਿਖਾਈਆਂ ਜਾਣ, ਤੇ ਜਾਂ ਫਿਰ ਆਪਣਾ ਜਿੱਦਾਂ ਕੋਸ਼ਿਸ਼ ਹੋਵੇ ਜਿੱਦਾਂ ਕਿ ਅੰਡਰਸਟੈਂਡਿੰਗ ਹੋਵੇ। ਡਾਕਟਰਾਂ ਦਾ ਕਹਿਣਾ ਹੈਗਾ, ਡਾਕਟਰ ਸਾਡੇ ਪੰਜਾਬ ਤੋਂ ਜਿਹੜੇ ਸੀਗੇ ਡਾਕਟਰ ਜੈਵ ਸਿੰਘ ਜੀ, ਤੇ ਉਹਨਾਂ ਨੇ ਦੱਸਿਆ ਹੈਗਾ ਜਿਹੜੇ ਕੋਈ ਸਾਨੂੰ ਆਪਣੀ ਮਦਰ ਲੈਂਗੁਏਜ ਵਿੱਚ ਜੇ ਜ਼ਿਆਦਾ ਮਹਾਰਤ ਆ ਤਾਂ ਬੱਚੇ ਜ਼ਿਆਦਾ ਇੰਟੈਲੀਜੈਂਟ ਹੋਣਗੇ। ਹੋਰ ਵੀ ਜਿਹੜੇ ਆ ਗਾਹਾਂ ਜਿਹੜੀ ਆ ਸਿਚੁਏਸ਼ਨ ਆ ਰਹੀ ਹੈਗੀ ਆ ਉਹਨਾਂ ਲਈ ਜੋਬਾਂ ਲਈ ਸਹਾਈ ਹੋ ਗਏ, ਕਾਫੀ ਇਹਦੇ ਬੈਨੀਫਿਟ ਹੈਗੇ ਆ।
ਰਾਹੀਂ ਮੈਂ ਤੁਹਾਡੇ ਨਾਲ ਚਲੋ ਇਹ ਵੀ ਤੁਹਾਡਾ ਆਪਾਂ ਗੱਲ ਕਰ ਮੈਂ ਤੁਹਾਡੇ ਚੋਂ ਅਖੀਰ ਚ ਇਹ ਸੁਣਨਾ ਚਾਹਾਂਗਾ ਵੀ ਜਿਹੜੀ ਅਗਲੀ ਸੈਂਸਸ ਹੋ ਰਹੀ ਹੈਗੀ ਆ 2021 ਦੇ ਵਿਚ ਉਹਦੇ ਸਾਡੇ ਸੋਤਿਆਂ ਨੂੰ ਸਾਡੇ ਬੜੇ ਤੁਸੀਂ ਐਕਟਿਵ ਮੈਂਬਰ ਹੈਗੇ ਆ ਸਾਡੀ ਕਮਿਊਨਿਟੀ ਦੇ ਕੀ ਸਾਡੇ ਸੋਤਿਆਂ ਨੂੰ ਸੰਦੇਸ਼ ਦੇਣਾ ਚਾਹੋਗੇ ਵੀ ਇਹ ਕਿੰਨੀ ਜ਼ਰੂਰੀ ਹੈਗੀ ਆ ਕਿਉਂਕਿ ਸਾਡੀ ਅਸੀਂ ਤੀਜੇ ਨੰਬਰ ਤੇ ਪਹੁੰਚ ਗਏ ਆ ਅਸੀਂ ਅੱਜ ਵੀ ਅੰਕੜਿਆਂ ਦੇ ਹਿਸਾਬ ਨਾਲ ਜਿਹੜੇ ਸਾਡੇ ਕੋਲ ਆ ਅਸੀਂ ਦੂਸਰੇ ਨੰਬਰ ਤੇ ਹੀ ਆ ਪਰ ਅਸੀਂ ਜਿਹੜੇ ਲੋਕਾਂ ਨੇ ਸਾਡੇ ਨੇ ਇਹਨੂੰ ਅਣਜਾਣੇ ਤੌਰ ਤੇ ਮਿਸਟੇਕ ਕਰ ਲਈ ਆ ਲਿਖਾਉਣ ਦੇ ਵਿਚ ਉਹਦੇ ਵਿਚ 2021 ਦਾ ਕੀ ਸੰਦੇਸ਼ ਦੇਣਾ ਚਾਹੋਗੇ ਐਕਚੁਲੀ 2011 ਦੇ ਵਿਚ ਜਿਹੜੀ ਸੈਂਸਸ ਹੋਈ ਨਾ ਹੁਣ ਫਿਰ 2021 ਮਾਰਚ ਵਿਚ ਹੋਣੀ ਆ ਤਾਂ ਇਹਦੇ ਵਿਚ ਕਾਫੀ ਇੰਪੋਰਟੈਂਟ ਹੈ ਕਿ ਆਪਣੇ ਜਿੱਦਾਂ ਜੋ ਵੀ ਜਿਸ ਤਰ੍ਹਾਂ 2021 ਮਾਰਚ ਦੇ ਵਿਚ ਜੋ ਜੋ ਵੀ ਹੋ ਰਿਹਾ ਆ ਉਹ ਸਾਰੀ ਡੇਟਾ ਤਕਰੀਬਨ ਉਹਨਾਂ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਸਾਡੇ ਵਰਗੇ ਹੁਣ 75 ਸਾਲਾਂ ਬਾਅਦ ਵਿਕਟਰੀ ਇਨ ਜਪਾਨ ਡੇ ਔਰ ਯੂ ਨੋ ਜਿੱਦਾਂ ਹੁਣ ਆਪਣੇ ਮਾਪਿਆਂ ਲਈ ਆਪਣੇ ਗ੍ਰੈਂਡ ਪੇਰੈਂਟਸ ਲਈ ਆਪਾਂ ਜੋ ਵੀ ਫਾਇੰਡ ਆਊਟ ਕਰਨਾ ਚਾਹੁੰਦੇ ਹਾਂ ਨਾ ਉਦਾਂ ਦੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਆ ਜਦੋਂ ਸੈਂਸਸ ਆਪਾਂ ਭਰਦੇ ਹਾਂ ਤੇ ਉਹਦੇ ਵਿਚ ਇਹ ਵੀ ਇੰਪੋਰਟੈਂਟ ਹੈ ਕਿ ਉਸ ਟਾਈਮ ਦੇ ਵਿਚ 2021 ਦੇ ਵਿਚ ਕੀ ਹੋ ਰਿਹਾ ਸੀਗਾ ਦੁਨੀਆਂ ਦੇ ਵਿਚ ਹਨਾ ਤੇ ਕਿੰਨੇ ਆਪਣੇ ਕਮਿਊਨਿਟੀ ਮੈਂਬਰਸ ਇੰਗਲੈਂਡ ਦੇ ਵਿਚ ਜਿੱਦਾਂ ਤੁਸੀਂ ਨੰਬਰ ਦੱਸੇ ਆ ਕਿ ਕਿੰਨੇ ਜਾਣੇ ਆਪਾਂ ਇੰਗਲਿਸ਼ ਬੋਲਦੇ ਸੀ ਜਾਂ ਪੰਜਾਬੀ ਬੋਲਦੇ ਸੀ ਹਨਾ 2011 ਦੇ ਵਿਚ ਜਾਂ ਜਦੋਂ ਵੀ ਮੈਂ ਕੋਈ ਪੇਪਰ ਵਰਕ ਭਰਿਆ ਹੋਊਗਾ ਕਦੇ ਇਨ ਦਾ ਪਾਸਟ ਹਨਾ ਤੇ ਮੈਂ ਸੋਚਿਆ ਹੋਊਗਾ ਕਿ ਹਾਂ ਮੇਰੀ ਪਹਿਲੀ ਲੈਂਗੁਏਜ ਐਕਚੁਲੀ ਮੈਂ ਇੰਗਲਿਸ਼ ਹੀ ਬੋਲਦੀ ਹਾਂ ਘਰੇ ਤੇ ਮੈਂ ਇੰਗਲਿਸ਼ ਹੀ ਲਿਖ ਦਿੱਤੀ ਹੋਣੀ ਆ ਸੋ ਐਕਚੁਲੀ ਮੈਂ ਆਪਣੇ ਡੇਟਾ ਦਾ ਕੀਤਾ ਬਿਕੋਜ਼ ਐਕਚੁਲੀ ਪੰਜਾਬੀ ਤਾਂ ਅਸੀਂ ਬੋਲਦੇ ਹਾਂ ਪਰ ਉਹ ਮੈਂ ਜਿੱਦਾਂ ਡੇਟਾ ਦੇ ਵਿਚ ਨੀ ਹੋ ਗਈ ਕਿ ਮੈਂ ਪੰਜਾਬੀ ਬੋਲਦੀ ਹਾਂ ਹਨਾ ਤੇ ਇਸ ਕਰਕੇ ਮੇਰੇ ਖਿਆਲ ਆਪਾਂ ਕਈ ਵਾਰੀ ਅੰਡਰ ਐਸਟੀਮੇਟ ਅੰਡਰ ਨੰਬਰ ਲਿਖਦੇ ਹਾਂ ਤਾਂ ਕਿ ਉਹ ਕੈਪਚਰ ਨੀ ਹੁੰਦਾ ਪੂਰਾ ਜਦੋਂ ਕੋਈ ਕੈਪਚਰ ਪੂਰਾ ਹੋ ਜਾਂਦਾ ਫਿਰ ਜਿਸ ਜਿਸ ਹਿਸਾਬ ਨਾਲ ਆਪਣੇ ਕਮਿਊਨਿਟੀ ਹੋਊਗੀ ਪੰਜਾਬੀ ਮੈਂਬਰਸ ਹੋਣਗੇ ਜਾਂ ਪੰਜਾਬੀ ਬੋਲਣ ਵਾਲੇ ਹੋਣਗੇ ਤਦੀ ਆਪਣੇ ਫੁੱਲ ਫੈਸਿਲਿਟੀ ਉਸ ਹਿਸਾਬ ਨਾਲ ਮਿਲ ਸਕਦੀ ਕਿਉਂਕਿ ਜੇ ਤੁਹਾਡੀ ਕੀ ਕਹਿੰਦੇ ਹੁੰਦੇ ਜਿੱਦਾਂ ਡਿਮਾਂਡ ਹੁੰਦੀ ਹੈ ਨਾ ਉਸੇ ਹਿਸਾਬ ਨਾਲ ਚੀਜ਼ ਆਪਾਂ ਨੂੰ ਮਿਲਣੀ ਹੈ ਜਿਸ ਕਿ ਨੰਬਰਸ ਹੋਣਗੇ ਜੇ ਕੋਈ ਕਹਿਣਗੇ ਵੀ ਆਪਣੇ ਹੈ ਹੀ ਨੀ ਤੁਹਾਡੇ ਮੈਂਬਰਸ ਕਮਿਊਨਿਟੀ ਮੈਂਬਰਸ ਪੰਜਾਬੀ ਜੋ ਬੋਲਦੇ ਆ ਯੂ ਡੋਨਟ ਨੀਡ ਐਨੀਥਿੰਗ ਹਾਂਜੀ ਕੋਈ ਫੈਸਿਲਿਟੀ ਤੁਹਾਨੂੰ ਚਾਹੀਦੀ ਹਾਂਜੀ ਤਦੀ ਮਿਲੂਗੀ ਜੇ ਆਪਾਂ ਆਪਣਾ ਜਿੱਦਾਂ ਰਾਈਟਸ ਮੰਗਾਂਗੇ ਨਾ ਆਪਣੇ ਫੁੱਲ ਇਕੁਆਲਿਟੀ ਵਗੈਰਾ ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਬੜੇ ਸਾਡੇ ਸਰੋਤਿਆਂ ਨੂੰ ਆਪਣਾ ਐਕਸਪੀਰੀਅੰਸ ਵੀ ਦੱਸ ਕੇ ਗਏ ਆ ਤੇ ਪੰਜਾਬੀ ਅਪੀਲ ਵੀ ਕਰਕੇ ਗਏ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਇਹ ਸੀਗੇ ਮੇਰੇ ਸਤਿਕਾਰਯੋਗ ਵੀ ਭੈਣ ਜੀ ਰਾਣੀਮਾਲ ਜੀ ਜਿਹੜੇ ਗੱਲਬਾਤ ਕਰਕੇ ਗਏ ਆ ਤੇ ਸਾਰਿਆਂ ਨੂੰ ਅਪੀਲ ਵੀ ਕਰਕੇ ਗਏ ਹੈਗੇ ਆ ਤੁਸੀਂ ਆਪਣੀ ਇਹੋ ਜਿਹੜੀਆਂ ਪਿਛਲੇ ਟਾਈਮ ਵਿਚ ਸਨ ਅਣਗੋਲਿਆ ਕਰਕੇ ਜਿੱਦਾਂ ਅਣਜਾਣੇ ਤੌਰ ਤੇ ਮਿਸਟੇਕ ਹੋਈ ਆ ਤੇ ਇਹਦੇ ਵਿਚ ਉਹ ਗਾਹਾਂ ਨਾ ਹੋਵੇ ਹਾਂਜੀ ਤੁਸੀਂ ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM ਸੀਤਲ ਸਿੰਘ ਗਿੱਲ ਦੇ ਨਾਲ ਪ੍ਰੋਗਰਾਮ ਦੇ ਦੂਸਰੇ ਭਾਗ ਵਿਚ ਪਹੁੰਚ ਚੁੱਕਿਆ ਫਿਰ ਤੁਹਾਡਾ ਮੈਸੇਜ ਨਿੱਘਾ ਸਵਾਗਤ ਕਰਦਾ ਹੈਗਾ ਜੇ ਤੁਸੀਂ ਹੁਣੇ ਹੁਣੇ ਪ੍ਰੋਗਰਾਮ ਸ਼ੁਰੂ ਕੀਤਾ ਸੁਣਨਾ ਤਾਂ ਮੈਂ ਤੁਹਾਨੂੰ ਦੱਸਦਾ ਜਾਵਾਂ ਅਸੀਂ ਅੱਜ ਪੰਜਾਬੀ ਭਾਸ਼ਾ ਤੇ ਗੱਲ ਕਰ ਰਹੇ ਹੈਗੇ ਆ ਪੰਜਾਬੀ ਭਾਸ਼ਾ ਦੀ ਮੁਹਾਰਤ ਸਾਡਿਆਂ ਨੂੰ ਕਿ ਕਿਉਂ ਇਹਦੀ ਇੰਨੀ ਇੰਪੋਰਟੈਂਸ ਹੋਣੀ ਚਾਹੀਦੀ ਆ ਇਹਦੇ ਨਾਲ ਨਾਲ ਜਿਹੜੇ ਜਿਹੜੇ ਆ ਯੂਕੇ ਦੇ ਵਿਚ ਸੈਂਸਿਸ ਹੋ ਰਿਹਾ ਹੈਗਾ ਮਾਰਚ 2021 ਦੇ ਵਿਚ ਉਹਦੇ ਵਿਚ ਆਪਣੀ ਸੱਚੇ ਸ਼ਬਦਾਂ ਵਿਚ ਮਤਲਬ ਤੁਸੀਂ ਟਰੂਲੀ ਇਨਫੋਰਮੇਸ਼ਨ ਦੇਣੀ ਇਹ ਕਿੰਨੀ ਜ਼ਰੂਰੀ ਹੈਗੀ ਆ ਜਦਕਿ ਸਾਡੇ ਯੂਕੇ ਦੇ ਵਿਚ 7 ਲੱਖ ਤੋਂ ਲੋਕ ਜ਼ਿਆਦਾ ਪੰਜਾਬੀ ਜਿਹੜੇ ਬੋਲਦੇ ਹੈਗੇ ਆ ਰਹਿੰਦੇ ਹੈਗੇ ਆ ਤੇ ਪਿਛਲੇ ਅੰਕੜੇ ਦੱਸਦੇ ਆ 2011 ਵਿਚ 2,73,000 ਲੋਕਾਂ ਨੇ ਪੰਜਾਬੀ ਭਾਸ਼ਾ ਆਪਣੀ ਉਹਦੇ ਚ ਲਿਖਾਈ ਜਿਹਦੇ ਨਾਲ ਅਸੀਂ ਤੀਸਰੇ ਨੰਬਰ ਤੇ ਪਹੁੰਚ ਗਏ ਹੈਗੇ ਆ ਜਿਹੜੀ ਗਣਤਾ ਉਹਦੇ ਹਿਸਾਬ ਨਾਲ ਸਰਕਾਰ ਵੱਲੋਂ ਸਾਡੇ ਕੋਲ ਰਿਸੋਰਸਿਸ ਵੀ ਘੱਟ ਮਿਲੇ ਹੋਊਗੇ ਤੇ ਜਿਹੜੇ ਅਗਾਂਹ ਫਿਊਚਰ ਵਿਚ ਜੇ ਅਸੀਂ ਇਸ ਤਰ੍ਹਾਂ ਪਛੜੇ ਰਹੇ ਤਾਂ ਅਸੀਂ ਸਾਡੀ ਪੰਜਾਬੀ ਭਾਸ਼ਾ ਨੂੰ ਸਕੂਲਾਂ ਕਾਲਜਾਂ ਦੇ ਵਿਚ ਵੀ ਓਨੇ ਹੀ ਅਧਿਆਪਕ ਸਾਨੂੰ ਮਿਲਣਗੇ ਪੜਾਉਣ ਵਾਸਤੇ ਉਹਦੇ ਸਰਕਾਰ ਵੱਲੋਂ ਜਦੋਂ ਸਹੀ ਫਿਗਰ ਹੀ ਨਾ ਜਾਣਗੇ ਤਾਂ ਫਿਰ ਇਹ ਕਿਸ ਤਰ੍ਹਾਂ ਹੋਏਗਾ ਇਹ ਹੁਣ ਆਪਾਂ ਗੱਲਬਾਤ ਕਰਨੀ ਆ ਸਾਡੇ ਨਾਲ ਜੁੜੇ ਹੈਗੇ ਆ ਡਾਕਟਰ ਅਖਤਰ ਸੰਧੂ ਜਿਹੜੇ ਪ੍ਰੋਫੈਸਰ ਡਾਕਟਰ ਅਖਤਰ ਸੰਧੂ ਹੈਗੇ ਆ ਇਹ ਲਾਹੌਰ ਤੋਂ ਹੈਗੇ ਆ ਵਾਈਸ ਪ੍ਰਿੰਸੀਪਲ ਹੈਗੇ ਆ ਉੱਥੇ ਬਹੁਤ ਇਹ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਮੇਰੇ ਸਤਿਕਾਰਯੋਗ ਵੀਰ ਹੈਗੇ ਆ ਤੇ ਉਹਨਾਂ ਵੱਲ ਚੱਲਦੇ ਆ ਪਹਿਲਾਂ ਤਾਂ ਉਹਨਾਂ ਨੂੰ ਸਵਾਗਤ ਕਰੀਏ ਡਾਕਟਰ ਸੰਧੂ ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਹੈਗਾ ਤੁਹਾਡਾ ਤੇ ਇਹਦੇ ਵਿਚ
ਅੱਜ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹੈਗੇ ਆਂ ਪੰਜਾਬੀ ਭਾਸ਼ਾ ਦੇ ਬਾਰੇ, ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਡਾਕਟਰ ਸਾਹਿਬ ਬਹੁਤ ਧੰਨਵਾਦ ਜੀ। ਜੀ ਸਭ ਤੋਂ ਪਹਿਲੇ ਤਾਂ ਇੱਕ ਰੂਟ ਰੇਡੀਓ ਸਾਰੇ ਸੁਣਨ ਵਾਲਿਆਂ ਨੂੰ ਤੁਹਾਨੂੰ ਮੁਹੱਬਤ ਭਰਿਆ ਸਲਾਮ, ਸਤਿ ਸ੍ਰੀ ਅਕਾਲ। ਤੇ ਤੁਹਾਨੂੰ ਪਤਾ ਹੈ ਕਿ ਪੰਜਾਬ ਸਾਡੀ ਸੋਹਣੀ ਧਰਤੀ, ਪੰਜਾਬੀ ਸਾਡੀ ਮਾਂ ਬੋਲੀ, ਮਾਵਾਂ ਹਮੇਸ਼ਾ ਸੋਹਣੀਆਂ ਚੰਗੀਆਂ ਔਰ ਨਿੱਘੇ ਸੁਭਾਅ ਔਰ ਪਿਆਰ ਔਰ ਸਤਿਕਾਰ, ਉਹਨਾਂ ਜਿੰਨੇ ਵੀ ਖੂਬਸੂਰਤ ਲਫ਼ਜ਼ ਨੇ ਨਾ, ਜਿੰਨੇ ਵੀ ਖੂਬਸੂਰਤ ਸ਼ਬਦ ਨੇ, ਉਹਨਾਂ ਦਾ ਨੂੰ ਅਗਰ ਇਕੱਠਾ ਕਰ ਲਿਆ ਜਾਵੇ ਤੇ ਮਾਂ ਦਾ ਲਫ਼ਜ਼ ਬਣਦਾ ਹੈ ਔਰ ਉਹਨਾਂ ਖੁਸ਼ਬੂਆਂ ਦਾ ਜਿਹੜਾ ਹੈਗਾ ਉਹ ਮਰਕਜ਼ ਔਰ ਮੈਬਰ ਓਰੀਜਨ ਜਿਹੜਾ ਹੈਗਾ ਉਹ ਸਾਡੀ ਧਰਤੀ ਹੈ ਔਰ ਉਸ ਧਰਤੀ ਦੇ ਵਿੱਚੋਂ ਪੁੰਗਰਨ ਵਾਲੀ ਜਿਹੜੀ ਬੋਲੀ ਹੈ ਉਹ ਸਾਡੀ ਪੰਜਾਬੀ ਬੋਲੀ ਹੈ, ਸਾਡੀ ਮਾਂ ਬੋਲੀ ਹੈ ਔਰ ਉਹਦੀ ਜਿਹੜੀ ਅਸੀਂ ਉਹਨਾਂ ਨਾਲ ਲੈ ਕੇ ਚੱਲਣਾ ਹੈ, ਜਿਹੜੀ ਉਹਦੀ ਅਹਿਮੀਅਤ ਉਹ ਸਾਨੂੰ ਪਤਾ ਹੈ ਕਿ ਸਾਡੇ ਲੂਹ ਦੇ ਵਿੱਚ ਸਾਡੀ ਰਗ ਰਗ ਦੇ ਵਿੱਚ ਪੰਜਾਬੀ ਜਿਹੜੀ ਹੈਗੀ ਉਹ ਖੁਸ਼ਬੂ ਬਣ ਕੇ ਵਸ ਰਹੀ ਹੈ ਤੇ ਵਗ ਰਹੀ ਹੈ। ਇਸ ਤਰ੍ਹਾਂ ਹੀ ਜਿਵੇਂ ਰਾਵੀ ਤੇ ਚਨਾਵ ਵਗਦੀ ਹੈ ਉਵੇਂ ਸਾਡੇ ਜਿਸਮ ਦੇ ਵਿੱਚ ਪੰਜਾਬੀ ਖੁਸ਼ਬੂ ਬਣ ਕੇ ਵਰਤੀ ਹੈ ਤੇ ਸਾਡੇ ਵਾਸਤੇ ਬੜਾ ਪਿਆਰ ਹੈ। ਬੜੀ ਕਿਸੇ ਖੂਬਸੂਰਤ ਸ਼ਾਇਰ ਨੇ ਕਿਹਾ ਸੀ ਕਿ ਇਸ ਧਰਤੀ ਮੈਨੂੰ ਮੂੰਹ ਦਿੱਤਾ, ਇਸ ਆਲਣੇ ਮੈਂ ਚੁੰਝ ਖੋਲੀ ਹੈ, ਮੈਂ ਇੱਕ ਪੰਜਾਬ ਦਾ ਪੁੱਤਰ ਹਾਂ, ਪੰਜਾਬੀ ਮੇਰੀ ਬੋਲੀ ਹੈ। ਠੀਕ ਹੈ, ਤੇ ਇਸ ਵਾਸਤੇ ਜਿਹੜਾ ਪੰਜਾਬੀ ਜ਼ੁਬਾਨ ਅਸੀਂ ਭਾਵੇਂ ਕੈਨੇਡਾ ਵਸੀਏ, ਅਮਰੀਕਾ ਵਸੀਏ, ਚੜ੍ਹਦੇ ਪੰਜਾਬ ਵਸੀਏ, ਲਹਿੰਦੇ ਪੰਜਾਬ ਵਸੀਏ, ਯੂਕੇ ਵਸੀਏ, ਤੇ ਸਾਡੀ ਪੰਜਾਬੀ ਸਾਡੀ ਪਹਿਚਾਣ, ਸਾਡੀ ਰਹਿਤਲ, ਸਾਡੀ ਸੈਟਿਸਫੈਕਸ਼ਨ, ਸਾਡਾ ਇਤਮਿਨਾਨ, ਸਾਡਾ ਸੁੱਖ, ਸਾਡਾ ਮਾਣ ਉਹ ਪੰਜਾਬੀ ਹੈ। ਲਿਹਾਜ਼ਾ ਸਾਰੇ ਜਿਹੜਾ 21 ਮਾਰਚ 2021 ਦੇ ਵਿੱਚ ਜਿਹੜਾ ਹੋ ਰਿਹਾ ਹੈ ਸੈਂਸਿਸ ਯੂਕੇ ਦੇ ਵਿੱਚ, ਉਹਦੇ ਵਿੱਚ ਇਸ ਚੀਜ਼ ਦੀ ਬੜੀ ਲੋੜ ਹੈਗੀ ਹੈ ਕਿ ਸਾਰੇ ਪੰਜਾਬੀ, ਚਾਹੇ ਉਹਨਾਂ ਦਾ ਤਾਲੁਕ ਪਾਕਿਸਤਾਨੀ ਪੰਜਾਬ ਨਾਲ ਹੈ ਜਾਂ ਚੜ੍ਹਦੇ ਪੰਜਾਬ ਨਾਲ ਹੈਗਾ, ਉਹਨਾਂ ਨੂੰ ਇਸ ਚੀਜ਼ ਵਾਸਤੇ ਬਹੁਤ ਵਿਜੀਲੈਂਟ ਰਹਿਣਾ ਪੈ ਰਿਹਾ ਹੈ ਕਿ ਉਹ ਆਪਣੀ ਘਰ ਵਿੱਚ ਬੋਲੀ ਜਾਣ ਵਾਲੀ ਜ਼ੁਬਾਨ ਜਿਹੜੀ ਉਹ ਪੰਜਾਬੀ ਬੋਲਣ। ਇਹ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ, ਇਹਦੇ ਬਹੁਤ ਅਸਰਾਤ ਨੇ। ਸਭ ਤੋਂ ਪਹਿਲੇ ਤਾਂ ਇਹ ਚੀਜ਼ ਹੁੰਦੀ ਹੈ ਕਿ ਜਿੰਨੀ ਤੁਹਾਡੀ ਵੱਧ ਗਿਣਤੀ ਹੋਏਗੀ ਉਹਨਾਂ ਤੁਹਾਡਾ ਮਾਣ ਹੁੰਦਾ ਹੈ ਕਿ ਅਸੀਂ ਇੱਥੇ ਅਸੀਂ ਅਕਸਰੀਅਤ ਦੇ ਵਿੱਚ ਹਾਂ, ਅਸੀਂ ਦੂਸਰੀ ਅਕਸਰੀਅਤ ਦੇ ਵਿੱਚ ਹਾਂ। ਬਸ ਇਹ ਜਿਹੜੀ ਗੱਲ ਹੁੰਦੀ ਹੈ ਨਾ, ਉੱਥੇ ਤੁਹਾਡਾ ਇੱਕ ਇੱਕ ਮਾਣ ਹੀ ਬੜਾ ਹੁੰਦਾ ਹੈ, ਇੱਕ ਮਾਣ ਕੌਨਫੀਡੈਂਸ ਬੜਾ ਹੁੰਦਾ ਹੈ ਕਿ ਅਸੀਂ ਜਿਹੜੀ ਇੱਥੇ ਜਿਹੜੀ ਸਾਡੀ ਲੈਂਗੁਏਜ ਹੈਗੀ ਹੈ ਉਹ ਸੈਕਿੰਡ ਲੈਂਗੁਏਜ ਹੈਗੀ ਹੈ। ਤੇ ਉਸ ਤੋਂ ਬਾਅਦ ਜਿਹੜਾ ਉੱਥੇ ਉਹਨਾਂ ਦਾ ਇੱਕ ਸਿਸਟਮ ਹੈਗਾ ਬ੍ਰਿਟਿਸ਼ ਦਾ, ਉਹ ਬੜਾ ਹੈ ਕਿ ਉਹਨਾਂ ਐਜੂਕੇਸ਼ਨ ਆਫ ਸੋਰਸਿਸ ਔਰ ਉਸ ਤੋਂ ਬਾਅਦ ਜਿਹੜੀਆਂ ਮੁਖਲਿਫ ਫੈਸਿਲਿਟੀਜ਼ ਨੇ ਉਹ ਗਿਣਤੀ ਦੀ ਬੁਨਿਆਦ ਦੇ ਉੱਤੇ ਉਹਨਾਂ ਦੇਣੀ ਹੁੰਦੀ ਹੈ। ਅਗਰ ਸਾਡੀ ਜਿਹੜੀ ਹੈਗੀ ਹੈ ਗਿਣਤੀ ਥੋੜੀ ਹੋ ਗਈ, ਜਿਸ ਤਰ੍ਹਾਂ ਪਿਛਲੀ ਵਾਰੀ ਪਹਿਲੇ ਅਸੀਂ ਪੰਜਾਬੀ ਜਿਹੜੇ ਸੀ ਉਹ ਦੂਸਰੇ ਨੰਬਰ ਤੇ ਸਾਂ ਯੂਕੇ ਦੇ ਵਿੱਚ, ਲੇਕਿਨ ਪਿਛਲੇ ਵਾਰ ਜਿਹੜਾ ਸੈਂਸਿਸ ਦੇ ਵਿੱਚ ਅਸੀਂ ਤੀਸਰੇ ਨੰਬਰ ਤੇ ਚਲੇ ਗਏ, ਹੁਣ ਅਸੀਂ ਆਪਣੇ ਉਸੇ ਸਟੇਟਸ ਨੂੰ ਰਿਸਟੋਰ ਕਰਨਾ ਹੈ। ਇਸ ਵਾਸਤੇ ਸਾਰੇ ਲੋਕ ਜਿਹੜੇ ਹੈਗੇ ਨੇ ਜਾਗਦੇ ਰਹਿਣ, ਹੁਸ਼ਿਆਰ ਰਹਿਣ ਕਿ ਅਸੀਂ ਆਪਣੀ ਮਾਂ ਨੂੰ ਨਹੀਂ ਭੁੱਲਣਾ, ਅਸੀਂ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਣਾ ਔਰ ਹਰ ਜਗ੍ਹਾ ਤੇ ਅਸੀਂ ਆਪਣੀ ਮਾਂ ਬੋਲੀ ਦਾ ਜਿਹੜਾ ਇਜ਼ਹਾਰ ਕਰਨਾ ਹੈ ਉਹ ਵੀ ਲਿਖਵਾਉਣੀ ਹੈ ਫੋਨ ਦੇ ਉੱਤੇ ਜਿਹੜਾ ਆਨਲਾਈਨ ਮੇਰੇ ਪਹਿਲੇ ਹੋਇਆ ਹੈ, ਤੁਸੀਂ ਜਿਹੜਾ ਹੈਗਾ ਨਾ ਉਹ ਵੀ ਲਿਖਿਆ ਹੈਗਾ ਕਿ ਜੀ ਸਾਡੀ ਮਾਂ ਬੋਲੀ ਘਰ ਦੇ ਵਿੱਚ ਬੋਲੀ ਜਾਣ ਵਾਲੀ ਜਿਹੜੀ ਜ਼ੁਬਾਨ ਹੈ ਪੰਜਾਬੀ। ਡਾਕਟਰ ਸਾਹਿਬ, ਪਾਕਿਸਤਾਨ ਦੇ ਵਿੱਚ ਤੁਸੀਂ ਕਾਫੀ ਪੰਜਾਬੀ ਭਾਸ਼ਾ ਤੇ ਕੰਮ ਕੀਤਾ ਹੈਗਾ, ਥੋੜਾ ਜਿਹਾ ਸਾਨੂੰ ਬਰੀਫਲੀ 2-3 ਮਿੰਟ ਚ ਜਾਂ, ਪਰ ਮੈਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਚ ਜ਼ਰੂਰ ਰਾਬਤਾ ਬਣਾ ਕੇ ਹੋਰ ਢੇਰ ਸਾਰੀਆਂ ਗੱਲਾਂ ਕਰਾਂਗੇ। ਅੱਜ ਬਰੀਫਲੀ ਥੋੜਾ ਜਿਹਾ ਸਾਨੂੰ ਪਾਕਿਸਤਾਨ ਵਿੱਚ ਜਿਹੜਾ ਤੁਸੀਂ ਕਰ ਰਹੇ ਹੈਗੇ ਆ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਕਿਦਾਂ। ਮੇਰਾ ਜੀ ਮੇਰਾ ਸਬਜੈਕਟ ਹਿਸਟਰੀ ਹੈ, ਮੇਰਾ ਪੀਐਚਡੀ ਪੰਜਾਬ ਦੇ ਮੁਸਲਿਮ ਸਿੱਖ ਰਿਲੇਸ਼ਨਸ ਇਨ ਬ੍ਰਿਟਿਸ਼ ਪੰਜਾਬ 40-47, ਮੇਰੀ ਕਿਤਾਬ 1914 ਦੀ ਸਦੀ ਪੰਜਾਬ ਐਂਡ ਅਨਾਟੋਮੀ ਆਫ ਮੁਸਲਿਮ ਸਿੱਖ ਪੋਲਿਟਿਕਸ, ਉਹਨਾਂ ਦਾ ਦੂਸਰਾ ਐਡੀਸ਼ਨ ਆ ਰਿਹਾ ਹੈ ਤੇ ਮੇਰਾ ਪੂਰਾ ਪੰਜਾਬ ਦੇ ਕੰਮ ਹੀ ਪੰਜਾਬੀ ਸ਼ਾਇਰੀ ਤੇ ਕਵਿਤਾ ਦੀ ਕਿਤਾਬ ਜਿਹੜੀ ਮੇਰੀ 1995 ਛਪੀ ਉਰਦੂ ਸ਼ਾਇਰੀ ਦੀ ਔਰ ਪੋਸਟ ਡੋਕ ਮੈਂ ਇੰਗਲੈਂਡ ਤੋਂ ਰਾਇਲ ਹਾਲੋਵੇ ਯੂਨੀਵਰਸਿਟੀ ਆਫ ਲੰਡਨ ਤੋਂ ਕੀਤਾ। ਤੇ ਪੰਜਾਬੀ ਦਾ ਇੱਥੇ ਜਿਹੜਾ ਹੈਗਾ ਸਾਡੇ ਕੋਲ ਬਹੁਤ ਲੋਕ ਕੰਮ ਕਰ ਰਹੇ ਨੇ, ਅੱਜ ਤੋਂ ਹੀ ਸ਼ੁਰੂ ਤੋਂ ਲੈ ਕੇ ਜਿਵੇਂ ਪੰਜਾਬ ਇੱਕ ਕ੍ਰੀਏਟਿਵ ਲਹਿਰ ਹੈਗੀ ਹੈ ਔਰ ਸਾਡੇ ਜਿਹੜੇ ਕਲਾਸੀਕਲ ਪੋਇਟਸ ਨੇ ਜਿਹੜੇ ਸੂਫੀਆ ਨੇ ਸੇਂਟਸ ਨੇ ਉਹਨਾਂ ਨੇ ਜਿੰਨਾ ਖੂਬਸੂਰਤ ਕੰਮ ਕੀਤਾ ਇਸ ਲੈਂਡ ਨੇ, ਮਜ਼ਹਬ ਨਵੇਂ ਪੈਦਾ ਕੀਤੇ, ਇਸ ਲੈਂਡ ਨੇ ਨਵੀਆਂ ਤਹਿਰੀਕਾਂ ਪੈਦਾ ਕੀਤੀਆਂ, ਇਸ ਲੈਂਡ ਨੇ ਬਹੁਤ ਅਨਮੁੱਲਾ ਕੰਟਰੀਬਿਊਸ਼ਨ ਹੈ ਇਨਸਾਨੀਅਤ ਦੇ ਵਿੱਚ, ਰਵਾਦਾਰੀ ਦੇ ਵਿੱਚ ਤੇ ਹਾਰਮਨੀ ਦੇ ਵਿੱਚ। ਇਸੇ ਤਰ੍ਹਾਂ ਹੁਣ ਵੀ ਸਾਡੇ ਬਹੁਤ ਜ਼ਿਆਦਾ ਜਿਹੜੇ ਸ਼ਾਇਰ ਨੇ ਸਾਡੇ ਸਕਾਲਰਸ ਨੇ ਉਹ ਪੰਜਾਬੀ ਲੈਂਗੁਏਜ ਲਿਟਰੇਚਰ
ਬਹੁਤ ਕੰਮ ਕਰ ਰਹੇ ਨੇ ਗਵਰਨਮੈਂਟ ਕਾਲਜ ਯੂਨੀਵਰਸਿਟੀ ਲਾਹੌਰ ਦੇ ਵਿੱਚ ਪੰਜਾਬੀ ਡਿਪਾਰਟਮੈਂਟ ਦੇ ਉੱਥੇ ਗੁਰਮੁਖੀ ਵੀ ਪੜ੍ਹਾਈ ਜਾ ਰਹੀ ਹੈ ਕਲਿਆਣ ਸਿੰਘ ਕਲਿਆਣ ਉੱਥੇ ਪੜ੍ਹਾ ਰਹੇ ਨੇ ਇਸ ਤੋਂ ਬਾਅਦ ਪਿੰਡਾਂ ਤੇ ਗਏ ਪੰਜਾਬ ਗਵਰਨਮੈਂਟ ਨੇ ਇੱਕ ਚੌਧਰੀ ਪ੍ਰਵੇਸ਼ ਜ਼ਿਲ੍ਹਾ ਜਿਹੜੇ ਚੀਫ ਮਿਨਿਸਟਰ ਸਨ ਉਹਨਾਂ ਨੇ ਬਣਾਇਆ ਸੀ ਔਰ ਉੱਥੇ ਵੀ ਸੁਗਰਾ ਸਦਰ ਬੜੀ ਅੱਛੀ ਅਜੀਬ ਨੇ ਉਹ ਔਰ ਉੱਥੇ ਗੁਰਮੁਖੀ ਪੜ੍ਹਾ ਰਹੇ ਨੇ ਰੁਬਾਬ ਗਿਰਕ ਉਹ ਵੀ ਜਿਹੜਾ ਹੈਗਾ ਉੱਥੇ ਗੁਰਮੁਖੀ ਦੀ ਬਕਾਇਦਾ ਤਾਲੀਮ ਦਿੱਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਦੇ ਬਹੁਤ ਪੁਰਾਣਾ ਡਿਪਾਰਟਮੈਂਟ ਹੈ ਔਰ ਉੱਥੇ ਨਬੀਲਾ ਰਹਿਮਾਨ ਹੈਡ ਦਾ ਡਿਪਾਰਟਮੈਂਟ ਦੇ ਸ਼ਹਿਜ਼ਾਦ ਸਾਹਿਬ ਹੈਗੇ ਨੇ ਬੜੇ ਅੱਛੇ ਉੱਥੇ ਸਕਾਲਰਸ ਹੈਗੇ ਨੇ ਜਿਹੜੇ ਗੁਰਮੁਖੀ ਦਾ ਵੀ ਕੰਮ ਕਰ ਰਹੇ ਨੇ ਔਰ ਲਿਟਰੇਚਰ ਉੱਤੇ ਵੀ ਕੰਮ ਕਰ ਰਹੇ ਨੇ ਤੇ ਇਸ ਤਰ੍ਹਾਂ ਪੰਜਾਬੀ ਦੀ ਇੱਕ ਤਹਿਰੀਕ ਦੇ ਵੱਲੇ ਆਈਏ ਤੇ ਬਾਕਾਇਦਾ ਇੱਥੇ ਤਹਿਰੀਕ ਸਾਡੀ ਚੱਲਦੀ ਰਹੀ ਕਿ ਜਿਹੜਾ ਭਗਤ ਸਿੰਘ ਚੌਕ ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਸ਼ਾਰਮਾਨ ਵੈਸਲੇ ਚੌਕ ਹੈ ਉਹਦੇ ਵਿੱਚ ਬਾਕਾਇਦਾ ਉਹਨਾਂ ਨੂੰ ਜਿਹੜਾ ਸੀ ਦੈਟ ਵਾਸ ਪਾਰਟ ਆਫ ਜੇਲ ਐਟ ਦੈਟ ਟਾਈਮ ਲੇਕਿਨ ਹੁਣ ਇਸ ਵੇਲੇ ਉਹ ਸੜਕ ਹੈਗੀ ਹੈ ਤੇ ਉਹਦਾ ਨਾਮ ਜਿਹੜਾ ਚੌਕ ਦਾ ਭਗਤ ਸਿੰਘ ਸ਼ਹੀਦ ਚੌਕ ਦੀ ਤਹਿਰੀਕ ਕਾਫੀ ਸਾਲਾਂ ਤੋਂ ਚੱਲਦੀ ਸੀ ਉਹਦਾ ਨਾਮ ਜਿਹੜਾ ਹੈ ਭਗਤ ਸਿੰਘ ਸ਼ਹੀਦ ਚੌਕ ਰੱਖਿਆ ਜਾ ਰਿਹਾ ਇਸ ਜਿਹੜਾ ਖੋਜ ਸਾਡੇ ਦੋਸਤ ਹੈਗੇ ਨੇ ਕੈਸਰ ਉਹਦੇ ਤੇ ਕੋਸ਼ਿਸ਼ ਕਰ ਰਹੇ ਨੇ ਉਹ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਪੰਜਾਬੀ ਦੇ ਹਵਾਲੇ ਨਾਲ ਤੇ ਬੜਾ ਇੱਥੇ ਸ਼ਾਇਰੀ ਦੇ ਵਿੱਚ ਔਰ ਅਦਬ ਦੇ ਲਿਹਾਜ਼ ਨਾਲ ਲਿਟਰੇਚਰ ਦੇ ਲਿਹਾਜ਼ ਨਾਲ ਬਹੁਤ ਅੱਛਾ ਕੰਮ ਹੋ ਰਿਹਾ ਔਰ ਸਾਡੀ ਪੰਜਾਬੀ ਜਿਹੜੀ ਹੈਗੀ ਹੈ ਪੰਜਾਬੀ ਹੁਣ ਛੇਵੀਂ ਜੀ ਤੋਂ ਇੱਥੇ ਇੱਕ ਸਬਜੈਕਟ ਦੇ ਤੌਰ ਤੇ ਸ਼ੁਰੂ ਹੋ ਗਈ ਹੈ ਉਹ ਇੱਕ ਆਰਜ਼ੀ ਤੌਰ ਦੇ ਉੱਤੇ ਇਹ ਕੰਪਲਸਰੀ ਸਬਜੈਕਟ ਨਹੀਂ ਹੈਗਾ ਬਲਕਿ ਇਲੈਕਟਿਵ ਸਬਜੈਕਟ ਦੇ ਤੌਰ ਤੇ ਆ ਕਿਉਂ ਬਾਕਾਇਦਾ ਛੇਵੀਂ ਜਮਾਤ ਤੋਂ ਪੜ੍ਹਾਈ ਜਾ ਰਹੀ ਹੈਗੀ ਹੈ ਔਰ ਸਟੂਡੈਂਟ ਜਿਹੜੇ ਹੈਗੇ ਨੇ ਉਹਨਾਂ ਦਾ ਕਾਫੀ ਲਹਿਰਾਂ ਦਾ ਰੁਝਾਨ ਹੈਗਾ ਕਿ ਪੰਜਾਬੀ ਪੜ੍ਹੀ ਜਾ ਰਹੇ ਔਰ ਜਿਸ ਤਰ੍ਹਾਂ ਸਾਡਾ ਕਰਤਾਰਪੁਰ ਸਾਹਿਬ ਦਾ ਬੜਾ ਅੱਛਾ ਇੰਪੈਕਟ ਹੋਇਆ ਹੈ ਕਿ ਇੱਥੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਸਾਡੇ ਸਿੱਖ ਭਰਾ ਜਿਹੜੇ ਨੇ ਪੰਜਾਬੀ ਉਹ ਆਏ ਨੇ ਤੇ ਆਪਣੇ ਪੁਰਾਣੇ ਘਰਾਂ ਦੇ ਵਿੱਚ ਪੁਰਾਣੀਆਂ ਜ਼ਮੀਨਾਂ ਦੇ ਵਿੱਚ ਉਹਨਾਂ ਨੂੰ ਦੇਖੀਆਂ ਪੁਰਾਣੇ ਲੋਕ ਉਹਨਾਂ ਨੂੰ ਦੇਖ ਉਹਦੇ ਨਾਲ ਇੱਕ ਸਾਂਝ ਵਧੀ ਹੈਗੀ ਹੈ ਔਰ ਸਾਂਝ ਦੇ ਵਿੱਚ ਜਿਹੜਾ ਇੱਕ ਨਵੀਂ ਚੀਜ਼ ਜਿਹੜੀ ਹੈਗੀ ਉਹ ਪ੍ਰਤੀਕਿਰਿਆ ਕੀਤੀ ਕਿ ਉਹ ਪੰਜਾਬੀਅਤ ਨੂੰ ਔਰ ਪੰਜਾਬੀ ਨੂੰ ਇੱਕ ਨਵੀਂ ਇੱਕ ਮਿਲਿਆ ਮੋਟੀਵੇਸ਼ਨ ਕਿ ਉਹ ਇਹਨਾਂ ਇਸ ਲਾਈਨ ਦੇ ਉੱਤੇ ਇਸ ਪੱਧਰ ਤੇ ਆਪਣੇ ਆਪ ਨੂੰ ਦੁਬਾਰਾ ਐਡਜਸਟ ਕਰਨ ਅਸੈਟ ਕਰਨ ਔਰ ਪੰਜਾਬੀ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਮੂਵਮੈਂਟਸ ਲਾਉਣ ਪਰ ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਇਹੋ ਕੋਸ਼ਿਸ਼ ਸਾਡੀ ਪ੍ਰੋਗਰਾਮਾਂ ਰਾਹੀਂ ਰੇਡੀਓ ਰਾਹੀਂ ਇਹੋ ਹੋਏਗੀ ਅਸੀਂ ਇਹੋ ਭਾਈਚਾਰਕ ਜਿਹੜੀਆਂ ਧੰਦਾ ਆ ਹੋਰ ਮਜ਼ਬੂਤ ਕਰਾਂਗੇ ਹੋਰ ਮਿਲ ਜੁਲ ਹੋਰ ਜ਼ਿਆਦਾ ਸਥਾਪਿਤ ਕਰਾਂਗੇ ਤਾਂ ਪੰਜਾਬੀ ਭਾਸ਼ਾ ਲਈ ਅਸੀਂ ਇਕੱਠੇ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਫਿਰ ਤੁਹਾਡੇ ਨਾਲ ਗੱਲਾਂ ਫੇਰ ਕਰਾਂਗੇ ਜੀ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਇਹ ਸੀਗੇ ਸਾਡੇ ਸਤਿਕਾਰਯੋਗ ਵੀਰ ਪ੍ਰੋਫੈਸਰ ਡਾਕਟਰ ਅਖਤਰ ਸੰਧੂ ਪਾਕਿਸਤਾਨ ਤੋਂ ਸੀਗੇ ਤੁਸੀਂ ਸੁਣ ਰਹੇ ਹੈਗੇ ਕੋਹੇਨੂਰ ਰੇਡੀਓ 97.3 FM ਸ਼ੀਤਲ ਸਿੰਘ ਗਿੱਲ ਦੇ ਨਾਲ
ਤੇ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਇਸ ਵੇਲੇ ਲਾਈਨ ਤੇ ਆ ਚੁੱਕੇ ਆ ਮੇਰੇ ਸਤਿਕਾਰਯੋਗ ਵੀਰ ਡਾਕਟਰ ਹਰੀਸ਼ ਮਲਹੋਤਰਾ ਜੀ, ਜਿਹੜੇ ਕਿ ਪੰਜਾਬੀ ਭਾਸ਼ਾ ਤੇ ਉਹਨਾਂ ਦੀ ਵੀ ਕਾਫੀ ਪਕੜ ਹੈਗੀ ਆ ਤੇ ਉਹਨਾਂ ਨੇ ਢੇਰ ਸਾਰਾ ਇਹਦੇ ਲਈ ਕੰਮ ਵੀ ਕੀਤਾ ਹੈਗਾ। ਅੱਜ ਵੀ ਜਿਹੜਾ ਜਿੱਥੇ ਪੰਜਾਬੀ ਭਾਸ਼ਾ ਦੇ ਲਈ ਕੰਮ ਕਰ ਰਹੇ ਹੈਗੇ ਉਹਨੂੰ ਪ੍ਰਮੋਟ ਕਰਨ ਦੇ ਲਈ, ਪਰ ਸਾਡੇ ਨਾਲ ਕਾਫੀ ਸਾਲਾਂ ਤੋਂ ਕੋਹਿਨੂਰ ਜਦੋਂ ਦਾ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਲਗਭਗ ਉਦੋਂ ਤੇ ਜੁੜੇ ਪਏ ਹੈਗੇ ਆ। ਰੈਗੂਲਰ ਤੌਰ ਤੇ ਟਵਾਈਸ ਏ ਵੀਕ ਸਾਡੇ ਮੇਰੇ ਨਾਲ ਹੁੰਦੇ ਹੈਗੇ ਆ ਤੇ ਉਹ ਅੱਜ ਉਹਨਾਂ ਨਾਲ ਸਾਂਝ ਪਾਉਂਦੇ ਆ, ਉਹ ਕਿੰਨਾ ਕੁ ਸਮਝਦੇ ਹੈਗੇ ਆ ਪੰਜਾਬੀ ਭਾਸ਼ਾ ਨੂੰ, ਹੋਰ ਅਸੀਂ ਕਿੱਦਾਂ ਪ੍ਰਮੋਟ ਕਰੀਏ ਤੇ ਜਿਹੜੇ ਆ ਲੋਕ ਜਿਹੜੇ ਆ ਜਿਹੜੀ ਆਪਣੀ ਅਸਲੀ ਮਾਤ ਭਾਸ਼ਾ ਦਾ ਨੂੰ ਸਮਝਦੇ ਹੋਏ ਆਪਣਾ ਸਹੀ ਸ਼ਬਦਾਂ ਦੇ ਵਿਚ ਸਹੀ ਅੰਕੜੇ ਸਰਕਾਰ ਨੂੰ ਪੇਸ਼ ਕਰਨ 2021 ਦੇ ਵਿਚ ਉਹਨਾਂ ਦੀ ਜਵਾਨੀ ਸੁਣਦੇ ਆ। ਡਾਕਟਰ ਸਾਹਿਬ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ। ਤੁਸੀਂ ਅੱਜ ਫੇਰ ਇੱਕ ਇੰਪੋਰਟੈਂਟ ਵਿਸ਼ੇ ਤੇ ਸਾਡੇ ਸਰੋਤਿਆਂ ਨੂੰ ਸਾਂਝ ਪਾਉਣ ਆਏ ਆ, ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਗਿੱਲ ਸਾਹਿਬ ਮੇਰੇ ਵੱਲੋਂ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਤੇ ਸਰੋਤਿਆਂ ਨੂੰ ਵੀ ਤੇ ਮੈਨੇਜਮੈਂਟ ਕਮੇਟੀ ਨੂੰ ਵੀ। ਤੁਸੀਂ ਬਹੁਤ ਵੱਡਾ ਉਪਰਾਲਾ ਇਹ ਕੀਤਾ ਹੈਗਾ, ਵੱਖਰੇ ਵੱਖਰੇ ਜਿਹੜੇ ਦਾਨਿਸ਼ਵਰ ਸੀਗੇ ਉਹਨਾਂ ਨੂੰ ਪਾਕਿਸਤਾਨ ਤੋਂ, ਇੰਡੀਆ ਤੋਂ ਤੇ ਇੱਥੋਂ ਦੀਆਂ ਲੋਕਾਂ ਦੇ ਜਿਹੜੇ ਵਿਚਾਰ ਜਿਹੜੇ ਸੁਣ ਰਹੇ ਆ, ਜਿਹੜੇ ਸੈਂਸਸ 2021 ਵਿੱਚ ਹੋਣੇ ਆ। 2011 ਵਿਚ ਸੈਂਸਸ ਦੇ ਵਿਚ ਮੈਂ ਵੀ ਕਾਫੀ ਵੱਡਾ ਰੋਲ ਬਾਅਦ ਕੀਤਾ ਸੀਗਾ, ਕੰਮ ਕੀਤਾ ਸੀਗਾ ਤੇ ਹੁਣ 2 ਸਾਲਾਂ ਬਾਅਦ ਜਾਣੀ ਜਿਹੜਾ ਇਹ ਸੈਂਸਸ ਹੋਣੇ ਆ। ਜਿਸ ਤੱਕ ਪੰਜਾਬੀ ਬੋਲੀ ਦੀ ਗੱਲ ਹੈਗੀ ਆ, ਮੇਰੀ ਤਾਂ ਖੈਰ ਬਹੁਤ ਵੱਡੀ ਕਮਿਟਮੈਂਟ ਹੈਗੀ ਆ, ਮੈਂ ਤਾਂ ਪੰਜਾਬੀ ਵਿਚ ਹੀ ਲਿਖਿਆ ਹੈਗਾ, ਮੈਂ ਜਿਹੜਾ ਹੈਗਾ ਹੋਰ ਕਿਸੇ ਭਾਸ਼ਾ ਵਿਚ ਨਹੀਂ ਲਿਖਦਾ ਤੇ ਨਾ ਹੀ ਜਾਣੀ ਕਿ ਮੈਂ ਪੰਜਾਬੀ ਵਿਚ ਹੀ, ਚਾਹੇ ਰੇਡੀਓ ਤੇ ਹੋਵੇ ਚਾਹੇ ਟੈਲੀਵਿਜ਼ਨ ਤੇ ਮੈਂ ਪੰਜਾਬੀ ਵਿਚ ਹੀ ਗੱਲ ਕਰਦਾ ਤੇ ਇੱਕ ਕਿਸੇ ਰੇਡੀਓ ਦੀ ਜਾਣੀ ਪ੍ਰੈਜੈਂਟਰ ਸੀ ਮੈਨੂੰ ਕਹਿੰਦੇ ਲਿਖ ਜਾਂ ਤੁਸੀਂ ਹਿੰਦੀ ਚ ਗੱਲ ਕਰੋ ਤੇ ਜਾਂ ਅੰਗਰੇਜ਼ੀ ਚ, ਮੈਂ ਕਿਹਾ ਵੀ ਮੈਂ ਨਹੀਂ, ਮੈਂ ਨਹੀਂ ਗੱਲ ਕਰਨੀ ਤੇ ਮੈਂ ਉਹਦੇ ਪ੍ਰੋਗਰਾਮ ਵਿਚ ਛਾਲਾ ਬੰਦ ਕਰਤਾ। ਮੈਂ ਇਹ ਕਿ ਇਸ ਕਰਕੇ ਇਹ ਸਮਝਣਾ ਜ਼ਰੂਰੀ ਹੈਗਾ ਜਿਹੜੀ ਤੁਸੀਂ ਗੱਲ ਕੀਤੀ ਸੈਂਸਸ ਦੇ ਵਿਚ, ਇੱਕ ਤਾਂ ਸਾਨੂੰ ਜਿਹੜੀਆਂ ਡਿਵੀਜ਼ਨਾਂ ਸਾਡੇ ਵਿਚ ਕੁਛ, ਕਿਉਂਕਿ ਸਾਡੇ ਪਿੱਛੇ ਯਾਨੀ ਕਿ ਜੋ ਸਾਡੇ ਪੰਜਾਬ ਵਿਚ ਯਾਨੀ ਕਿ ਇੰਡੀਆ ਵਿਚ ਪੰਜਾਬ ਵਿਚ ਯਾਨੀ ਕਿ ਭਾਰਤ ਵਿਚ ਯਾਨੀ ਕਿ ਜੋ ਕੁਛ ਪੰਜਾਬ ਵਿਚ ਹੋ ਰਿਹਾ ਹੈਗਾ ਤੇ ਜਾਂ ਯਾਨੀ ਕਿ ਇੰਡੀਆ ਵਿਚ ਯਾਨੀ ਕਿ ਜੋ ਕੁਛ ਹੈ ਉਹਦਾ ਵੀ ਸਾਡੀ ਯਾਨੀ ਕਿ ਇੱਥੇ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਤੇ ਇਨਫਲੂਐਂਸ ਪੈਂਦਾ, ਕਿਉਂਕਿ ਪਿੱਛੇ ਜਿਹਾ ਜਦੋਂ ਬਹੁਤ ਦੇਰ ਦੀ ਗੱਲ ਹੈਗੀ ਹੈ ਤੇ ਹੁਣ ਵੀ ਸ਼ਾਇਦ ਇਹ ਥੋੜ੍ਹੀ ਬਹੁਤ ਵੈਲਿਡ ਹੋਵੇ। ਸਾਡੇ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਯਾਨੀ ਕਿ ਜਿਹੜੇ ਪੰਜਾਬੀ ਸੀ ਉਹਨਾਂ ਨੇ ਜਾਣ ਬੁੱਝ ਕੇ ਜਿਹੜੀ ਜਿਹੜੀ ਮਾਤ ਭਾਸ਼ਾ ਸੀਗੀ ਉਹ ਹਿੰਦੀ ਲਿਖਾਤੀ ਸੀ, ਜਦੋਂ ਕਿ ਘਰ ਵਿੱਚ ਉਹ ਪੰਜਾਬੀ ਬੋਲਦੇ ਹੈ ਤੇ ਘਰ ਵਿੱਚ ਪੰਜਾਬੀ ਪੜ੍ਹਦੇ ਵੀ ਹੈਗੇ ਤੇ ਪੰਜਾਬੀ ਯਾਨੀ ਕਿ ਦੀਦੀ ਵੀ ਸੁਣਦੇ ਚੰਗੀ ਤਰ੍ਹਾਂ ਨੂੰ ਸਮਝਦੇ ਵੀ ਹੈ। ਤੇ ਇੱਕ ਤਾਂ ਇਹਨਾਂ ਗੱਲਾਂ ਤੋਂ ਜਿਹੜਾ ਹੈਗਾ ਸਾਨੂੰ ਉਪਰੋਕਤ ਦੀ ਜ਼ਰੂਰਤ ਹੈ ਕਿ ਇਹਨੂੰ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਯਾਨੀ ਜਿਹੜਾ ਹੈਗਾ ਹੋਰ ਅਕੀਦੇ ਨਾਲ ਇਹਨੂੰ ਬਿਲਕੁਲ ਨਾ ਜੁੜਿਆ ਜਾਵੇ। ਲੈਂਗੁਏਜ ਜਾਨੀ ਕਿ ਉਹ ਵੱਖਰੀ ਚੀਜ਼ ਹੈਗੀ ਆ, ਤੁਹਾਡਾ ਧਾਰਮਿਕ ਅਕੀਦਾ ਜਿਹੜਾ ਹੈਗਾ ਉਹ ਵੱਖਰਾ ਹੈਗਾ। ਜੇ ਯਾਨੀ ਕਿ ਅਸੀਂ ਆਪਣੀ ਮਾਤ ਭਾਸ਼ਾ ਜਿਹੜੀ ਆ ਪੰਜਾਬੀ ਦੇ ਨਾਲ ਖਾਵਾਂਗੇ, ਜਿਸ ਤਰ੍ਹਾਂ ਕਿ ਬਹੁਤ ਸਾਰੇ ਕਾਲਰਸ ਨੇ ਪਹਿਲਾਂ ਵੀ ਗੱਲ ਕੀਤੀ ਹੈ ਵੀ ਉਹਦੇ ਨਾਲ ਜਿਹੜਾ ਹੈਗਾ ਸਾਡੀ ਜਦੋਂ ਵੀ ਇੱਥੇ ਇਹਨਾਂ ਨੇ ਕੋਈ ਵੀ ਐਲੋਕੇਸ਼ਨ ਆਫ ਰਿਸੋਰਸਿਸ ਕਰਨੀ ਹੁੰਦੀ ਹੈਗੀ ਜਾਨ ਕਿ ਜਾਂ ਇਹਨਾਂ ਨੇ ਕੋਈ ਪੋਲਿਸੀ ਬਣਾਉਣੀਆਂ ਹੁੰਦੀਆਂ ਹੈਗੀਆਂ ਜਾਂ ਇਹਨਾਂ ਨੇ ਕੋਈ ਵੀ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਵੀ ਇਹਨਾਂ ਨੇ ਜਿਹੜੀ ਹੈਗੀ ਆ ਕੋਈ ਕੋਈ ਕਿਸੇ ਪਾਸੇ ਜਾਨ ਕਿ ਤੁਹਾਡੇ ਬਾਰੇ ਜਾਨ ਕਿ ਦੇਖਣਾ ਹੁੰਦਾ ਵੀ ਹਾਂ ਇਸ ਕਮਿਊਨਿਟੀ ਨੂੰ ਕਿਹੋ ਜਿਹੀਆਂ ਨੀਡਸ ਹੈਗੀਆਂ ਤੇ ਉਸ ਕਮਿਊਨਿਟੀ ਦੀ ਨੀਡਸ ਬਾਰੇ ਜਿਹੜਾ ਹੈਗਾ ਬੋਲੀ ਜਿਹੜੀ ਸਾਡੀ ਹੈ ਬਹੁਤ ਵੱਡਾ ਰੋਲ ਉਹਦੇ ਵਿੱਚ ਅਦਾ ਕਰਦੀ ਹੈ। ਮੈਨੂੰ ਯਾਦ ਹੈ ਜਦੋਂ ਮੈਂ ਵੀ ਗੌਰਮੈਂਟ ਆਫਿਸ ਵਿੱਚ ਕਾਫੀ ਸੀਨੀਅਰ ਲੈਵਲ ਤੇ ਯਾਨੀ ਕਿ ਕੰਮ ਕਰਦਾ ਰਿਹਾ ਹੈਗਾ ਕਿ ਉਸ ਟਾਈਮ ਤੇ ਵੀ ਅਸੀਂ ਇਹ ਦੇਖਦੇ ਹੁੰਦੇ ਸੀ ਵੀ ਇਸ ਜਿਹੜੀ ਕਮਿਊਨਿਟੀ ਹੈਗੀ ਆ ਉਹਦੇ ਬਾਰੇ ਅਸੀਂ ਕਿੱਦਾਂ ਜਾਣਿਆ ਜਾ ਸਕੇ। ਇੱਕ ਤਾਂ ਅਸੀਂ ਸੈਂਸਸ ਤੋਂ ਜਾਣਦੇ ਸੀਗੇ ਵੀ ਹਾਂ ਵੀ ਉਹ ਲੋਕ ਜਿਹੜੇ ਹੈਗੇ ਲੈ ਵੀ ਕਿਹਨਾਂ ਨੇ ਆਪਣੇ ਆਪ ਨੂੰ ਲਿਖਾਇਆ ਹੈਗਾ, ਲੈ ਅਸੀਂ ਇੰਡੀਅਨ ਹੈਗੇ ਆ ਜਾਨ ਕਿ ਜਾਂ ਪਾਕਿਸਤਾਨੀ ਹੈਗੇ ਜਾਂ ਜਾਂ ਬੰਗਲਾਦੇਸ਼ੀ ਹੈ। ਦੂਸਰਾ ਇਹਨਾਂ ਕਿ ਵੀ ਅਸੀਂ ਦੇਖਦੇ ਹੁੰਦੇ ਸੀ ਵੀ ਉਹਨਾਂ ਵਿੱਚ ਉਹਨਾਂ ਨੇ ਲੈਂਗੁਏਜ ਕਿਹੜੀ ਲਿਖਾਈ ਹੈ ਆਪਣੇ, ਤਾਂ ਕਿ ਉਸ ਭਾਸ਼ਾ ਦੇ ਵਿੱਚ ਜਿਹੜੀ ਲੀਫ ਰਾਈਟਿੰਗ ਜਾਨ ਕਿ ਹੋ ਸਕੇ, ਉਸ ਭਾਸ਼ਾ ਦੇ ਜਾਨ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਉਹਨੂੰ ਪਹੁੰਚਾ ਸਕੀਏ ਤੇ ਉਸ ਭਾਸ਼ਾ ਦੇ ਜਿਹੜੇ ਬੰਦੇ ਹੈਗੇ ਜਿਹੜੇ ਲੋਕ ਹੈਗੇ ਜਿਹੜੇ ਕਿ ਬੋਲੀਆਂ ਬੋਲ ਸਕਦੇ ਆ ਉਹਨਾਂ ਨੂੰ ਇੰਪਲਾਇਮੈਂਟ ਵੀ ਦਿੱਤੀ ਜਾ ਸਕੇ। ਸੋ ਇਹਦੇ ਨਾਲ ਬੋਲੀ ਦੇ ਨਾਲ ਜਿਹੜੀਆਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਸਕੀਮਸ ਹੈਗੀਆਂ, ਬਹੁਤ ਸਾਰੀਆਂ ਜਿਹੜੀਆਂ ਪਲੈਨਿੰਗ ਹੈਗੀਆਂ, ਉਹ ਪਲੈਨਿੰਗ ਜਿਹੜੀ ਹੈਗੀ ਆ ਉਹ ਉਹਦੇ ਤੇ ਬੇਸ ਸਾਡੀ ਤੇ ਕਰਦੀ ਹੈਗੀ ਤੇ ਇਹਦੇ ਨਾਲ ਸਾਨੂੰ ਬਹੁਤ ਵੱਡੇ ਫਾਇਦੇ ਫਾਇਦੇ ਹੈ, ਇਹਦੇ ਨਾਲ ਸਾਡੇ ਕੋਈ ਨੁਕਸਾਨ ਕੋਈ ਨਹੀਂ ਹੈ। ਤੇ ਮੈਂ ਸਮਝ ਰਿਹਾ ਵੀ ਜਾਨੀ ਕਿ ਜਿਹੜੀ ਲੈਂਗੁਏਜ ਬਾਰੇ ਜਿਹੜੀਆਂ ਡਿਸਕਸ਼ਨਾਂ ਯਾਨੀ ਕਿ ਹੁੰਦੀਆਂ ਹੈਗੀਆਂ, ਮਤਲਬ ਜੇ ਬੱਚਾ ਜਿਹੜਾ ਹੈਗਾ ਉਹ ਘਰ ਵਿੱਚ ਆਪਣੀ ਮਾਂ ਬੋਲੀ ਸਿੱਖਦਾ ਹੈਗਾ ਤੇ ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਜਦੋਂ ਉਹ ਦੂਸਰੀ ਨਾਲ ਬੋਲੀ ਵੀ ਸਿੱਖਦਾ ਹੈਗਾ ਤੇ ਫਿਰ ਉਹਨੂੰ ਜਿਹੜੇ ਹੈਗੇ ਚਾਂਸਿਸ ਦੂਜੀ ਬੋਲੀ ਸਿੱਖਣ ਦੇ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਜੇ ਇਹ ਸਭ ਚੱਪ ਰਿਸਰਚ ਯਾਨੀ ਕਿ ਹੈ ਸ਼ੌਂਕ ਤੇ। ਪਰ ਜਦੋਂ ਯਾਨੀ ਕਿ ਤੁਸੀਂ ਉਹਨਾਂ ਨੂੰ ਨਰਸਰੀ ਵਗੈਰਾ ਵਿੱਚ ਭੇਜਦੇ ਹੈਗੇ ਤੁਹਾਨੂੰ ਉਦੋਂ ਬੱਚੇ ਨੂੰ ਯਾਨੀ ਕਿ ਅੰਗਰੇਜ਼ੀ ਯਾਨੀ ਕਿ ਇੰਨੀ ਜ਼ਰੂਰ ਹੋਣੀ ਚਾਹੀਦੀ ਹੈ ਵੀ ਤਾਂ ਕਿ ਉਹਨੂੰ ਉੰਨੀ ਕੁ ਉਹ ਅੰਗਰੇਜ਼ੀ ਵੀ ਸਮਝ ਲੱਗ ਸਕੇ, ਇਹ ਬਹੁਤ ਇੰਪੋਰਟੈਂਟ ਹੈਗਾ। ਤੇ ਯਾਨੀ ਕਿ ਜਿਹੜਾ ਹੈਗਾ ਕਿਉਂਕਿ ਅਸੀਂ ਉਹੋ ਜਿਹੇ ਮੁਲਕ 'ਚ ਰਹਿ ਰਹੇ ਜਿੱਥੇ ਕਿ ਪੰਜਾਬੀ
ਬਾਹਰ ਜਿਹੜਾ ਹੈਗਾ ਸਾਡੇ ਘਰ ਤੋਂ ਬਾਹਰ ਜੇ ਬੱਚਾ ਬਹੁਤ ਛੋਟਾ ਹੈਗਾ ਤੇ ਉੱਥੇ ਨਹੀਂ ਬੋਲੀ ਜਾਂਦੀ ਤੇ ਸਾਡੇ ਜਿਹੜੇ ਬਹੁਤੇ ਵੱਡੇ ਬੱਚੇ ਹੈਗੇ ਆ ਉਹ ਵੀ ਜੇ ਅਸੀਂ ਘਰ ਵਿੱਚ ਪੰਜਾਬੀ ਨਹੀਂ ਬੋਲੇ ਤੇ ਉਹ ਵੀ ਪੰਜਾਬੀ ਬੋਲਣ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰਦੇ ਹੈਗੇ ਆ ਤੇ ਇੱਕ ਤਾਂ ਕਿ ਮੈਂ ਜੋ ਆਪਣੀ ਪਰਸਨਲ ਐਗਜ਼ਾਮਪਲ ਦਿੰਦਾ ਹੈਗਾ ਕਿ ਮੈਂ ਆਪਣੇ ਬੱਚਿਆਂ ਨੂੰ ਅਸੀਂ ਘਰ ਵਿੱਚ ਇਹ ਫੈਸਲਾ ਕੀਤਾ ਸੀ ਵੀ ਘਰ ਵਿੱਚ ਅਸੀਂ ਪੰਜਾਬੀ 'ਚ ਹੀ ਗੱਲ ਕਰਨੀ ਹੈਗੀ ਆ ਅੰਗਰੇਜ਼ੀ ਵਿੱਚ ਗੱਲਾਂ ਬਿਲਕੁਲ ਨਹੀਂ ਕਰਨੀ ਤੇ ਇਸੇ ਕਰਕੇ ਜਿਹੜੇ ਯਾਨੀ ਕਿ ਮੇਰੇ ਬੱਚੇ ਹੈਗੇ ਆ ਯਾਨੀ ਕਿ ਹੋਰ ਆਪਣੇ ਮੇਰੇ ਅੱਗੇ ਪੇਰੈਂਟਸ ਹੋਰ ਵੀ ਬਹੁਤ ਸਾਰੇ ਹੈਗੇ ਆ ਉਹਨਾਂ ਦੇ ਬੱਚੇ ਮੇਰੇ ਅੰਗਰੀ ਪੰਜਾਬੀ ਠੇਠ ਪੰਜਾਬੀ ਯਾਨੀ ਕਿ ਬੋਲਦੇ ਹੈਗੇ ਤੇ ਉਹਨਾਂ ਨੂੰ ਬੜਾ ਇਸ ਚੀਜ਼ ਦਾ ਐਡਵਾਂਟੇਜ ਹੈਗਾ ਉਹ ਗੀਤ ਵਗੈਰਾ ਜਾਂ ਕਿ ਸੁਣ ਸਕਦੇ ਹੈਗੇ ਆ ਸਾਡਾ ਇੰਕੜਾ ਹੈਗਾ ਫਿਲਮਾਂ ਵਗੈਰਾ ਵੀ ਦੇਖ ਸਕਦੇ ਹੈਗੇ ਤੇ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਜਿਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜੇ ਉਹ ਕੋਈ ਨਾਨੀ ਨਾਨਾ ਹੈ ਜਾਨ ਕਿ ਜਾਂ ਜਾਨਕਿ ਬਾਬਾ ਦਾਦੀ ਹੈਗੇ ਜਾਨ ਕਿ ਹੋਰ ਉਹਦੇ ਤਾਏ ਚਾਚੀ ਜਾਨ ਕਿ ਕੁਛ ਵੀ ਹੈ ਜਾਂ ਉਹਨਾਂ ਨੂੰ ਅਸੀਂ ਜਦੋਂ ਇੰਡੀਆ ਵੀ ਲੈ ਕੇ ਜਾਂਦੇ ਉਹਦਾ ਵੀ ਇੰਕਰਨ ਬਹੁਤ ਫਾਇਦਾ ਹੁੰਦਾ ਪਰ ਜਿਹੜਾ ਜਾਨ ਕਿ ਸੈਂਸਸ ਦੀ ਗੱਲ ਆਪਾਂ ਮੈਂ ਦੁਬਾਰਾ ਉੱਥੇ ਫਿਰ ਐਮਫੇਸਾਈਜ਼ ਕਰਨਾ ਚਾਹੁੰਦਾ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਮੈਂ ਜਾਨਕਿ ਜੋਗਾ ਸਿੰਘ ਨਾਲ ਬਹੁਤ ਗੱਲਾਂ ਤੇ ਸਹਿਮਤ ਨਹੀਂ ਹੈਗਾ ਉਹਨਾਂ ਨਾਲ ਕਦੇ ਫਿਰ ਗੱਲ ਕਰਾਂਗੇ ਜਿਹੜੀ ਉੱਥੇ ਕਿਸ ਤਰ੍ਹਾਂ ਪੰਜਾਬੀ ਜਿਹੜੀ ਹੈਗੀ ਆਪਣੀ ਮਾਂ ਬੋਲੀ ਜਿਹੜੀ ਲਿਖਾਉਣੀ ਚਾਹੀਦੀ ਹੈਗੀ ਆ ਉਹਦੇ ਨਾਲ ਜਿਹੜਾ ਹੈਗਾ ਸਾਨੂੰ ਫਾਇਦਾ ਹੈਗਾ ਸਾਨੂੰ ਕੋਈ ਨੁਕਸਾਨ ਨਹੀਂ ਹੈਗਾ ਤੇ ਉਹਦੇ ਨਾਲ ਸਾਡੇ ਬੱਚਿਆਂ ਨੂੰ ਵੀ ਜਿਹੜੀਆਂ ਜੋਬਾਂ ਦੇ ਚਾਂਸ ਜਾਨ ਕੇ ਜ਼ਿਆਦਾ ਹੈਗੇ ਆ ਤੇ ਸਾਨੂੰ ਵੀ ਜਿਹੜੀਆਂ ਸਹੂਲਤਾਂ ਇਹ ਗੌਰਮੈਂਟ ਜਾਨ ਕੇ ਦੇ ਰਹੀ ਹੈਗੀ ਆ ਉਹਦੀਆਂ ਵੀ ਜਾਨ ਕੇ ਜਿਹੜੇ ਚਾਂਸ ਸਾਨੂੰ ਜ਼ਿਆਦਾ ਹੈਗਾ ਕਿਉਂਕਿ ਉਹਦੀ ਪਲੈਨਿੰਗ ਦੇ ਵਿੱਚ ਵੀ ਉਹ ਬਹੁਤ ਵੱਡਾ ਹਿੱਸਾ ਪਾਊਗੀ ਤੇ ਉਹ ਜਾਨ ਕੇ ਜਿਹੜੀਆਂ ਨੇ ਪੋਲਿਸੀ ਬਣਾਉਣੀਆਂ ਹੈਗੀਆਂ ਉਹਨਾਂ ਵਿੱਚ ਵੀ ਬਹੁਤ ਵੱਡਾ ਹਿੱਸਾ ਪਾਊਗੀ ਸਾਨੂੰ ਜਾਨ ਕੇ ਹਰ ਇੱਕ ਫੀਲਡ ਦੇ ਵਿੱਚ ਚਾਹੇ ਕੋਈ ਵੀ ਡਿਪਾਰਟਮੈਂਟ ਹੈਗਾ ਉਹਦੇ ਲਈ ਜਿਹੜਾ ਹੈਗਾ ਸਾਨੂੰ ਬਹੁਤ ਵੱਡਾ ਇਹ ਫਾਇਦਾ ਹੋਊਗਾ ਜੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਜਿਹੜੀ ਹੈਗੀ ਆ ਉਸ ਖਾਨੇ ਵਿੱਚ ਲਿਖਾਈਏ ਤੇ ਸਾਡੀ ਜਿਹੜੀ ਗਿਣਤੀ ਹੈਗੀ ਆ ਉਹ ਵੀ ਜਿਹੜੀ ਹੈਗੀ ਇਹਨਾਂ ਨੂੰ ਪੱਕਾ ਪਤਾ ਲੱਗੂਗਾ ਵੀ ਹਾਂ ਜੀ ਕਿ ਪੰਜਾਬੀ ਬੋਲਦੇ ਕਿੰਨੇ ਲੋਕ ਚਾਹੇ ਉਹ ਪਾਕਿਸਤਾਨ ਪੰਜਾਬ ਤੋਂ ਹੈਗੇ ਆ ਚਾਹੇ ਯਾਨੀ ਕਿ ਆਪਣੇ ਇੱਧਰਲੇ ਇੰਡੀਅਨ ਪੰਜਾਬ ਤੋਂ ਯਾਨੀ ਕਿ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਯਾਨੀ ਕਿਹੜਾ ਹੈਗਾ ਤੇ ਚਾਹੇ ਯਾਨੀ ਕਿਸੇ ਵੀ ਚੀਜ਼ ਨੂੰ ਮੰਨਦੇ ਹੈ ਚਾਹੇ ਉਹ ਮੁਸਲਿਮ ਇਸਲਾਮ ਨੂੰ ਮੰਨਦੇ ਹੈਗੇ ਚਾਹੇ ਯਾਨੀ ਕਿ ਹਿੰਦੂ ਧਰਮ ਨੂੰ ਮੰਨਦੇ ਹੈਗੇ ਚਾਹੇ ਸਿੱਖ ਧਰਮ ਨੂੰ ਮੰਨਦੇ ਹੈਗੇ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸਾਨੂੰ ਯਾਨੀ ਕਿ ਸੱਚ ਬੋਲਣਾ ਚਾਹੀਦਾ ਤੇ ਜਿਹੜੀ ਅਸੀਂ ਘਰ ਵਿੱਚ ਪੰਜਾਬੀ ਬੋਲੀ ਬੋਲਦੇ ਹਾਂ ਸਾਨੂੰ ਉਹ ਯਾਨੀ ਕਿ ਰਹੇਗਾ ਉੱਥੇ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਓਕੇ ਜੀ ਬਹੁਤ ਮਿਹਰਬਾਨੀ ਓਕੇ ਹੈਵ ਅ ਗੁੱਡ ਡੇ ਬਾਏ ਇਹ ਸੀਗੀ ਮੇਰੇ ਸਤਿਕਾਰਯੋਗ ਵੀ ਡਾਕਟਰ ਹਰੀਸ਼ ਮਲਹੋਤਰਾ ਜੀ ਆਪਣੀ ਗੱਲਬਾਤ ਕਰਕੇ ਗਏ ਆ ਏਦਾਂ ਇਹ ਜ਼ਰੂਰੀ ਨਹੀਂ ਕਿਸੇ ਦਾ ਕਿਸੇ ਨਾਲ ਸਹਿਮਤ ਹੋਣਾ ਜਾਂ ਸਾਡਾ ਕਿਸੇ ਨਾਲ ਸਹਿਮਤ ਹੋਣਾ ਕੋਹਿਨੂਰ ਦਾ ਇਹ ਜ਼ਰੂਰੀ ਨਹੀਂ ਅਸੀਂ ਤੁਹਾਡੇ ਲਈ ਵਿਸ਼ਾ ਲੈ ਕੇ ਆਉਂਦੇ ਹਾਂ ਤੁਹਾਡੇ ਵਿਚਾਰ ਆਪੋ ਆਪਣੇ ਹੁੰਦੇ ਹੈਗੇ ਆ ਗੱਲ ਹੈਗੀ ਆ ਕੋਈ ਕਿਸੇ ਤਰ੍ਹਾਂ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕਰਨਾ ਚਾਹੁੰਦਾ ਆ ਕੋਈ ਕਿਸ ਤਰ੍ਹਾਂ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੈਗੇ ਆ ਕੋਈ ਕਿਸੇ ਰੂਟ ਥਾਣੀ ਅਚੀਵ ਆਪਣਾ ਟਾਰਗੇਟ ਅਚੀਵ ਕਰਨਾ ਚਾਹੁੰਦਾ ਕੋਈ ਕਿਸੇ ਰੂਪ ਵਿੱਚ ਇਹ ਤੁਹਾਡੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਆ ਹਾਂਜੀ ਤੁਸੀਂ ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM ਸੀਤਲ ਸਿੰਘ ਗਿੱਲ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਤੇ ਆਪਾਂ ਨਾਲ ਲਾਈਨ ਤੇ ਆ ਚੁੱਕੇ ਆ ਮੇਰੇ ਸਤਿਕਾਰਯੋਗ ਵੀ ਸ਼ਾਸਕ ਦੇਵ ਸਿੰਘ ਬੰਸਲ ਜਿਹੜੇ ਕਿ ਪੰਜਾਬੀਆਂ ਦੀ ਜਿਹੜੀ ਪੰਜਾਬੀ ਜਿਹੜੀ ਹੈਗੀ ਆ ਪਹਿਲਾ ਫਾਰਮਰ ਚਲੇ ਆ ਚੀਫ ਐਡੀਟਰ ਰਹਿ ਚੁੱਕੇ ਆ ਪੰਜਾਬ ਅਸੈਂਬਲੀ ਜਿਹੜੀ ਆਰਗੇਨਾਈਜੇਸ਼ਨ ਬਣਾਈ ਸੀ ਪੰਜਾਬੀ ਅਸੈਂਬਲੀ ਹੁਣ ਉਹ ਚੀਫ ਐਡੀਟਰ ਹੈਗੇ ਆ ਪੰਜਾਬ ਜਿਹੜੀ ਲੈਸਟਰ ਸ਼ਹਿਰ ਦੀ ਆ ਲਿਟਰੇਰੀ ਕੌਂਸਲ ਤੇ ਉਹਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਸ਼ਾਸਕ ਦੇਵ ਸਿੰਘ ਬੰਸਲ ਪਹਿਲਾਂ ਤਾਂ ਆਪਣੀ ਆਰਗੇਨਾਈਜੇਸ਼ਨ ਬਾਰੇ ਥੋੜੀ ਜਿਹੀ ਸਾਨੂੰ ਆਪਣੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਤੁਹਾਡੀ ਆਰਗੇਨਾਈਜੇਸ਼ਨ ਕੀ ਕਰਦੇ ਹੀ ਹੈਗੀ ਆ ਜਿਹੜੀ ਪੰਜਾਬ ਲਿਟਰੇਰੀ ਸਭਾ ਹੈ ਹਾਂਜੀ ਸੀਤਲ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸੀਤਲ ਸਾਹਿਬ ਬੇਸਿਕਲੀ ਲੈਸਟਰ ਦੇ ਵਿੱਚ ਅਸੀਂ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਬਣਾ ਕੇ ਪੰਜਾਬੀ ਸੇਵਾ ਲਈ ਪੰਜਾਬੀ ਲੇਖਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਪੋਇਟਰੀ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਆਰਗੇਨਾਈਜੇਸ਼ਨਾਂ ਬਣਾਉਂਦੇ ਰਹੇ ਜੀ ਇੱਥੇ ਪੰਜਾਬ ਅਕੈਡਮੀ ਪੰਜਾਬੀ ਅਕੈਡਮੀ ਹੋਇਆ ਕਰਦੀ ਸੀ ਫਿਰ ਪੰਜਾਬੀ ਆਰਟ ਲਿਟਰੇਰੀ ਕੌਂਸਲ ਵੀ ਬਣੀ ਅਸੀਂ ਉਹਨਾਂ ਦੋਹਾਂ ਦਾ ਰਲੇਵਾਂ ਵੀ ਕਰ ਦਿੱਤਾ ਜੀ ਤੇ ਉਹ ਤਾਂ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਹੈਗਾ ਉਹ ਅੱਗੇ ਵੱਧ ਸਕੀਏ ਹਜੇ ਵੀ ਲਿਸਟ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਨੇ ਜਿਹੜੀਆਂ ਪੰਜਾਬੀ ਨੂੰ ਪ੍ਰਮੋਟ ਕਰ ਰਹੀਆਂ ਨੇ ਲੇਖਕ ਨੂੰ ਪ੍ਰਮੋਟ ਕਰ ਰਹੀਆਂ ਨੇ ਅਸੀਂ ਉਹਨਾਂ ਸਾਰਿਆਂ ਨੂੰ ਸਹਿਯੋਗ ਦਿੰਦੇ ਹਾਂ ਉਹਨਾਂ ਦੇ ਸੱਦੇ ਤੇ ਜਾਂਦੇ ਹਾਂ ਜਿੰਨੇ ਅਸੀਂ ਇੱਕ ਹੋ ਸਕਦੇ ਹਾਂ ਉਹ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਜੇਕਰ ਵੱਖ ਵੱਖ ਵੀ ਹੈਗੇ ਨੇ ਤਾਂ ਫਿਰ ਵੀ ਅਸੀਂ ਇੱਕ ਦੂਸਰੇ ਦੇ ਸਹਾਈ ਹੈਗੇ ਹਾਂ ਤਾਂ ਕਿ ਪੰਜਾਬੀ ਦੀ ਜਿਹੜੀ ਜ਼ਬਾਨ ਆ ਸਾਡੀ ਜਿਹੜੀ ਭਾਸ਼ਾ ਆ ਸਾਡਾ ਜਿਹੜਾ ਲਿਟਰੇਚਰ ਆ ਉਹਨੂੰ ਉਤਸ਼ਾਹਿਤ ਕੀਤਾ ਜਾ ਸਕੇ ਸਾਡੇ ਉਹ ਜਿਹੜੇ ਹੈਗੇ ਨੇ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਤੁਹਾਡੀ ਆਰਗੇਨਾਈਜੇਸ਼ਨ ਦਾ ਨਾਂ ਕੀ ਹੈ
वर्तमान लेस्टर शहर पंजाबी आर्ट एंड लिटरेरी अकादमी भी सी ते ए कौंसल भी हैगी हुण अकादमी कहां दी है मेरे ख्याल दे विच क्योंकि साडा लड़ेमा हुंदा रहा कि जिहड़ी दूसरी ऑर्गेनाइजेशन है उहनूं भी नाल लै लिया जावे। हां जी, पर तुहाडा इफ इत्थे कि जिहड़ियां पंजाबी जिहड़े आ लिटरेरी लोक हैगे आ पढ़े लिखे लोक आ उहनां दीआं लिखतां नूं प्रमोट करना जां किस तरहां तुसीं पंजाबी भाषा दी सेवा कर रहे हो? देखो पंजाबी भाषा दे उत्ते असीं अक्सर लोक किताबां पढ़दे ने, इहदे उत्ते लोक परचे पढ़दे ने वख-वख विशेयां दे उत्ते, फिर शाम नूं कवि दरबार हुंदा जी, हर कोई आके उहदे विच अपनियां कवितावां पढ़दे ने। साल दे विच दो दो तीन तीन असीं प्रोग्राम करदे रहे जी, पर हुण जदों दा कोरोना वायरस दा जिहड़ा हैगा खलजगन खड़ा होया, बहुत सारियां किताबां ऑनलाइन सी जिन्हां नूं असीं करना सी और प्रोग्राम भी अलीके हुए सी कि वधिया करने हैगे ने, पर वो नहीं हो सके क्योंकि कोरोना दी वजह करके। हां जी, पर अच्छा ये तो हैगा कि पर मैं बंसल साहब तुहाडे को अपने हुण असली मुद्दे वल आने आ गया। 2021 दे विच सेंसस हो रहा है, तुहानू मैं अंकड़े दसे है कि जदके 2,77,000 लोगों ने पंजाबी भाषा 2011 च लिखाई, 7,000 तो उत्ते जिहड़े आ लोग जिहड़े आ पंजाबी भाषा बोलदे आ, जे उह सही भाषा अपने असीं सही जानकारी सरकार नूं दिंदे तां साडी पंजाबी भाषा विच दूसरा स्थान होणा सी। साडे पंजाबियां कोल होर रिसोर्सिस हुंदे, असीं कॉलेजां विच यूनिवर्सिटियां विच होर उहनां ते जोर पा सकदे सीगे, सानूं होर जिहड़े आ साडे बच्चियां नूं पंजाबी दे लई होर उत्साहित करन दे लई कोई एजुकेशन दे प्रोजेक्ट शुरू हुंदे, होर उहनां दीआं लई जॉबां क्रिएट हुंदियां, पर उह असीं कुछ ना कुछ फिर भी बांझे रहे आ। ਭਾਵਾਂ ਕਮਿਊਨਿਟੀ ਆਰਗੇਨਾਈਜੇਸ਼ਨ ਆ ਕਾਫੀ ਐਕਟਿਵ, ਤੁਸੀਂ ਉਹਦੇ ਬਾਰੇ ਕੀ ਕੁਛ ਯਤਨ ਤੁਹਾਡੀ ਲਟੇਰੀ ਸਭਾ ਨੇ ਕੁਛ ਆਉਣ ਵਾਲੇ ਸਮੇਂ ਚ ਕਰਨ ਦੀ ਕੋਸ਼ਿਸ਼ ਕਰੇਗੀ? ਤੁਹਾਡੇ ਕੋਈ ਕਮਿਟਮੈਂਟਾਂ ਵੀ ਚਾਹਾਂਗੇ ਕਿ ਤੁਸੀਂ ਆਉਣ ਵਾਲੇ ਸਮੇਂ ਚ ਕਿੱਦਾਂ ਸਾਡੇ ਸਾਰੇ ਹੋਰ ਜਿਹੜੀਆਂ ਕੰਪੇਨਰ ਹੈਗੇ ਆ ਗਰੁੱਪ ਹੈਗੇ ਆ ਉਹਨਾਂ ਨਾਲ ਕਿੱਦਾਂ ਸਾਂਝ ਬਣਾਉਂਗੇ? ਸੀਤਾ ਸਾਹਿਬ, ਪੰਜਾਬੀਆਂ ਦੇ ਅੰਦਰ ਬੜੀ ਦਲੇਰੀ ਜੇ, ਇਹ ਬੜੇ ਦਿਆਲੂ ਨੇ, ਬੜਾ ਇਹ ਦਾਨ ਪੁੰਨ ਵੀ ਬੜਾ ਕਰਦੇ ਨੇ, ਪਰ ਇਹਨਾਂ ਦੇ ਵਿੱਚ ਕਮਜ਼ੋਰੀਆਂ ਵੀ ਬੜੀਆਂ ਨੇ। ਇਹ ਬੜੀ ਈਰਖਾ ਕਰਦੇ ਨੇ, ਅੱਜ ਆਫ਼ਤ ਵਿੱਚ ਇਤਫਾਕ ਨਹੀਂ ਰੱਖਦੇ, ਬੜੀ ਜਲਦੀ ਪਾਟ ਜਾਂਦੇ ਨੇ, ਬੜੀ ਜਲਦੀ ਰੁੱਸ ਜਾਂਦੇ ਨੇ, ਵੱਖਰੀ ਆਰਗੇਨਾਈਜੇਸ਼ਨ ਖੜੀ ਕਰ ਲੈਂਦੇ ਨੇ, ਇੱਕ ਦੂਸਰੇ ਦੀਆਂ ਲੱਤਾਂ ਖਿੱਚਦੇ ਨੇ। ਅਸੀਂ ਕਈ ਵਾਰੀ ਅਨੁਭਵ ਕੀਤਾ ਸੀ ਕਿ ਜਿਹੜੇ ਲਿਖਾਰੀ ਲੋਕ ਹੈਗੇ ਆ ਸ਼ਾਇਦ ਇਹਨਾਂ ਦੇ ਵਿੱਚ ਬੜੀ ਯੂਨਿਟੀ ਹੋਏਗੀ, ਬੜਾ ਇਤਫਾਕ ਹੋਏਗਾ, ਪਰ ਜਦੋਂ ਲਿਖਾਰੀਆਂ ਨੂੰ ਸੱਦ ਕੇ ਅਸੀਂ ਕਾਨਫਰੰਸਾਂ ਕਰਨੀਆਂ ਸ਼ੁਰੂ ਕੀਤੀਆਂ ਤਾਂ ਅਸੀਂ ਦੇਖ ਕੇ ਹੈਰਾਨ ਰਹਿ ਗਏ ਕਿ ਇਹਨਾਂ ਦੇ ਅੰਦਰ ਵੀ ਈਰਖਾ ਤੇ ਈਗੋ ਜਿਹੜਾ ਹੈਗਾ ਉਹ ਬੇਸ਼ੁਮਾਰ ਹੈ। ਕਈ ਵਾਰੀ ਜਿਹੜਾ ਟਕਰਾਅ ਹੈਗਾ ਉਹ ਬੜੇ ਬੜੇ ਲਿਖਾਰੀਆਂ ਦਾ ਆਪਸ ਵਿੱਚ ਹੁੰਦਾ ਜੀ, ਜਿਹੜੇ ਆਪਣੇ ਆਪ ਨੂੰ ਜਿਹੜੇ ਬੜੇ ਵੱਡੇ ਜਿਹੜੇ ਹੈਗੇ ਆ ਉਹ ਲਿਖਾਰੀ ਕਹਾਉਂਦੇ ਨੇ, ਪਰ ਉਹਨਾਂ ਦੇ ਵਿੱਚ ਇੱਕ ਈਗੋ ਇੱਕ ਹਉਮੈ ਆ ਜਾਂਦੀ ਜੇ ਕਿ ਜਿਹੜੀ ਗੱਲ ਮੈਂ ਕਹਿੰਦਾ ਜੇ ਇਹੀ ਉਹ ਗੱਲ ਸਹੀ ਜੇ, ਉਹ ਦੂਸਰੇ ਨੂੰ ਕੱਟਣਾ ਜਿਹੜਾ ਹੈਗਾ ਉਹ ਪਸੰਦ ਕਰਦੇ ਨੇ। ਅਸੀਂ ਦੂਸਰੇ ਨੂੰ ਕੱਟ ਕੇ ਉਹਦੀਆਂ ਲੱਤਾਂ ਵੱਢ ਕੇ ਉਹਨੂੰ ਛੋਟਾ ਕਰਨਾ ਪਸੰਦ ਕਰਦੇ ਜੀ, ਨਾ ਕਿ ਅਸੀਂ ਆਪਣੀ ਇੱਕ ਵੱਡੀ ਲਕੀਰ ਖਿੱਚ ਦਈਏ, ਆਪਣੀ ਇੱਕ ਉੱਚੇ ਵਿਚਾਰ ਪੇਸ਼ ਕਰ ਦਈਏ ਜਿਹੜੇ ਸਭ ਨੂੰ ਕਬੂਲ ਹੋ ਜਾਣ, ਪਰ ਸਾਡੇ ਅੰਦਰ ਇੱਕ ਦਿੱਕਤ ਹੈਗੀ। ਤੁਸੀਂ ਇਹ ਸਾਰੀਆਂ ਗੱਲਾਂ ਨੂੰ ਭਾਫ ਗਏ ਆ ਪੇ ਸਾਡੇ ਚ ਆ ਵੀ ਹੈਗੇ ਆ, ਜਦੋਂ ਅਸੀਂ ਇਹ ਭਾਫ ਗਏ ਇਹਦਾ ਮਤਲਬ ਅਸੀਂ ਉਧਰ ਵੱਲ ਨੂੰ ਰਹੀ ਸਹੀ ਦਿਸ਼ਾ ਵੱਲੋਂ ਇਹ ਕਮਜ਼ੋਰੀਆਂ ਵੀ ਆਪਣੀਆਂ ਭਾਫ ਕਰਕੇ ਇਹਨੂੰ ਦੂਰ ਕਰਨ ਦਾ ਕੋਸ਼ਿਸ਼ ਕਰਾਂਗੇ। ਪਰ ਅੱਜ 2021 ਬਹੁਤ ਜਲਦੀ ਆ ਰਿਹਾ, ਇਹਦੇ ਵਾਸਤੇ ਕੋਈ ਕੁਛ ਕੋਈ ਕਦਮ ਪੁੱਟ ਰਹੇ ਹੈਗੇ ਆ ਜਾਂ ਕੋਈ ਹਾਲ ਦੀ ਕੜੀ ਕੋਰੋਨਾ ਦੀ ਵਜ੍ਹਾ ਕਰਕੇ? ਹਾਂਜੀ, ਉਹ ਤਾਂ ਅਸੀਂ ਸਮਝਦੇ ਆ, ਪਰ ਫੇਰ ਵੀ ਸਾਡੇ ਫੇਰ ਵੀ ਜਿੰਨੀ ਇਜਾਜ਼ਤ ਹੋ ਸਕੀ ਇਹ ਬੜਾ ਅੱਛਾ ਮੌਕਾ ਸਾਡੇ ਹੱਥ ਆਇਆ ਜੇ, ਅਸੀਂ ਇਹਦੇ ਉੱਤੇ ਪੋਜ਼ਿਟਿਵ ਹੋ ਕੇ ਸਭ ਨੂੰ ਅਪੀਲ ਕਰਾਂਗੇ ਕਿ ਸਭ ਸਹਿਯੋਗ ਦੇ ਕੇ ਜਿਹੜੀ ਪੰਜਾਬੀ ਆਪਣੀ ਭਾਸ਼ਾ ਹੈ ਆਪਣੇ ਆਪ ਪ੍ਰਤੀ ਸੱਚੇ ਹੋਵੋ ਕਿ ਤੁਸੀਂ ਪੰਜਾਬੀ ਨਹੀਂ ਬੋਲਦੇ, ਚਾਹੇ ਹਿੰਦੂ ਹੋ ਚਾਹੇ ਤੁਸੀਂ ਸਿੱਖ ਹੋ। ਕਈ ਦਫ਼ਾ ਅਸੀਂ ਇਹ ਲੈ ਦਿੰਦੇ ਜੀ ਕਿ ਅਸੀਂ ਹਿੰਦੀ ਲਿਖਾਉਣੀ ਅਸੀਂ ਪੰਜਾਬੀ ਨਹੀਂ ਲਿਖਾਉਣੀ, ਔਰ ਅਸੀਂ ਉਹਦੇ ਵਿੱਚ ਆਪਣੇ ਨੁਕਸਾਨ ਕਰ ਲੈਂਦੇ ਹੈਗੇ ਜੀ, ਤੇ ਸਾਨੂੰ ਜੇਕਰ ਉਹ ਆਪਣੀ ਯੂਨਾਈਟਿਡ ਥੋੜਾ ਜਿਹਾ ਰੱਖ ਕੇ ਸਾਡਾ ਕਲਚਰ ਇੱਕ ਆ, ਜੇਕਰ ਬੋਲੀ ਸਾਡੀ ਇੱਕ ਆ, ਜਿਹੜੀ ਮਰਜ਼ੀ ਲਿਪੀ ਅਸੀਂ ਇਸਤੇਮਾਲ ਕਰੀਏ, ਬੋਲੀ ਤਾਂ ਸਾਡੀ ਇੱਕ ਆ, ਉਹਨੂੰ ਪੰਜਾਬੀ ਲਿਖਾਓ। ਜਦੋਂ ਤੁਸੀਂ ਪੰਜਾਬੀ ਲਿਖਾਉਂਦੇ ਜੇਕਰ ਤੁਸੀਂ ਘਰ ਉਰਦੂ ਵਿੱਚ ਲਿਖਣੀ ਹੈ ਉਰਦੂ ਚ ਲਿਖ ਲਓ, ਇੰਗਲਿਸ਼ ਚ ਲਿਖਣੀ ਹੈ ਇੰਗਲਿਸ਼ ਚ ਲਿਖ ਲਓ, ਹਿੰਦੀ ਚ ਲਿਖਣੀ ਹਿੰਦੀ ਚ ਲਿਖ ਲਓ, ਪਰ ਜਿਹੜੀ ਤੁਸੀਂ ਭਾਸ਼ਾ ਇੱਕ ਬੋਲਦੇ ਜੇ ਘੱਟੋ ਘੱਟ ਉਹਦੇ ਉੱਤੇ ਤਾਂ ਤੁਸੀਂ ਏਕਾ ਕਰੋ, ਤਾਂ ਕਿ ਅਸੀਂ
इस मुल्क दे अंदर अपना मुकाम हासिल कर सकिए। जेडिया अगलिया प्रोग्राम बनने जी इना दे जेडी सर्वे होंदे ने वो इसी करके होंदे ने ताकि इन्होंने अगलिया पॉलिसिया जेडिया है उदे हिसाब नाल बनाउणियां जी। तुसी जेडी मर्जी लिपि यूज करो पर जदो तुसी पंजाबी भाषा बोलदे हो चाहे हिंदू हो तुसी चाहे कोई भी हो जां मुसलमान हो बेशक उर्दू भाषा तुसी लिखदे जोग करदे हो उस लिपि नूं पर तुसी बोलदे पंजाबी हो उस करके पंजाबी सानू सारिया नूं लिखनी चाहिदी हैगी आ तां कि आपां जिहड़ा ओह मकाम जिहड़ियां सहूलतां जिहड़ियां फैसिलिटियां मिलदियां तां कि आपां सारिया नूं मिल सकण। बंसल साहब किदा तुसी घर दे विच बच्चियां नाल पंजाबी बोलदे आ बच्चे तो आपस विच पंजाबी बोलदे आ तुसी किदा? हां जी देखो जदों असीं इक ऐसे ना मुल्कां दे विच आए सी सानू बड़ियां दिक्कतां आईयां साडे बच्चे जो असीं भी पंजाबी बोलदे सी घरां दे विच तां असीं इंडिया तो आए पंजाबी सी सानू तां खुद इंग्लिश वाली नहीं सी आउंदी ओहदा सानू स्कूल नोटिस आउंदा हुंदा सी कि बच्चा पिछे जे इहनूं इंग्लिश ट्यूशन रखो ये घर भी इंग्लिश इहदे नाल बोलो। उस समय असी इन्हां बहुतियां गल्लां वल ध्यान नहीं दिता क्योंकि साडा बहुतियां दा इरादा नहीं सी कि शायद असी इस मुल्क च पक्के तौर ते रहना जां असी वापसी चले जाणा जी। उस कल्चर ने जिहड़ी साडी पहली जनरेशन सी बच्चे सीगे ओह थोड़े जिहे दलड़ फलड़ जिहे कर दिते ओह पंजाबी भी बोलदे ने इंग्लिश भी पर किसी विच भी ओह मास्टर माइंड ना हो सके क्योंकि असी खुद मास्टर माइंड नहीं सीगे। सानू ए नहीं सी पता कि असी इन्हां मुल्कां दे विच पक्के पैर पसारांगे जां असी मुड़ के वापस इंडिया चले जाणा बहुतियां दे ख्याल च ए सी। मैं तुहाडे कोल सिंपल क्वेश्चन पुछिया कि तुसी घर दे विच पंजाबी बोलदे आ बच्चे पंजाबी बोलदे आ हुण जनरेशन क्योंकि हुण असी पक्के पैरी इत्थे हो गए आ हुण सानू ए भाषा बारे भी हुण अपने कल्चर बारे भी सचेत होण दी लोड़ आ और जेडे साडे छोटे छोटे हजे बच्चे ने असी उहनां नूं भी पंजाबी च गल करनी सिखा रहे जी। बहुत बहुत धन्यवाद बंसल साहब फिर भी आपां धन्यवाद जी आपां हुण छेती ही जिहड़ा आ इक छोटा जिहा गीत सुन लईए फिर मैं फिर अगले आपां जिहड़े साडे लाइन ते आ रहे आगा मनदीप सिंह हुणी उहनां नाल गल करदे आ छेती। ਪੰਜਾਬੀ ਬੋਲੀ ਆ ਕਿਤੇ ਭੁੱਲ ਨਾ ਜਾਈ ਜਵਾਨਾ। ਚਲੋ ਆਪਾਂ ਇਹੋ ਗੱਲਬਾਤ ਕਰ ਰਹੇ ਆ ਸਾਡੇ ਨਾਲ ਛੇਤੀ ਹੀ ਅਸੀਂ ਲਾਈਨ ਤੇ ਜਾ ਰਹੇ ਹੈਗੇ ਆ ਸਾਡੇ ਨਾਲ ਆ ਚੁੱਕੇ ਹੈਗੇ ਲਾਈਨ ਤੇ ਖੁਰਮੀ ਸਾਹਿਬ। ਹੈਲੋ ਸਾਡੇ ਨਾਲ ਲਾਈਨ ਤੇ ਆ ਚੁੱਕੇ ਆ ਸਰ ਮਨਦੀਪ ਸਿੰਘ ਖੁਰਮੀ ਹਿੰਮਤਪੁਰਾ ਜਿਹੜੇ ਕਿ ਗਲਾਸਗੋ ਤੋਂ ਸਕੋਟਲੈਂਡ ਤੋਂ ਸਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ ਜਿਹੜੇ ਕਿ ਧਿਆਨ ਨਾਲ ਪ੍ਰੋਗਰਾਮ ਸਾਡਾ ਸੁਣ ਰਹੇ ਸੀਗੇ ਤੇ ਉਹਨਾਂ ਵੱਲ ਚੱਲਦੇ ਆ। ਮਨਦੀਪ ਜੀ ਤੁਸੀਂ ਅੱਜ ਦੇ ਪ੍ਰੋਗਰਾਮ ਵਿਚ ਸਾਡੇ ਵਿਸ਼ੇ ਬਾਰੇ ਪੰਜਾਬੀ ਭਾਸ਼ਾ ਨੂੰ ਅਸੀਂ ਪ੍ਰਫੁੱਲਤ ਕਰਨ ਵਾਸਤੇ ਤੇ ਨਾਲ ਨਾਲ ਜਿਹੜਾ ਲੋਕਾਂ ਨੂੰ ਆਪਣੇ ਸਰੋਤਿਆਂ ਨੂੰ ਅਵੇਅਰ ਕਰਨ ਦੇ ਲਈ ਭੀ 2021 ਦੇ ਵਿਚ ਮਰਦਸ਼ੁਮਾਰੀ ਆ ਰਹੀ ਆ ਤੇ ਉਹਦੇ ਵਿਚ ਆਪਣੀ ਸਹੀ ਜਿਹੜੀ ਆ ਭਾਸ਼ਾ ਜਿਹੜੀ ਵੀ ਬੋਲਦੇ ਹੈਗੇ ਆ ਉਹਨੂੰ ਸਹੀ ਸ਼ਬਦਾਂ ਵਿਚ ਲਿਖਣ ਟਰੂਲੀ ਬੋਲਣ ਸੱਚ ਲਿਖਣ ਤਾਂ ਕਿ ਅਸੀਂ ਜਿਹੜਾ ਹੈਗਾ ਪੰਜਾਬੀ ਭਾਸ਼ਾ ਆਪਣਾ ਜਿਹੜਾ ਖੁਸ਼ਿਆ ਦਰਜਾ ਦੂਜਾ ਉਹ ਹਾਸਲ ਕਰ ਸਕਣ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਰੇਡੀਓ ਦੇ ਸਾਰੇ ਹੀ ਸੂਝਵਾਨ ਸਰੋਤਿਆਂ ਨੂੰ ਤੇ ਸਮੁੱਚੀ ਟੀਮ ਨੂੰ ਮੈਂ
अपने वालों कह लो कि बधाई पेश करदा ते सारयां नूं सलाम कहना जिहड़े एक बहुत ही संवेदनशील मुद्दे दे उत्ते गल कर रहे हो तुसीं, क्योंकि अजोके दौर दे विच अपनी मां बोली बारे गल करना भी एक वड्डा मायना रखदा। असीं हालात इहो जिहे बण गए कि असीं बहुत सारे जिहड़े सज्जण आ उह अपनी बोली बोलण लगे भी कह लो कि नमोशी चल जानी के महसूस कर दे आ कि कोई ए ना कह दे कि पंजाबी बोलदा। जदों इहो जिहे दौर दे विच कुछ सज्जण आ जिहड़े उह पंजाबी मां बोली दे मीडिया गुंदण दे राह तुरे होण ते उहनां नूं सलाम वाकई कहना बणदा। बहुत धन्यवाद जी तुहाडा। ते आपां अज दे विच तुसी प्रोग्राम दे विच की साडे सोते तुहानू हजारां दी तादाद विच सुन रहे हैगे आ, उहनां नूं की सलाह देना चाहोगे भई हां पंजाबी? मैं पहलां तां जी शीतल सिंह जी मैं सुनेहा देण दे काबल नहीं, मैं बेनतियां करन वाला बंदा। तुसी एटलीस्ट जिहड़े वी शब्दां च कहना चाहुंदे आ साडे तुहाडा सुनेहा पहुंच जाएगा, तुहाडी मेहरबानी। मेरी बेनती इह आ जी कि जे साडे परिवार दे विच साडी मां नूं माण मिलदा साडे बच्चे कल नूं सानूं माण देणगे। जे असीं क्योंकि ओह सानूं देखदे आ कि साडे मां प्यो आपदी मां नूं जानी कि उहनां दी दादी नूं की माण दे रहे आ, कल नूं ओही कुछ साडी झोली पैणी। जदों असीं परिवार दे विच पंजाबी बोलना भी मुनासिब नहीं समझदे ते फिर तुहाडे बच्चे किवें बोलणगे जां अगे किवें बोलण लाउणगे अपने बच्चिआं नूं, इह सवाल वड्डा। अक्सर ये देखण दे विच इह आउंदा बेशक गल्लां कौलियां लगन, मैं एक पत्रकार हां, पत्रकार होण दे नाते एक गुरबाणी दे विच कूकर किहा गया, तुहानूं वी पता कि कूकर किहनूं किहा गया। मैं असल मायनें दे विच अपने आप नूं कुत्ता समझ के बोलदा कि साडा काम आ भौंकणा तां कि लुकाई नूं लोकां नूं इह किहा जा सके कि तुहाडे घर चोर लगण वाले आ। जदों असीं सौ जाने आ ਇਹਦਾ ਮਤਲਬ ਆ ਅਸੀਂ ਚੋਰਾਂ ਨੂੰ ਖੁਦ ਸੱਦਾ ਦੇ ਦਿੰਦੇ ਹਾਂ ਕਿ ਚੋਰੀ ਕਰਕੇ ਲੈ ਜਾਓ। ਠੀਕ ਹੈ ਜੀ, ਹਾਲਾਤ ਇਹ ਬਣੇ ਹੋਏ ਆ ਕਿ ਜਿਹੜੀ ਸਾਡੀ ਸਾਡਾ ਭਾਈਚਾਰਾ ਉਹ ਜਿਹਨੂੰ ਆਪਾਂ ਕਹਿੰਦੇ ਨਾ ਇੱਕ ਤਰ੍ਹਾਂ ਵੀ ਡਫੂੰਗਾਂ ਚ ਵੱਧ ਰੁੱਝਿਆ ਹੋਇਆ। ਡਫੂੰਗ ਦਾ ਮਤਲਬ ਇਹ ਕਿ ਜੇ ਮੰਨ ਲਓ ਕਿਤੇ ਕਿਤੇ ਪੰਜਾਬੀ ਦੀ ਗੱਲ ਵੀ ਹੁੰਦੀ ਆ ਤੇ ਉੱਥੇ ਸੱਜਣ, ਮੈਂ ਸਾਰਿਆਂ ਤੇ ਉਂਗਲ ਨਹੀਂ ਚੱਕਦਾ, ਤੁਹਾਡੇ ਵਰਗੇ ਸੁਹਿਰਦ ਸੱਜਣ ਵੀ ਆ ਸਰੋਤੇ ਜਿਹੜੇ ਤੁਹਾਡਾ ਆਪਣਾ ਕੀਮਤੀ ਟਾਈਮ ਕੱਢ ਕੇ ਤੁਹਾਨੂੰ ਸੁਣ ਰਹੇ ਆ, ਉਹ ਵੀ ਕੋਈ ਘੱਟ ਕੀਮਤੀ ਨਹੀਂ। ਮੈਂ ਕਹਿੰਦਾ ਕਿ ਬਹੁਤ ਸਾਰੇ ਸੱਜਣ ਜੁਗਾੜ ਲਾਊ ਵਿਅਕਤੀ ਦੇ ਇਹੋ ਜਿਹੇ ਵੀ ਹੁੰਦੇ ਆ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਪੌਂਡ ਦਿਸਦੇ ਆ ਕਿ ਕਿਸੇ ਕੌਂਸਲ ਤੋਂ ਜਾਂ ਸਰਕਾਰ ਤੋਂ ਕਿਹੜੇ ਢੰਗ ਨਾਲ ਗ੍ਰਾਂਟਾਂ ਲਈਆਂ ਜਾਣ ਪਰ ਪੰਜਾਬੀ ਦਾ ਨਾਂ ਵਜਾ ਕੇ। ਜੇ ਇਮਾਨਦਾਰੀ ਦੇ ਨਾਲ ਕੰਮ ਹੋਣ ਤਾਂ ਸ਼ਾਇਦ ਸਾਨੂੰ ਇਸ ਤਰ੍ਹਾਂ ਰੇਡੀਓ ਟੈਲੀਵਿਜ਼ਨਾਂ ਤੋਂ ਕਾਬੂਮੰਦੀ ਓੜ ਹੀ ਨਾ ਪਵੇ। ਸਭ ਤੋਂ ਪਹਿਲਾਂ ਜਿਵੇਂ ਕਹਿੰਦੇ ਹੁੰਦੇ ਵੀ ਚੈਰਿਟੀ ਤੁਹਾਡੇ ਘਰ ਤੋਂ ਸ਼ੁਰੂ ਹੁੰਦੀ ਆ, ਉਸੇ ਤਰ੍ਹਾਂ ਮੈਂ ਕਹਿੰਦਾ ਕਿ ਕੋਈ ਵੀ ਕੰਮ ਆ ਉਹ ਤੁਹਾਡੇ ਘਰ ਤੋਂ ਸ਼ੁਰੂ ਹੁੰਦਾ। ਮੈਂ ਇਸ ਮੁਲਕ ਦੇ ਵਿੱਚ ਮੈਨੂੰ ਰਾਂਝੇ ਦੀਆਂ ਮੱਝਾਂ ਚਾਰਨ ਜਿੰਨਾ ਟਾਈਮ ਹੋ ਗਿਆ ਸਹੀ, ਉਹਨਾਂ 12 ਸਾਲਾਂ ਦੇ ਵਿੱਚ ਮੈਂ ਬਹੁਤ ਹੀ ਉਂਗਲਾਂ ਦੇ ਪੋਟਿਆਂ ਤੇ ਗਿਣਨ ਵਾਲੇ ਸੱਜਣ ਹੀ ਦੇਖੇ ਆ ਜਿਹੜੇ ਪੰਜਾਬੀਅਤ ਪ੍ਰਤੀ ਸੁਹਿਰਦ ਆ ਤੇ ਨਹੀਂ ਜੁਗਾੜ ਲਾਊ ਸੱਜਣ ਬਹੁਤ ਮਿਲੇ ਆ। ਉਹਨਾਂ ਦੇ ਵਿੱਚ ਮੈਂ ਇਹੋ ਜਿਹੇ ਸੱਜਣ ਵੀ ਦੇਖੇ ਆ ਜਿਹੜੇ ਰੌਲਾ ਤਾਂ ਇਹ ਪਾਉਣਾ, ਹਾਏ ਜੀ ਪੰਜਾਬੀ ਮਰ ਗਈ ਜੀ, ਪੰਜਾਬੀ ਉਹ ਹੋ ਗਿਆ ਜੀ, ਪੰਜਾਬੀ ਗਈ ਜੀ, ਬਸ ਖਾ ਲਈ ਜੀ ਪੰਜਾਬੀ। ਤੇ ਜਦੋਂ ਤੁਸੀਂ ਉਹਨਾਂ ਸੱਜਣਾਂ ਦੇ ਘਰਾਂ 'ਚ ਜਾ ਕੇ ਦੇਖੋਗੇ ਨਾ ਤਾਂ ਉੱਥੇ ਪੰਜਾਬੀ ਦੀ ਗੱਲ ਆ ਤੇ ਨਾ ਉੱਥੇ ਪੰਜਾਬੀ ਮਾਂ ਬੋਲੀ ਆ, ਇੱਥੋਂ ਤੱਕ ਕਿ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲਣੀ ਨਹੀਂ ਸਿਖਾ ਸਕੇ ਸੱਜਣਾ। ਜਦੋਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਪੰਜਾਬੀ ਦਾ ਬੂਟਾ ਨਹੀਂ ਬੀਜਿਆ, ਬੂਟਾ ਨਹੀਂ ਲਾਇਆ, ਉਹਨੂੰ ਪਾਣੀ ਨਹੀਂ ਪਾਇਆ ਤੇ ਤੁਸੀਂ ਗੁਆਂਢੀਆਂ ਨੂੰ ਕਹੋ ਵੀ ਨਹੀਂ ਤੁਸੀਂ ਪੰਜਾਬੀ ਬਚਾਓ, ਅਸੀਂ ਹੱਕਦਾਰ ਨਹੀਂ ਉਸ ਚੀਜ਼ ਦੇ। ਮੈਂ ਤੁਹਾਡੇ ਕੋਲ ਇੱਥੇ ਬੈਠਾ ਰੇਡੀਓ ਦੇ ਪਲੇਟਫਾਰਮ ਰਾਹੀਂ ਇਸੇ ਕਰਕੇ ਹਿੱਕ ਤੇ ਹੱਥ ਮਾਰ ਕੇ ਕਹਿ ਰਿਹਾ ਕਿ ਮੈਂ ਇਹ ਕੋਸ਼ਿਸ਼ ਇਹ ਜਿਹੜਾ ਜਤਨ ਆ ਇਹ ਆਪਦੇ ਪਰਿਵਾਰ ਚੋਂ ਕੀਤਾ। ਮੈਂ 7 ਸਾਲ ਮੈਂ ਕਮਿਊਨਿਟੀ ਤੋਂ ਬਿਲਕੁਲ ਪਾਸੇ ਰਿਹਾ ਪਰ ਮੈਂ ਪੱਤਰਕਾਰੀ ਖੇਤਰ ਨਾਲ ਫਿਰ ਵੀ ਜੁੜਿਆ ਰਿਹਾ ਕਿਉਂਕਿ ਮੈਂ ਇੱਕ ਇਹੋ ਜਿਹੀ ਜਗ੍ਹਾ ਤੇ ਸੀ ਜਿੱਥੇ ਇਕੱਲਾ ਮੇਰਾ ਕਹਿ ਲਓ ਕਿ ਇੰਡੀਅਨ ਜਾਂ ਕਹਿ ਲਓ ਪੰਜਾਬੀ ਪਰਿਵਾਰ ਮੈਂ ਹੀ ਸੀ, ਨੇੜੇ ਤੇੜਾ ਮੇਰਾ ਕਿਸੇ ਨਾਲ ਰਾਬਤਾ ਨਹੀਂ ਸੀ। ਜੇ ਤੁਹਾਨੂੰ ਮੈਂ ਅੱਜ ਆਪਣੇ ਬੱਚਿਆਂ ਨਾਲ ਪੰਜਾਬੀ ਚ ਗੱਲ ਕਰਵਾਵਾਂ ਤੁਸੀਂ ਇਹ ਨਹੀਂ ਕਹੋਗੇ ਕਿ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਉਹ ਵੀ ਆਉਂਦੀ ਆ, ਪੰਜਾਬੀ ਆ ਠੇਠ ਪੰਜਾਬੀ ਆਉਂਦੀ ਆ, ਲਿਖ ਵੀ ਲੈਂਦੇ ਆ ਤੇ ਪੜ੍ਹ ਵੀ ਲੈਂਦੇ ਆ। ਮੈਂ ਤਾਂ ਕਹਿ ਰਿਹਾ ਅਸੀਂ ਜੇ ਅਸੀਂ ਚਾਹੁੰਦੇ ਹਾਂ ਕਿ ਪੰਜਾਬੀਅਤ ਦਾ ਝੰਡਾ ਬੁਲੰਦ ਹੋਵੇ, ਝੰਡਾ ਉੱਚਾ ਹੋਵੇ, ਤਾਂ ਪਹਿਲਾਂ ਸਾਨੂੰ ਕੋਸ਼ਿਸ਼ ਆਪਣੇ ਘਰ ਤੋਂ ਕਰਨੀ ਪੈਣੀ ਆ।
मनदीप जी मैं थोड़ा तुसी बहुत बहुत सुलझे इंसान आ तुसी अपने आप नूं कुकर किया है बहुत थोड़ा वड्डा पाणा हैगा तो मैं थोड़े इस गल लई मैं थोड़े को तुसी पत्रकारी दे खिते दे नाल जुड़े हुए हैगे जर्नलिस्ट हो ते तुसी साडे सोतिया नूं जिहड़े 2021 ਵਿਚ ਅਸੀਂ ਮਰਦ ਸ਼ੁਮਾਰੀ ਹੋਣੇ ਜਾ ਰਹੀ ਹੈਗੀ ਅੱਜ ਇਹਦੇ ਵਿਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਆਪਣੇ ਮਨ ਦੀ ਆਵਾਜ਼ ਜ਼ਰੂਰ ਸੁਣਨ ਟਰੂਲੀ ਜਿਹੜੀ ਲੈਂਗੁਏਜ ਬੋਲਦੇ ਹੈਗੇ ਆ ਪੰਜਾਬੀ ਉਹਨਾਂ ਦਾ ਪਿਛੋਕੜ ਆ ਪੰਜਾਬੀ ਸਾਡੀ ਭਾਸ਼ਾ ਆ ਤੇ ਉਹਨੂੰ ਸਹੀ ਸ਼ਬਦਾਂ ਵਿਚ ਜੇ ਉਹ ਅੰਕਿਤ ਕਰ ਦੇਣਗੇ ਤੇ ਉਹਦੇ ਨਾਲ ਪੰਜਾਬੀ ਦਾ ਹੋਰ ਤੁਸੀਂ ਸੇਵਾ ਕਰ ਰਹੇ ਹੋਵੋਗੇ ਪੰਜਾਬੀ ਕਮਿਊਨਿਟੀ ਦੀ ਸੇਵਾ ਕਰ ਰਹੇ ਹੋਵੋਗੇ ਆਪਣੀ ਮਾਂ ਦੀ ਸੇਵਾ ਕਰ ਰਹੇ ਹੋਵੋਗੇ ਤੇ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਸੋਤਿਆਂ ਨੂੰ ਮੈਂ ਤਾਂ ਗਿੱਲ ਸਰ ਇਹ ਕਹੂੰਗਾ ਕਿ ਜੇ ਤੁਸੀਂ ਵਾਕਈ ਆਪਦੀ ਜਨਮਦਾਤੀ ਮਾਂ ਨੂੰ ਪਿਆਰ ਕਰਦੇ ਹੋ ਆਪਣੇ ਕਰਮਯੋਗੀ ਆਪਣੇ ਪਾਲਣਹਾਰ ਪਿਓ ਨੂੰ ਪਿਆਰ ਕਰਦੇ ਹੋ ਤਾਂ ਦਿਲ ਤੇ ਹੱਥ ਰੱਖ ਕੇ ਇੱਕ ਵਾਰ ਇਹ ਸੋਚੋ ਕਿ ਤੁਹਾਡੀ ਬੋਲੀ ਹੈ ਕਿਹੜੀ ਆ ਤੁਸੀਂ ਕਿਹੜੀ ਬੋਲੀ ਦੇ ਵਿਚ ਲੋਰੀਆਂ ਲਈਆਂ ਕਿਹੜੀ ਬੋਲੀ ਦੇ ਵਿਚ ਲੋਰੀਆਂ ਸੁਣ ਕੇ ਤੁਸੀਂ ਸੁੱਤੇ ਸੀ ਆਪਦੀ ਮਾਂ ਦੀ ਗੋਦ ਚ ਜਦੋਂ ਤੁਸੀਂ ਤੁਹਾਡਾ ਕੋਈ ਪਿਆਰਾ ਤੁਹਾਡੇ ਕੋਲੋਂ ਵਿਛੜਦਾ ਤੇ ਤੁਸੀਂ ਵੈਣ ਕਿਹੜੇ ਬੋਲਾਂ ਚ ਪਾਏ ਤੁਸੀਂ ਜਦੋਂ ਤੁਸੀਂ ਹੱਦ ਦਰਜੇ ਦੀ ਖੁਸ਼ੀ ਦੇ ਵਿਚ ਸੀ ਤੁਸੀਂ ਲਲਕਾਰਾ ਜਾਂ ਚੰਗਿਆੜ ਕਿਹੜੀ ਬੋਲੀ ਚ ਮਾਰੀ ਮੈਂ ਕਹਿੰਦਾ ਕਿ ਤੁਸੀਂ ਦਿਲ ਤੇ ਹੱਥ ਰੱਖ ਕੇ ਉਹੀ ਬੋਲੀ ਲਿਖਾਇਓ ਮੈਂ ਇਹ ਵੀ ਨੀ ਕਹਿੰਦਾ ਕਿ ਤੁਸੀਂ ਪੰਜਾਬੀ ਲਿਖਾਇਓ ਪਰ ਇਹ ਲਿਖਾਇਓ ਜਿਹੜੀ ਦੇ ਵਿਚ ਤੁਸੀਂ ਇਹ ਗੱਲਾਂ ਕੀਤੀਆਂ ਤੇ ਮੈਂ 100% ਨੀ ਮੈਂ 100% ਇਸ ਗੱਲ ਤੇ ਇਸ ਗੱਲ ਦਾ ਯਕੀਨ ਆ ਮੈਨੂੰ ਕਿ ਤੁਸੀਂ ਇਹ ਸਾਰਾ ਕੁਝ ਪੰਜਾਬੀ ਚ ਕੀਤਾ ਹੋਣਾ ਤੇ ਜੇ ਤੁਸੀਂ ਫਿਰ ਵੀ ਪੰਜਾਬੀ ਦੇ ਵਿਚ ਲੋਰੀਆਂ ਲੈ ਕੇ ਹੁਣ ਤੱਕ ਜੇ ਤੁਸੀਂ ਪਿਓ ਦਾਦੇ ਵੀ ਬਣ ਗਏ ਇਹਦੇ ਬਾਅਦ ਚ ਤੁਸੀਂ ਫਿਰ ਵੀ ਕੋਈ ਹੋਰ ਭਾਸ਼ਾ ਲਿਖਵਾਉਣੇ ਹੋ ਤੁਹਾਡੇ ਵਰਗਾ ਅਕਿਰਤ ਕਾਣ ਕੋਈ ਨੀ ਹੋ ਸਕਦਾ ਇਸ ਦੁਨੀਆਂ ਦੇ ਇਹ ਤਾਂ ਤੁਹਾਡਾ ਬਹੁਤ ਸਟਰੋਂਗ ਮੈਸੇਜ ਹੈਗਾ ਭਾਈ ਲੋਕਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਜ਼ਰੂਰ ਸੁਣ ਲੈਣੀ ਚਾਹੀਦੀ ਆ ਤਾਂ ਅੱਜ ਮਨਦੀਪ ਜੀ ਅੱਜ ਇੱਥੇ ਹੀ ਤੁਹਾਡੇ ਲਈ ਬਹੁਤ ਧੰਨਵਾਦ ਤੁਹਾਡਾ ਕਰਦਾ ਹੋਇਆ ਆਪਾਂ ਹੁਣ ਇੱਥੇ ਆਪਾਂ ਫਿਰ ਆਉਣ ਵਾਲੇ ਸਮੇਂ ਚ ਮੈਂ ਤੁਹਾਡੇ ਨਾਲ ਜ਼ਰੂਰ ਕੀਪ ਇਨ ਟੱਚ ਰਹਾਂਗਾ ਤੇ ਮਿਹਰਬਾਨੀ ਜੀ ਮੈਨੂੰ ਇੰਨਾ ਹੀ ਮਾਣ ਆ ਕਿ ਮੇਰੀ ਜ਼ਿੰਦਗੀ ਦੇ ਵਿਚੋਂ ਜਿਹੜੇ ਆ 2-3 ਮਿੰਟ ਸੀ ਉਹ ਮੈਂ ਆਪਣੇ ਭਾਈਚਾਰੇ ਦੇ ਆਪਣੇ ਮਾਂ ਬੋਲੀ ਦੇ ਲੇਖੇ ਲਾਇਆ ਆਪਾਂ ਹੁਣ ਛੇਤੀ ਜਿਹੀ ਜਾਵਾਂਗੇ ਭਕਨਾ ਸਾਹਿਬ ਵੱਲ ਵੀ ਭਕਨਾ ਸਾਹਿਬ ਉਹਨਾਂ ਨਾਲ ਵੀ ਗੱਲ ਕਰ ਲਈਏ ਤੇ ਚਲੋ ਆਪਾਂ ਇੱਕ ਹੋਰ ਕਾਲਰ ਜੇ 2 ਮਿੰਟਾਂ ਚ ਜੇ ਸਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਹੈਗਾ ਦੇਖ ਲੈਂਦੇ ਹਾਂ ਤੁਸੀਂ ਜਿਹੜਾ ਪ੍ਰੋਗਰਾਮ ਕਰਦੇ ਵਧੀਆ ਕਰਦੇ ਆ ਨੰਬਰ 2 ਦੇ ਉੱਪਰ ਜਿਹੜਾ ਤੁਸੀਂ ਅੱਜ ਦਾ ਜਿਹੜੀ ਤੁਹਾਡੀ ਹੈਗੀ ਰਿਸਪੋਂਡ ਸਰੋਤਿਆਂ ਦੇ ਪ੍ਰਤੀ ਜਾਂ ਸਰੋਤੇ ਪ੍ਰਤੀ ਸੋਰੀ ਜਿਹੜੇ ਤੁਹਾਡੇ ਕੋਲਰ ਆ ਤੁਸੀਂ ਉਹਨਾਂ ਨੂੰ ਕਾਫੀ ਰੋਕ ਰੋਕ ਕੇ ਇਸਦਾ ਟਰੈਕ ਤੇ ਪਾਉਂਦੇ ਆ ਕਿਉਂਕਿ ਉਹ ਬਾਹਰ ਨੀ ਜਾਂਦੇ ਆ ਅਰਜੀ ਲਾਗੇ ਬਾਹਰ ਜ਼ਮੀਨ ਲੱਗਾ ਬਾਹਰ ਨੀ ਜਾਣਾ ਖਿੱਚਣਾ ਮਿਲ ਦੇਣਾ ਕਿੱਦਾਂ ਇਹ ਕੰਮ ਜਿੱਦਾਂ ਤੁਸੀਂ ਅੱਜ ਤੁਸੀਂ ਇਹਨਾਂ ਨੂੰ ਸਟਾਪ ਕੀਤਾ ਉਹ ਤੁਸੀਂ ਬਹੁਤ ਵਧੀਆ ਕੀਤਾ ਜਿਹੜਾ ਕਿ ਜਿੱਦਾਂ ਜਿਵੇਂ ਗੱਲ ਜਿਹੜੀ ਤੁਸੀਂ ਤੁਸੀਂ ਬਿਸ਼ਰ ਕੇ ਉਹ ਤੇ ਬੰਦਾ ਬੋਲੇ ਹੈ ਨਾ ਇੱਧਰ ਜਾਣ ਦੀ ਲੋੜ ਹੈ ਨਾ ਤੇ ਸੋਚ ਕਰਕੇ ਤੁਹਾਡਾ ਵੀ ਧੰਨਵਾਦ ਤੁਸੀਂ ਬਹੁਤ ਬੰਦਿਆਂ ਨੂੰ ਜਿੱਦਾਂ ਐਨ ਸਟਾਪ ਲਾ ਕੇ ਉਹਨਾਂ ਨੂੰ ਪ੍ਰੈਕਟਿਸ ਪਾਇਆ ਬਾਕੀ ਜਿਹੜੀ ਗੱਲ ਹੈਗੀ ਆ ਜਿੱਦਾਂ ਜਿਹੜੀਆਂ ਵੀ ਜਥੇਬੰਦੀਆਂ ਬਣ ਗਈਆਂ ਨਾ ਪੰਜਾਬੀ ਲਈ ਜਾਂ ਸਿੱਖੀ ਲਈ ਬਣ ਗਈਆਂ ਸਪੋਜ਼ ਕਰ ਲਓ ਉਹਨਾਂ ਦਾ ਬਹੁਤਾ ਜਿਹੜਾ ਮੇਨ ਪਰਪਸ ਜਿੱਦਾਂ ਬਹੁਤ ਕਲੀਅਰ ਨੀ ਹੁੰਦਾ ਉਹ ਜਿਹੜੇ ਮੇਨ ਪਰਪਸ ਉਹ ਜਿੱਦਾਂ ਉਹ ਡੀਟ੍ਰੈਕ ਹੋ ਜਾਂਦੇ ਆ ਉਹ ਜਿਹੜਾ ਮੇਨ ਪਰਪਸ ਹੁੰਦਾ ਵੀ ਜਾਵੇ ਇੰਡੀਆ ਦੇ ਲੋਕਾਂ ਦੇ ਨਾਲ ਕਿੱਦਾਂ ਕੰਟੈਕਟ ਬਣਾਉਣਾ ਇੰਡੀਆ ਦੀ ਗਵਰਨਮੈਂਟ ਨਾਲ ਕਿੱਦਾਂ ਬਣਾਉਣਾ ਉਹਨਾਂ ਦੀ ਸੁਰੱਖਿਆ ਕਿੱਦਾਂ ਲੈਣੀ ਕਿੰਨੀਆਂ ਵੀ ਜਿੱਦਾਂ ਬਣ ਗਈਆਂ ਚਲੋ ਮੈਂ 99% ਕਹਿੰਦੇ ਜਿੰਨੀਆਂ ਬਣ ਗਈਆਂ 1% ਬੰਦੇ ਹੈਗੇ ਜਿਹੜੇ ਜਿੱਦਾਂ ਹੈਗੇ ਆ ਬਈ ਓਨੈਸਟ ਆ ਆਪਣੇ ਕੰਮਾਂ ਦੇ ਨਾਲ ਤੇ ਜਿੱਦਾਂ ਚਲੋ ਗੁਰਦੁਆਰਿਆਂ ਵਿਚ ਪੰਜਾਬੀ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਬਹੁਤ ਜ਼ਿਆਦਾ ਵਧੀਆ ਢੰਗ ਦੇ ਨਾਲ ਪਰ ਜਿਹੜਾ ਗੁਰਦੁਆਰਿਆਂ ਦਾ ਜਿਹੜਾ ਵੀ ਪਰਪਸ ਹੈ ਨਾ ਸਕੂਲ ਖੋਲਣ ਦਾ ਉਹ ਵੀ ਪੰਜਾਬੀ ਨੂੰ ਪ੍ਰਮੋਟ ਕਰਨ ਦਾ ਨੀ ਹੈ
पिछले साल डेढ़ साल जेरा पंजाबी स्कूल अपना चलता सी उपर इस पर तौर से एटी नाइन कित एक क्लास लगती होंगी सी कित जिदा कोई पहले क्लास लगती होंगी सी इदा जिदा कोई भी वॉलंटियर मान लो गुरुद्वारे कमेटियां नहीं खिलाई सी पर एटी नाइन के जो रेवोल्यूशन आया उस तो फिर स्कूल खोले जिद दिन जिदा पढ़ाने का उपराला किया गया तो काफी तरक्की दो तीन बार डिस्टर्ब किया जिदा साढ़े जेडे अंडर नॉलेज पीपल अंडर एक्सपीरियंस पीपल चलो कश्मीर सिंह जी आपां ना इहदी पंजाबी भाषा दे एक आहा प्रोग्राम नहीं करना बहुत अज तो असि आरंभ कर दिती इहो असि चाहुंदे हर इह नहीं पंजाबी भाषा हर अपनी जे हिंदी भाषा आ ओह अपनी मात भाषा नूं याद रखे जेडे तुसी आहा असि मेरे को पता मैं असि तुसी असि इकट्ठिया ने काम कीता बहुते प्रोजेक्टां च तुहाडे कोल ढेर सारा नॉलेज हैगा ते ढेर सारे ओह एक्सपीरियंस असि आउण वाले समें सारे शेयर करांगे ਤੁਸੀਂ ਮੈਂ ਲਾਸਟ ਵਿਚ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ 2021 ਦੇ ਵਿਚ ਜਿਹੜੀ ਮਰਦਸ਼ੁਮਾਰੀ ਆ ਰਹੀ ਆ ਉਹਦੇ ਵਿਚ ਤੁਹਾਡੇ ਕਿਸੇ ਸਾਡੇ ਕਮਿਊਨਿਟੀ ਲੀਡਰ ਵੀ ਆ ਤਾਂ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਪੇ ਸਿੱਖ ਹੋਣ ਦੇ ਨਾਤੇ ਫੈਡਰੇਸ਼ਨ ਦਾ ਬਹੁਤ ਵੱਡਾ ਉਪਰਾਲਾ ਹੋ ਰਿਹਾ ਤੇ ਉਹਦਾ ਦੂਸਰਾ ਬਣਾ ਦਿਓ ਖਾਣਾ ਬਖਸ਼ਾ ਬਣਾ ਦੇ ਜਿੱਥੇ ਉਹ ਅਸੀਂ ਪੰਜਾਬੀ ਹਾਂਜੀ ਪਤਾ ਲੱਗ ਜਾਵੇ ਪੰਜਾਬੀ ਸਿੱਖ ਆ हिंदू भी अपनी जेड़े पंजाबी बोलदे आ भी पंजाबी लिखण जेड़े मुसलमान भाईचारा आ भी असि 7 लाख तो उत्ते हैगे आ ते सारे बंदे इस वेले फिरकू गल्लां तो धर्म तो उच्चे उठ के मतलब जेड़ी उन्हां दी माश भाषा है उन्हें लिखाउण बहुत बहुत धन्नवाद कश्मीर जी हुण हां जी बिलकुल बहुत धन्नवाद जी खालसा जी फतेह ਇਹ ਸੀਗੇ ਮੇਰੇ ਸਤਿਕਾਰਯੋਗ ਵੀਰ ਸਾਹਿਬ ਕਸ਼ਮੀਰ ਸਿੰਘ ਜੀ ਹੁਣ ਆਪਣੇ ਨਾਲ ਭਕਨਾ ਸਾਹਿਬ ਵੀ ਨਾਲ ਲਾਈਨ ਤੇ ਹੈਗੇ ਆ ਤੇ ਉਹਨਾਂ ਕੋਲੋਂ ਆਪਾਂ ਉਹ ਕੀ ਕਹਿਣਾ ਚਾਹੁੰਦੇ ਆ ਅਖੀਰ ਦੇ ਵਿਚ ਸਾਡੇ ਸੋਤਿਆਂ ਨੂੰ ਭਕਨਾ ਸਾਹਿਬ ਬਹੁਤ ਧੰਨਵਾਦ ਜੀ ਬਹੁਤ ਤੁਸੀਂ ਸਾਡੇ ਨਾਲ ਲਾਈਨ ਤੇ ਟਿਕੇ ਹੋਏ ਹੈਗੇ ਆ ਕੀ ਕਹਿਣਾ ਚਾਹੋਗੇ ਅੱਜ ਦੇ ਬਾਰੇ ਗਿਰਦ ਸਾਹਿਬ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਅੱਜ ਦਾ ਡਿਸਕਸ਼ਨ ਪ੍ਰੋਗਰਾਮ ਬਹੁਤ ਵਧੀਆ ਸੀਗਾ ਸਾਰੇ ਪਾਸੇ ਤੋਂ ਤੁਸੀਂ ਵਿਚਾਰ ਲਏ ਆ ਜਿਸਾ ਭੈਣ ਜੀ ਹੁਣੀ ਆਏ ਸੀਗੇ ਕਹਿੰਦੇ ਸੀਗੇ ਧਾਰਮਿਕ ਖੇਤਰ ਦੇ ਵਿਚ ਉਹਨਾਂ ਨੂੰ ਜੋੜਨ ਵਾਲੇ ਉਹਨਾਂ ਦੇ ਪਿਤਾ ਜੀ ਜਿਹੜੇ ਗ੍ਰੰਥੀ ਸਿੰਘ ਸੀਗੇ ਉਹ ਸੀਗੇ ਮਤਲਬ ਪੰਜਾਬੀ ਜੇ ਆਪਾਂ ਲਿਖਾਵਾਂਗੇ ਪੰਜਾਬੀ ਭਾਸ਼ਾ ਦੂਸਰੇ ਨੰਬਰ ਤੇ ਆਜੂਗੀ ਤੇ ਉਹਦੇ ਨਾਲ ਹੋਊਗਾ ਕੀ ਉਹਦੇ ਨਾਲ ਪੰਜਾਬੀ ਮੀਡੀਆ ਨੇ ਤਾਂ ਸਟਰੋਂਗ ਹੋਣਾ ਹੀ ਹੋਣਾ ਵਾ ਉਹਦੇ ਨਾਲ ਮਿਊਜ਼ਿਕ ਪੰਜਾਬੀ ਮਿਊਜ਼ਿਕ ਇੰਡਸਟਰੀ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਫੂਡ ਇੰਡਸਟਰੀ ਜਿਹੜੇ ਪੰਜਾਬੀ ਪ੍ਰਿੰਟਿੰਗ ਇੰਡਸਟਰੀ ਆ ਜਾਂ ਪੰਜਾਬੀ ਪਹਿਰਾਵਾ ਆ ਜਾਂ ਕਵੀ ਲਿਖਾਰੀ ਸਾਰਿਆਂ ਨੇ ਹੀ ਜਿਹੜਾ ਵਾ ਉਹਨਾਂ ਨੂੰ ਮਾਣ ਸਤਿਕਾਰ ਮਿਲਣਾ ਸਾਰਿਆਂ ਨੇ ਤਕੜੇ ਹੋਣਾ ਵਾ ਤੇ ਇਹਦੇ ਨਾਲ ਜਿਹੜੀ ਫੰਡਿੰਗ ਗੌਰਮੈਂਟ ਦੀ ਹੋਣੀ ਆ ਜਿਸ ਤਰ੍ਹਾਂ ਕਮਿਊਨਿਟੀ ਸਕੂਲਾਂ ਨੂੰ ਹੁੰਦੀ ਆ ਜਾਂ ਹੋਰ ਜਿੰਨੇ ਵੀ ਬਜਟ ਬਣਨੇ ਆ ਉਹ ਅੰਕੜੇ ਜਿਹੜੇ ਲੈ ਜਾਣੇ ਆ ਉਹ ਇੱਥੋਂ ਹੀ ਲੈ ਜਾਣੇ ਆ ਇਸ ਕਰਕੇ ਮੈਂ ਤੇ ਸਾਰਿਆਂ ਦੇ ਚਰਨਾਂ ਚ ਇਹੀ ਬੇਨਤੀ ਕਰਦਾ ਕਿ ਇਹਦੇ ਪ੍ਰਤੀ ਆਪਾਂ ਨੂੰ ਵੇਸਲੇ ਨਹੀਂ ਹੋਣਾ ਚਾਹੀਦਾ ਤੇ ਜਿੰਨੇ ਵੀ ਯੂਕੇ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਭਾਵੇਂ ਉਹ ਹਿੰਦੂ ਆ ਸਿੱਖ ਆ ਮੁਸਲਿਮ ਇਸਾਈ ਬੋਧੀ ਜਾਨੀ ਕੋਈ ਵੀ ਆ ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਜੁੜੇ ਆ ਭਾਵੇਂ ਉਹ ਖਾਲਿਸਤਾਨੀ ਆ ਭਾਵੇਂ ਉਹ ਐਂਟੀ ਖਾਲਿਸਤਾਨੀ ਆ ਭਾਵੇਂ ਕੋਈ ਰੱਬ ਨੂੰ ਨਹੀਂ ਮੰਨਦਾ ਆਸਤਿਕ ਨਾਸਤਿਕ ਆ ਸਾਰੇ ਭੈਣ ਭਰਾ ਜਿੰਨੇ ਆ ਹੁਣ ਇਹ ਮੌਕਾ ਨਾ ਗਵਾਉਣ ਤੇ ਆਪਾਂ ਇਹਦੇ ਵਿੱਚ ਕਰਨਾ ਕੁਛ ਵੀ ਨਹੀਂ ਆ ਸਿਰਫ ਧਿਆਨ ਹੀ ਦੇਣਾ ਵਾ ਆਪਾਂ ਇਹਦੇ ਵਿੱਚ ਕੋਈ ਮੁੱਲ ਨੀ ਧਾਰਨਾ ਕੁਛ ਨੀ ਕਰਨਾ ਫਾਰਮ ਤੇ ਵੈਸੇ ਹੀ ਆਪਾਂ ਨੂੰ ਭਰਨਾ ਹੀ ਪੈਣਾ ਆਪਾਂ ਕਾਨੂੰਨ ਦੇ ਬਾਈ ਲਾਅ ਆਪਾਂ ਭਰਨਾ ਹੀ ਆ ਕਾਨੂੰਨ ਦੇ ਹਿਸਾਬ ਨਾਲ ਹੈਨਾ ਜੀ ਜੇ ਆਪਾਂ ਨਹੀਂ ਭਰਾਂਗੇ ਤੇ ਆਪਾਂ ਨੂੰ ਜੁਰਮਾਨਾ ਆਊਗਾ ਤੇ ਉਹ ਜਿਹੜਾ ਫਾਰਮ ਹੋਣੇ ਆ ਉਹ ਜਦੋਂ ਬਾਈ ਪੋਸਟ ਜਿਹੜੇ ਕੋਡ ਆ ਜਾਣੇ ਉਹਨਾਂ ਨੂੰ ਕੋਡ ਨੂੰ ਆਨਲਾਈਨ ਜਾ ਕੇ ਕੰਪਿਊਟਰ ਤੇ ਫਾਰਮ ਖੁੱਲ ਜਾਣਾ ਵਾ ਉਹਨੂੰ ਧਿਆਨ ਨਾਲ ਪੜ੍ਹਨਾ ਵਾ ਤੇ ਉੱਥੇ ਜਿਹੜੀ ਭਾਸ਼ਾ ਆਪਾਂ ਬੋਲਦੇ ਆ ਉਹ ਪੰਜਾਬੀ ਜੇ ਬੋਲਦੇ ਆ ਤੇ ਪੰਜਾਬੀ ਲਿਖਾਉਣੀ ਆ ਤੇ ਜੇ ਪੰਜਾਬੀ ਨਹੀਂ ਬੋਲਦੇ ਤੇ ਅੱਜ ਤੋਂ ਆਪਾਂ ਬੋਲਣੀ ਸ਼ੁਰੂ ਵੀ ਕਰ ਦਈਏ ਜੇ ਘੱਟ ਬੋਲਦੇ ਤੇ ਜ਼ਿਆਦਾ ਬੋਲਣੀ ਸ਼ੁਰੂ ਕਰ ਦਈਏ ਤੇ ਆਪਣੇ ਆਪ ਹੀ ਆਪਾਂ ਪੰਜਾਬੀ ਲਿਖਾਵਾਂਗੇ ਭਕਨਾ ਸਾਹਿਬ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਤੁਸੀਂ ਸਾਡੇ ਐਕਟਿਵਲੀ ਕੰਪੇਨ ਕਰ ਰਹੇ ਹੈਗੇ ਨੈਸ਼ਨਲ ਲੈਵਲ ਤੇ ਪਰ ਤੁਹਾਡਾ ਸਾਡੇ ਲਿਸਨ ਪੰਜਾਬੀ ਸਾਡਾ ਰੇਡੀਓ ਆ ਅਸੀਂ ਹਰ ਇੱਕ ਨੂੰ ਇਹੋ ਅਪੀਲ ਕਰਦੇ ਹਾਂ ਕਿ ਆਪਣੀ ਜਿਹੜੀ ਅੱਜ ਅਮੀਰ ਦੀ ਆਵਾਜ਼ ਸੁਣ ਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਿਓ ਆਏ ਨਾ ਕਦੀ ਭੁੱਲਿਓ ਕਿ ਆਪਣੀ ਭਾਸ਼ਾ ਲਿਖਾਉਣ ਤੋਂ ਤੁਸੀਂ ਉੱਥੇ ਕੋਈ ਹੋਰ ਭਾਸ਼ਾ ਲਿਖਦੇ ਹੋ ਤਾਂ ਕਿਸੇ ਇਹੋ ਫਿਰਕੂ ਭਾਵਨਾਵਾਂ ਤੋਂ ਉੱਤੇ ਉੱਠ ਕੇ
धार्मिक भावनावां तों उत्ते उठ के अपनी मां बोली नूं प्यार करन वालिओ जरूर सच बोलिओ। जे तुसीं पंजाबी बोलदे आ पंजाबी भाषा विच इस पंजाबी मां बोली विच लोरियां लाईआं आ जिहड़े जिहड़े मेरे संदीप भाजी दा गल करके गए आ उहनूं जरूर सुन लैओ ते अपनी इहो भाषा अपनी जिहड़ी आ लिखायो। जे तुसीं हिंदी बोलदे आ असीं तुहानूं इह नहीं कहिंदे तुसीं हिंदी ना लिखायो, तुसीं हिंदी जरूर लिखायो। जे गुजराती बोलदे आ तुसीं गुजराती जरूर लिखायो। अपनी भाषा विच जिन्हां विच मां दीआं लोरियां लाईआं तुसी जवान होए, तुसी अज बड़े समझदार बन गए, बड़े इंटेलीजेंट बन गए, बड़ी बड़ियां पोस्टां ते सारिआं नूं असीं अपने जिहड़ियां अपने वीरां नूं भैणां नूं अपने बच्चिआं नूं बच्चिआं नूं सारिआं नूं अपील करदे आं ते जरूर इस गल नूं गौर करिओ ते हक सच लई इहो ही हैगा जिहड़ा गुरुआं दी भाषा आ उहनां पीरां फकीरां दी फीर भाषा आ जिहड़ी आ भगतां दी कबीर जी दी भाषा आ भगत फकीर जी दी भाषा आ गुरु नानक साहिब दी भाषा आ उहनूं प्यार करन वालिओ अज इहो ना भुल्लिओ। नहीं तां कदी वी आउण वाले समें च तुहानूं किसे ने माफ नहीं करना। साडी गिणती किन्नी जिहड़ी हैगी आ असीं कही जावे बाद विच असीं 7 लाखां असीं 8 लाखां असीं 10 लाखां फिर नहीं कि जिहड़े जदों तुहाडे कोल बेला खुंझ जांदा फिर खुंझ जांदा। इस करके तुसीं सारे भकना साहिब जिहड़े आ असीं सारे इकट्ठे वर्क करिए। आह प्रोग्राम पहला ही नहीं होगा आने वाले समय च असीं मैंबर सारे पंजाबी चाहे पाकिस्तानी आ चाहे ओह मुसलमान भाईचारे चो आ सिख च आ हिंदू आ सारिआं नूं असीं इत्थे लै के आवांगे। कौंसलर सारिआं नूं लै के आवांगे जिहड़े पंजाबी हिंदू आ सिख आ जिहड़े भी ओह अपने धर्म च बिलीव करदे पंजाबी आ उहनां नूं लै के आवांगे। होर जिहड़े आ वख वख कम्यूनिटी ग्रुप आ उहनां नूं लै के आवांगे। वख वख सारे गुरद्वारिआं नूं इक सारे लड़ी दे च लै के आवांगे। मस्कां विच कम करदे आ साडे ਜਿਹੜੇ ਉਹਨਾਂ ਦੇ ਜਿਹੜੇ ਉੱਥੇ ਦੇ ਵਜ਼ੀਰ ਹੈਗੇ ਆ ਮਿਨਿਸਟਰ ਆਫ ਰਿਲੀਜਨ ਉਹਨਾਂ ਨੂੰ ਲੈ ਕੇ ਆਵਾਂਗੇ, ਮੰਦਰਾਂ ਨੂੰ ਲੈ ਕੇ ਆਵਾਂਗੇ ਫਿਰ ਤਾਂ ਕਿ ਹਰ ਕੋਈ ਬੰਦਾ ਇਹੋ ਜ਼ੋਰ ਲਾਵੇ ਤੇ ਆਪਣੀ ਆਪਣੀ ਜਿਹਨੂੰ ਮਾਤ ਭਾਸ਼ਾ ਵਿੱਚ ਲੋਕ ਉਹਨਾਂ ਨੇ ਲੋਰੀਆਂ ਲਈਆਂ ਆ ਤੇ ਉਹਨਾਂ ਨੂੰ ਉਹ ਭਾਸ਼ਾ ਜ਼ਰੂਰ ਸੱਚੀ ਸੱਚੇ ਦਿਲੋਂ ਨਾਲ ਲਿਖਾਉਣ। ਤਾਂ ਭਕਨਾ ਸਾਹਿਬ ਫਿਰ ਤੁਹਾਡਾ ਧੰਨਵਾਦ ਕਰਦਾ ਜੀ। ਮਿਹਰਬਾਨੀ ਜੀ। ਹਾਂਜੀ ਇਹ ਸੀਗੇ ਮੇਰੇ ਸਤਿਕਾਰਯੋਗ ਵੀ ਭਕਨਾ ਜੀ ਜਿਨ੍ਹਾਂ ਨੇ ਸਾਡਾ ਕੁਛ ਸਾਡੇ ਧਿਆਨ ਵਿਚ ਲਿਆਂਦਾ ਸੀਗਾ ਤੇ ਅਸੀਂ ਅੱਜ ਪਰ ਇਹੋ ਆਪੇ ਅਸੀਂ ਇਹੋ ਕੰਟੀਨਿਊ ਅਗਲੇ ਸਾਲ ਤੱਕ ਅਸੀਂ ਜਿਹੜਾ ਇੰਟਰਨੈਸ਼ਨਲ ਲੈਂਗੁਏਜ ਡੇ ਆ ਉਹਨੂੰ ਵੀ ਇੱਕ ਧੂਮਧਾਮ ਨਾਲ ਮਨਾਵਾਂਗੇ ਤੇ ਕੋਹਿਨੂਰ ਰੇਡੀਓ ਹਰ ਇੱਕ ਨੂੰ ਅਪੀਲ ਕਰੇਗਾ ਹਰ ਇੱਕ ਭਾਸ਼ਾ ਹਰ ਇੱਕ ਮਾਤ ਭਾਸ਼ਾ ਪ੍ਰਫੁੱਲਤ ਹੋਵੇ ਹਰ ਇੱਕ ਨੂੰ ਬਰਾਬਰ ਮੌਕੇ ਮਿਲਣ ਤੇ ਆਪਾਂ ਹੁਣ ਚੱਲਾਂਗੇ।